जागत जोते, जा जागत जा पंजाब प्रोग्राम लोस्ट खबर बेग ती सेवा चाजर है लहदाज तमाम दर्शकों की सेवा चाबर बेग वालों सत नमस्ते असलाम ਅੱਜ ਲਹਿੰਦਾ ਪੰਜਾਬ ਦੋ ਬੜੇ ਵਿਸ਼ੇਸ਼ ਆ ਚੀਜ਼ਾਂ ਤੇ ਅਸੀਂ ਪ੍ਰੋਗਰਾਮ ਕਰਨ ਜਾ ਰਹੇ ਹਾਂ ਇੱਕ ਤੇ ਜਿਹੜਾ ਪਾਕਿਸਤਾਨ ਪਹਿਲਾ ਮੁਲਕ ਹੈ ਜਿੱਥੇ ਕਿ ਸਿੱਖ ਮੈਰਿਜ ਐਕਟ ਉਹਦੇ ਪੰਜਾਬ ਦੇ ਵਿੱਚ ਯਾਨੀ ਲਹਿੰਦੇ ਪੰਜਾਬ ਦੇ ਵਿੱਚ ਇੰਪਲੀਮੈਂਟ ਹੋ ਗਿਆ ਔਰ ਇਹਦੇ ਨਾਲ ਨਾਲ ਜਿਹੜਾ ਦੋ ਮੇਲੇ ਗੁਜ਼ਰੇ ਨੇ ਬੜੇ ਅਹਿਮ ਉਸ حوالے ਨਾਲ ਜਿਹੜੇ ਜੋ ਵੀ ਜ਼ਿੰਮੇਵਾਰੀਆਂ ਸਨ ਸਾਡੇ ਨਾਲ ਐਸ حوالے ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਆ ਬੀਬੀ ਸਤਵੰਦ ਕੋਰ ਜਿਹਨੇ ਪਾਕਿਸਤਾਨ ਸਿਕਵਲ ਦੁਆਰਾ ਪਰਬੰਧਿਤ ਕਮੇਟੀ ਦੀ ਜਨਰਲ ਸੈਕਟੀ ਨੇ ਉਹਨਾਂ ਨੇ ਬੜੀ ਮਿਹਨਤ ਕੀਤੀ ਦੋਵਾਂ ਮੇਲਿਆਂ ਨੂੰ ਕਾਮਯਾਬ ਬਣਾ ਲਿਆ ਤੇ ਅਸੀਂ ਅੱਜ ਉਹਨਾਂ ਨਾਲ ਇਹ ਦੋਵਾਂ ਵਿਚਾਰਾਂ ਤੇ ਆਪਣੇ ਵਿਚਾਰ ਵੀ ਸਾਂਝੇ ਕਰਾਂਗੇ ਦੋਹਾਂ ਜਿਹੜਾ ਮਾਮਲੇ ਹੋਏ ਸਨ ਉਹਨਾਂ ਤੇ ਵੀ ਗੱਲਬਾਤ ਕਰਾਂਗੇ ਤੇ ਪੈਂਜੀ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਸਾਡਾ ਟਾਈਮ ਦਿੱਤਾ ਸੱਸੇ ਕਾ ਨਮਸਤੇ ਤੇ ਅਸਲਾਮੁਅਲੈਕੁਮ ਵਾਈਗੁਰ ਜੀ ਕਾ ਹਲਸਾ ਵਾਈਗੁਰ ਜੀ ਤੇ ਫਤੇ ਪਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵੇਖਣ ਵਾਲੇ ਜਿਹੜੇ ਜਿੰਨੇ ਵੀ ਲੋਕ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅੱਛਾ ਸਤਵੰਤ ਕੌਰ ਜੀ ਅ ਮੈਂ ਦੱਸਣਾ ਭੁੱਲ ਗਿਆ ਤੁਹਾਡੇ ਬਾਰੇ ਕਿ ਇਹ ਪਾਕਿਸਤਾਨ ਦੀ ਪਹਿਲੀ ਕੌਰ ਹੈ ਕਿ ਜਿਹੜੀ ਲੈਕਚਰਰ ਵੀ ਲੱਗੀ ਹੈ ਪੰਜਾਬੀ ਦੇ ਵਿੱਚ ਕੈਨੇਡ ਕਾਲਜ ਦੇ ਵਿੱਚ ਐਸਲੇ ਪੜ੍ਹਾ ਵੀ ਰਹੇ ਨੇ ਔਰ ਇਹਦੇ ਨਾਲ ਨਾਲ ਜਿਹੜਾ ਪੀ ਐਚ ਡੀ ਵੀ ਕਰਨ ਜਾ ਰਹੀ ਹੈ ਔਰ ਐਸਲੇ ਉਹਦਾ ਪ੍ਰੋਸੈਸ ਜਿਹੜਾ ਪੀ ਐਚ ਡੀ ਦਾ ਉਹ ਚੱਲ ਰਿਹਾ ਐਮ ਫਿਲ ਇਹਨੇ ਕਰ ਲਈ ਹੈ ਤੇ ਇਸ ਹਵਾਲੇ ਨਾਲ ਵੀ ਇਹਨਾਂ ਨਾਲ ਗੱਲਬਾਤ ਕਰਾਂਗੇ ਸਤਵੰਤ ਜੀ ਸਭ ਤੋਂ ਪਹਿਲੇ ਇਹ ਦੱਸੋ ਕਿ ਤੁਸੀਂ ਅ ਦੋ ਮੇਲੇ ਹੋਏ ਛੇਦੀ ਗੁਰਪੁਰ ਮਨਾਇਆ ਗਿਆ ਔਰ ਇਹਦੇ ਨਾਲ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਐਨੀਵਰਸਰੀ ਮਨਾਈ ਗਈ ਤੇ ਮੇਲੇ ਜਿਹੜੇ ਸਨ ਇਹ ਜਿਹੜਾ 10 ਦਿਨ ਦਾ ਪ੍ਰੋਗਰਾਮ ਸੀ ਤੁਸੀਂ ਕਿਵੇਂ ਅਨੁਸਾਰਾ ਜਿਹੜਾ ਨਾ ਸੈਲੀਬ੍ਰੇਟ ਵੀ ਕੀਤਾ ਔਰ ਇਸ ਇਵੈਂਟ ਨੂੰ ਕਾਮ ਕਾਮਯਾਬ ਕਰਨ ਲਈ ਮੈਂ ਦੇਖਿਆ ਤੁਹਾਡੀਆਂ ਤੁਸੀਂ ਤੁਹਾਡੀਆਂ ਬਹੁਤ ਜ਼ਿਆਦਾ ਕੋਸ਼ਿਸ਼ਾਂ ਸਨ ਤੁਹਾਡੀਆਂ ਬਹੁਤ ਜ਼ਿਆਦਾ ਸੇਵਾਵਾਂ ਸਨ ਇਸ ਬਾਰੇ ਨਾ ਮੈਂ ਚਾਹੁੰਦਾ ਕੁਝ ਸੰ ਦੱਸੋ ਹਾਂਜੀ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਤੇ ਐਨਾ ਇਸ ਤਰ੍ਹਾਂ ਪਾਕਿਸਤਾਨ ਸਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰ ਦिए ਜਿਹੜਾ ਕਿ 10 ਦਿਨ ਦਾ ਵੀਜ਼ਾ ਇੱਥੇ ਜਿਹੜੇ ਆਪਣੇ ਆਂਦੇ ਨੇ ਸਰਦਾਰ ਇੰਡੀਆ ਤੋਂ ਆਂਦੇ ਨੇ ਜਾਂ ਬਾਕੀ ਕਿਸੇ ਵੀ ਮੁਲਕਾ ਤੋਂ ਆਂਦੇ ਪਰ ਇਸ ਜੋੜ ਮੇਲੇ ਦੇ ਵਿੱਚ ਤੇ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਦੇ ਵਿੱਚ ਜ਼ਿਆਦਾਤਰ ਇੰਡੀਆ ਤੋਂ ਹੀ ਜਿਹੜੇ ਸਾਡੇ ਭੈਣ ਭਰਾ ਨੇ ਉਹੀ ਇੱਥੇ ਆਂਦੇ ਨੇ ਤੇ ਜਿਸ ਤਰ੍ਹਾਂ ਹੀ ਸਾਡੇ ਪਹਿਲੇ ਦਿਨ ਦਾ ਸਾਡਾ ਮੇਰਾ ਹੁੰਦਾ ਮੇਰੀ ਡਿਊਟੀ ਲੱਗੀ ਹੋਈ ਸੀ ਇਸ ਵੇਲੇ ਕਿ ਵਾਗੇ ਬਾਰਡਰ ਤੇ ਜਿਸ ਦਿਨ ਉਹਨਾਂ ਨੇ ਆਣਾ ਹੁੰਦਾ ਵਾ ਤੇ ਜਿਸ ਦਿਨ ਜਾਣਾ ਹੁੰਦਾ ਵਾ ਉਹ ਵੀ ਮੇਰੀ ਡਿਊਟੀ ਦੇ ਵਿੱਚ ਸ਼ਾਮਲ ਹੈ ਤੇ ਜਦੋਂ ਅਸੀਂ ਆਂਦੇ ਹਾਂ ਉਹਨਾਂ ਨੂੰ ਵੈਲਕਮ ਜੀਆ ਨੂੰ ਕਰਦੇ ਹਾਂ ਸਾਰਿਆਂ ਨੂੰ ਵਾਗੇ ਬਾਰਡਰ ਰਾਈ ਲੈ ਕੇ ਆਨੇ ਉੱਥੇ ਲੰਗਰ ਦਾ ਇੰਤਜ਼ਾਮ ਜਿਹੜਾ ਸੀ ਲੰਗਰ ਦਾ ਇੰਤਜ਼ਾਮ ਹੀ ਉਹਨਾਂ ਨੇ ਮੇਰੇ ਹਿੱਸੇ ਦੇ ਵਿੱਚ ਹੀ ਦਿੱਤਾ ਹੋਇਆ ਵਾ ਕਿ ਚਲੋ ਬੀਬੀਆਂ ਰਲ ਮਿਲ ਕੇ ਜੜੀਆਂ ਸੇਵਾ ਕਰਦੀਆਂ ਉਹਨਾਂ ਨਾਲ ਤੁਸੀਂ ਗੱਲਬਾਤ ਕਰੋਗੇ ਤੇ ਇਸ ਤਰ੍ਹਾਂ ਲੰਗਰ ਦਾ ਸਿਸਟਮ ਵੀ ਸਾਡਾ ਅੱਗੇ ਤੋਂ ਅੱਗੇ ਚੱਲੇਗਾ ਤੇ ਬਾਗੇ ਬਾਰਡਰ ਤੇ ਵੀ ਐਸੀ ਇਸ ਤਰ੍ਹਾਂ ਹੀ ਕਰਦੇ ਉਹਨਾਂ ਨੂੰ ਲੰਗਰ ਲੰਗਰ ਪ੍ਰਸ਼ਾਦਾ ਵਧੀਆ ਕਰਕੇ ਬਣਾਉਣੇ ਆ ਤਾਂ ਕਿ ਉਹ ਲੰਗਰ ਪ੍ਰਸ਼ਾਦਾ ਵੀ ਛਕਣ ਕਿਉਂਕਿ ਉਥੋਂ ਆਏ ਹੁੰਦੇ ਨੇ ਥਕੇ ਹੋਏ ਹੁੰਦੇ ਨੇ ਸਾਡੇ ਯਾਤਰੀ ਤੇ ਫਿਰ ਇਸ ਪਾਸੇ ਅਸੀਂ ਗਰਮੀ ਦਾ ਮੌਸਮ ਆ ਬਹੁਤ ਜ਼ਿਆਦਾ ਤੇ ਪਾਣੀ ਦਾ ਇੰਤਜ਼ਾਮ ਤੇ ਲੰਗਰ ਦਾ ਇੰਤਜ਼ਾਮ ਇਹ ਪੂਰਾ ਚੰਗੇ ਤਰੀਕੇ ਨਾਲ ਕਰੀਦਾ ਵਾ ਤਾਂ ਕਿ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਤੇ ਆਂਦੇ ਸਿਹਰੀ ਅਸੀਂ ਇੱਥੇ ਵਾਗੇ ਬਾਰਡਰ ਤੇ ਫਿਰ ਸਾਡੀਆਂ ਏਸੀ ਵਾਲੀਆਂ ਕੋਚਾਂ ਖੜੀਆਂ ਹੁੰਦੀਆਂ ਪਿਛਲੀ ਵਾਰੀ ਕਿਉਂਕਿ ਇਹਨਾਂ ਨੇ ਵਿਸਾਖੀ ਤੇ ਆਪ ਵੀ ਮੰਗ ਕੀਤੀ ਸੀ ਕਿ ਸਾਨੂੰ ਟ੍ਰੇਨਾਂ ਦੇ ਉੱਤੇ ਚਾਹੀਦਾ ਵਾ ਫਿਰ ਜਦੋਂ ਟ੍ਰੇਨ ਦੀ ਹੋਇਆ ਇਥੇ ਸਾਨੂੰ ਬੜੇ ਮੁਸ਼ਕਿਲਾਂ ਤੇ ਲੋਕਾਂ ਨੂੰ ਵੇਖਣੇ ਪਏ ਕਿਉਂਕਿ ਪਹਿਲੇ ਬਸਾਂ 'ਚ ਸਮਾਨ ਰੱਖਦੇ ਸੀ ਫਿਰ ਟ੍ਰੇਨ ਉੱਥੇ ਜਾਣਾ ਪੈਂਦਾ ਸੀ ਜਿੱਥੇ ਕਿ ਟ੍ਰੇਨ ਖੜੀ ਸੀ ਫਿਰੋਂ ਤੋਂ ਫਿਰ ਵਾਪਸ ਬਸਾਂ ਦਾ ਕਰਨਾ ਪੈਂਦਾ ਸੀ ਇਸ ਦਾ ਹਰ ਪਾਸੇ ਸਾਰੇ ਲੋਕਾਂ ਨੂੰ ਜਿਹੜੇ ਸੀ ਉਹ ਬੜੇ ਮੁਸ਼ਕਲ ਦੇ ਵਿੱਚ ਰਹੇ ਸਨ ਇਸ ਵਾਰੀ ਉਹਨਾਂ ਨੇ ਆਪ ਹੀ ਕਹਿ ਦਿੱਤਾ ਸੀ ਕਿ ਜੀ ਤੁਸੀਂ ਬਸਾਂ ਦੇ ਵਿੱਚ ਹੀ ਰੱਖੋ ਕਿ ਗਰਮੀ ਵੀ ਬਹੁਤ ਜ਼ਿਆਦਾ ਵਾਤੇ ਏਸੀ ਬਸਾਂ ਸੀ ਜੀਆਂ ਤੇ ਫਿਰ ਅਸੀਂ ਏਸੀ ਬੱਸਾਂ ਦੇ ਉੱਥੇ ਵਾਗੇ ਬਾਰਡਰ ਤੇ ਹੀ ਖੜੀਆਂ ਸੀ ਉਥੋਂ ਇਹਨਾਂ ਯਾਤਰੀਆਂ ਨੂੰ ਬਿਠਾਇਆ ਗਿਆ ਜੋੜ ਮੇਲੇ ਤੇ ਫਿਰ ਲੈ ਕੇ ਗਏ ਉਥੇ ਪੰਜਾ ਸਾਹਿਬ ਪੰਜਾ ਸਾਹਿਬ ਵੀ ਉਥੇ ਸਾਰੇ ਇੰਤਜ਼ਾਮ ਪੂਰੇ ਸਨ ਉਹ ਵੀ ਉਥੇ ਲੰਗਰ ਦਾ ਇੰਤਜ਼ਾਮ ਰਿਹائش ਦਾ ਇੰਤਜ਼ਾਮ ਸਾਰੇ ਲੋਕਾਂ ਨੂੰ ਦਿੱਤਾ ਗਿਆ ਉਸ ਤੋਂ ਵਾਪਸੀ ਤੋਂ ਬਾਅਦ ਫਿਰ ਨਨਕਾਣਾ ਸਾਹਿਬ ਦੀ ਯਾਤਰਾ ਇੰਜ ਹੀ ਹੋਈ ਫਿਰ ਆਏ ਲਾਹੌਰ ਜਿਹੜਾ ਆਖਰੀ ਪੜਾਓ ਸੀ ਜਿੱਥੇ ਕਿ ਸ਼ਹੀਦੀ ਜੋੜ ਮੇਲਾ ਵੀ ਸੀਗਾ ਪੋਥੀ ਗੁਰਾਰਜਨ ਸਾਹਿਬ ਜੀ ਜਿਹੜੇ ਕਿ ਸਾਡੇ ਸੇਕ ਕੌਮ ਦੇ ਮਹਾਨ ਸ਼ਹੀਦ ਤੇ ਪਹਿਲੇ ਸ਼ਹੀਦ ਹੋਏ ਨੇ ਤੇ ਉਹਨਾਂ ਦੇ ਇੱਥੇ ਲਾਹੌਰ ਦੇ ਵਿੱਚ ਡੇਰਾ ਸਾਹਿਬ ਦੇ ਵਿੱਚ ਇੱਥੇ ਉਹਨਾਂ ਦਾ ਸ਼ਹੀਦੀ ਸਮਾਗਮ ਬੜੇ ਵਧੀਆ ਤਰੀਕੇ ਨਾਲ ਮਨਾਇਆ ਗਿਆ ਰਾਗੀ ਜਥੇ ਆਈ ਸੀ 3-4 ਤੇ ਨਾਲ ਸਾਡੇ ਇਤਰ ਦੇ ਨਨਕਾਣਾ ਸਾਹਿਬ ਦੇ ਪੰਜਾ ਸਾਹਿਬ ਤੋਂ ਤੇ ਸਿੰਧ ਤੋਂ ਸਿੰਧੀ ਸਾਡੇ ਭੈਣ ਭਰਾ ਤੇ ਲਾਹੌਰ ਦੀ ਸੰਗਤ ਸਾਰਿਆਂ ਦਾ ਇਕੱਠ ਹੋਇਆ ਤੇ ਇੱਥੇ ਇਹਦੇ ਵਿੱਚ ਸ਼ਹੀਦੀ ਜੋੜ ਮੇਲਾ ਮਨਾਇਆ ਗਿਆ ਤੇ ਤੇ ਵੀ ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਏਟੀਬੀਬ ਜਿਹੜੀ ਸਾਡਾ ਇੱਕ ਬਹੁਤ ਵੱਡਾ ਯਾਰ ਆ ਵਾ ਉਹ ਸਾਡੇ ਨਾਲ ਨਾਲ ਮਿਲ ਕੇ ਪੂਰਾ ਕੰਮ ਕਰਵਾਉਂਦੀ ਹੈ ਸਾਡੇ ਤੋਂ ਵੱਧ ਕੰਮ ਕਰਦੇ ਨੇ ਕਿਉਂਕਿ ਰਿਹائش ਦਾ ਇੰਤਜ਼ਾਮ ਟੈਂਟਿੰਗ ਦਾ ਇੰਤਜ਼ਾਮ ਇਹਨੇ ਬੜੇ ਬਹੁਤ ਵੱਡੇ ਵੱਡੇ ਜਿਹੜੇ ਇੰਤਜ਼ਾਮ ਨੇ ਉਹ ਕਰਦੇ ਨੇ ਤੇ ਇਸ ਇਸ ਕਰਕੇ ਸਾਡੇ ਤੋਂ ਵੀ ਜ਼ਿਆਦਾ ਇੰਤਜ਼ਾਮ ਉਹਨਾਂ ਦੇ ਹਿੱਸੇ ਆਇਆ ਹੁੰਦਾ ਵਾ ਤੇ ਇਸੇ ਤਰ੍ਹਾਂ ਜਦੋਂ ਫਿਰ ਅਸੀਂ ਇੱਥੇ ਜੋੜ ਮੇਲਾ ਮਨਾਇਆ ਗਿਆ ਸ਼ਬੀਲ ਦਾ ਇੰਤਜ਼ਾਮ ਬਹੁਤ ਵਧੀਆ ਸੀ ਇਹਥੇ ਇਸ ਜੋੜ ਮੇਲੇ ਦੇ ਵਿੱਚ ਕੀਤਾ ਗਿਆ ਲੋਕੀ ਬਹੁਤ ਖੋਸ਼ ਸਨ ਪਰ ਅਖੀਰ ਦੇ ਵਿੱਚ ਇੱਕ ਸਾਡੇ ਯਾਤਰੀ ਦੀ ਡੈਥ ਹੋ ਗਈ ਸੀ ਉਹ بیمار ਹੋ ਗਏ ਸੀ ਡੈਥ ਵਿਸਾਖੀ ਤੇ ਹੋਈ ਸੀ ਇਸ ਵਾਰੀ بیمار ਹੋ ਗਏ ਸੀਗੇ ਜੈਸੀ ਬੜੀ ਕੋਸ਼ਿਸ਼ਾਂ ਨਾਲ ਉਹਨਾਂ ਨੂੰ ਫਿਰ ਉਥੇ ਪਹੁੰਚਾਇਆ ਵਾਗੇ ਬੜਾ ਅਖੀਰਲੇ ਦਿਨ ਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਮੈਡੀਕਲ ਵੀ ਤੁਹਾਨੂੰ ਪਤਾ ਫਿਰ ਦੇਣਾ ਪੈਂਦਾ ਵਾ ਹਸਪੀਟਲ ਲੈ ਕੇ ਗਏ ਉਹਨਾਂ ਨੇ ਕੁਝ ਨੇ ਵੀ ਚੈੱਕ ਅਪ ਹੋਏ ਕਿਉਂਕਿ ਲਾਹੌਰ ਦੇ ਵਿੱਚ ਜਦੋਂ ਪਹਿਲੇ ਪੰਜਾ ਸਾਹਿਬ ਜਾਂਦੇ ਆ ਫਿਰ ਨਨਕਾਣਾ ਸਾਹਿਬ ਜਾਂਦੇ ਆ ਫਿਰ ਲਾਹੌਰ ਇਹਨਾਂ ਦਾ ਆਖਰੀ ਪੜਾਉ ਹੁੰਦਾ ਵਾ ਤੇ 10 ਦਿਨ ਚ ਬਹੁਤ ਜ਼ਿਆਦਾ ਥੱਕ ਜਾਂਦੇ ਨੇ ਤੇ ਆਂਦੇ ਵੀ ਅਸਲ ਚ ਇਸ ਤਰ੍ਹਾਂ ਹੁੰਦਾ ਕਿ ਬਡੇਰ ਉਮਰ ਦੇ ਲੋਕੀ ਜ਼ਿਆਦਾ ਆਂਦੇ ਨੇ ਤੇ ਫਿਰ ਇਸ ਥੱਕ ਜਾਂਦੇ ਨੇ ਤੇ ਫਿਰ ਜਦੋਂ ਇੱਥੇ ਆਉਂਦੇ ਨੇ ਤੇ ਆਖਰੀ ਪੜਾਉ ਉਹ ਇਹਨਾਂ ਦਾ ਹੁੰਦਾ ਵਾ ਤੇ ਗਰਮੀ ਦਾ ਮੌਸਮ ਆ ਬਾਹਰ ਨਿਕਲਣਾ ਇਹਨਾਂ ਨੇ ਕਿਉਂਕਿ ਇਹ ਲਾਹੌਰ ਦੇ ਵਿੱਚ ਵੀ 3-4 ਗੁਰਦੁਆਰੇ ਨੇ ਜਿਵੇਂ ਚੂਨਾ ਮੰਡੀ ਹੈ ਉਹ RAMDAS ਜੀ ਦਾ ਜਨਮ ਸਥਾਨ ਔਰ ਇਸ ਤੋਂ ਇਲਾਵਾ ਗੁਰਦੁਆਰਾ ਸਿੰਘ ਸਿੰਘਣੀਆਂ ਹੈ ਤੇ ਇਹਨਾਂ ਦੇ ਦਰਸ਼ਨ ਕਰਦੇ ਹੋਏ ਲੋਕੀ ਕਾਫੀ ਥੱਕ ਜਾਂਦੇ ਨੇ ਤੇ ਵਾਪਸੀ ਦਾ ਇਹਨਾਂ ਦਾ ਫਿਰ ਥੋੜੀ ਬਹੁਤ ਬਿਮਾਰ ਹੋ ਜਾਂਦੇ ਨੇ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕਰਦੇ ਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ETBB ਤੇ ਬਾਕੀ ਵੀ ਜਿੰਮੇਦਾਰ ਆ ਕਿ ਇੱਕ ਇੱਕ ਬੰਦੇ ਦਾ ਅਸੀਂ ਬਹੁਤ ਖਿਆਲ ਰੱਖਦੇ ਆਂ ਤੇ ਗੁਰਦੁਆਰੇ ਚ AC ਇਸ ਵਾਰੀ ਅਸੀਂ ਲਗਾਏ ਸੀ ਇਹਨਾਂ ਵਾਸਤੇ ਖਾਸ ਤੌਰ ਤੇ ਕਿ ਜੀ AC ਚ ਰਹਿਣ ਤਾਂ ਕਿ ਬਿਮਾਰ ਘਟ ਹੋਣ ਤੇ ਸਹੂਲਤਾਂ ਕਾਫੀ ਦਿੱਤੀਆਂ ਸੀ ਅੱਛਾ ਭੈਣ ਜੀ ਐਕੀ ਜੋੜ ਮੇਲੇ ਤੇ ਕਿੰਨੀ ਸੰਗਤ ਆਈ ਸੀ ਬਾਹਰੋਂ 900 950 ਦੇ ਤਕਰੀਬਨ ਆਏ ਸੀ ਇੰਡੀਅਨ ਹੀ ਸੀਗੇ ਸਾਰੇ ਸਾਡੇ ਕੋਲ ਇਸ ਵਾਰੀ ਥੋੜੇ ਜਿਹਾ ਕਾਬਲੀ ਵੀ ਆਈ ਸੀ ਇੰਗਲੈਂਡ ਤੋਂ ਆਈ ਸੀ ਕਿਉਂਕਿ ਉਹ ਜੋੜ ਮੇਲੇ ਤੇ ਹਰ ਵਾਰੀ ਗੁਰअर्जਨਦੇਵ ਜੀ ਦੀ ਸ਼ਹੀਦੀ ਤੇ ਆਂਦੇ ਨੇ ਉਹ ਇੰਗਲੈਂਡ ਤੋਂ ਆਈ ਸੀ ਇੱਕ 8 10 ਬੰਦੇ ਸੀ ਉਹਨਾਂ ਦੇ ਵੀ ਉਹ ਵੀ ਆਏ ਸੀ ਇੱਕ ਹੋਰ ਇਸੇ ਤਰ੍ਹਾਂ ਰਣਜੀਤ ਸਿੰਘ ਰਾਣਾ ਹੈ ਇੰਗਲੈਂਡ ਤੋਂ ਜੱਥੇ ਲੈ ਕੇ ਆਂਦਾ ਉਹ ਵੀ ਆਇਆ ਸੀਗਾ ਜੋੜ ਮੇਲੇ ਦੇ ਉੱਤੇ ਐਸ ਦਾ ਵਾ ਸਾਡੇ ਕੋਲ ਹੈ ਸੀ 9950 ਬੰਦਾ ਕਾਫੀ ਲੋਗ ਆ ਗਏ ਸੀ ਇਸ ਮੇਲੇ ਤੇ ਟੋਟਲ ਜਿਸਲੇ ਤੁਹਾਡਾ ਮੇਨ ਸਰਮਨੀ ਸੀ ਉਦੋਂ ਕਿੰਨੀ ਕ ਸੰਗਤ ਹੋਈਗੀ ਉਦੋਂ ਤੇ ਬਾਜੀ ਕਾਫੀ ਸੰਗਤ ਸੀ ਕਿਉਂਕਿ ਨਨਕਾਣਾ ਸਾਹਿਬ ਦੀ ਸੰਗਤ ਸੀ ਪੰਜਾ ਸਾਹਿਬ ਦੀ ਸੰਗਤ ਸੀ ਲਾਹੌਰ ਦੇ ਵਿੱਚ ਆਪ 134-35 ਘਾਰ ਇਸ ਵੇਲੇ ਨੇ ਤੇ ਕਾਫੀ ਸੰਗਤ ਹੋ ਗਈ ਸੀ ਗੁਰਦੁਆਰਾ ਤੁਹਾਨੂੰ ਪਤਾ ਡੇਰਾ ਸਾਹਿਬ ਜਿਹੜਾ ਗੁਰਦੁਆਰਾ ਵਾ ਬਹੁਤ ਜ਼ਿਆਦਾ ਵੱਡਾ ਨਹੀਂ ਹੈ ਨਨਕਾਣਾ ਸਾਹਿਬ ਦੀ ਤਾ ਉਹਦੇ ਵਿੱਚ ਮਤਲਬ ਫਿਰ ਵੀ ਕੋਈ ਪੈਰ ਰੱਖਣ ਦੀ ਥਾਂ ਨਹੀਂ ਸੀ ਇੰਨੀ ਸੰਗਤ ਕਾਫੀ ਸੰਗਤ ਹੋ ਗਈ ਸੀ ਹਾਂਜੀ ਅੱਛਾ 10 ਦਿਨ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਪਹਿਲੇ ਪੰਜਾ ਸਾਹਿਬ ਗਏ ਪੰਜਾ ਸਾਹਿਬ ਕਿੰਨੇ ਤੇ ਕਿੰਨੇ ਦਿਨ ਇਹਨਾਂ ਨੇ ਸਟੇ ਕੀਤਾ ਭੈਣ ਜੀ ਪੰਜਾ ਸਾਹਿਬ ਦੋ ਰਾਤ ਦਾ ਸਟੇ ਹੁੰਦਾ ਵਾ ਕਿਉਂਕਿ ਐ ਨਾ ਪਿਛਲੇ ਪਹਿਲੇ ਕਰਤਾਰਪੁਰ ਸਾਹਿਬ ਦੇ ਵਿੱਚ ਸਟੇ ਨਹੀਂ ਕਰਦੇ ਸੀਗੇ ਹੁਣ ਅਸੀਂ ਇਸ ਤਰ੍ਹਾਂ ਵਾਂ ਕਿ ਦੋ ਰਾਤ ਦਾ ਸਟੇ ਪੰਜਾ ਸਾਹਿਬ ਰੱਖਿਆ ਵਾ ਫਿਰ ਉਥੋਂ ਨਿਕਲਦੇ ਅਸੀਂ ਦਾ ਨਨਕਾਣਾ ਸਾਹਿਬ ਜਾਂਦੇ ਆ ਫਿਰ ਨਨਕਾਣਾ ਸਾਹਿਬ ਵੀ ਦੋ ਰਾਤਾਂ ਦਾ ਕਿਉਂਕਿ ਇੱਕ ਦਿਨ ਨਨਕਾਣਾ ਸਾਹਿਬ ਦੇ ਜਿਸ ਤਰ੍ਹਾਂ ਹੁੰਦਾ ਵਾ ਕਿ ਇੱਕ ਰਾਤ ਨੂੰ ਠਹਿਰ ਕੇ ਅਗਲੇ ਦਿਨ ਸੱਚੇ ਸੌਦੇ ਵੀ ਜਾਣਾ ਹੁੰਦਾ ਵਾ ਸੰਗਤ ਨੇ ਸੱਚੇ ਸੌਦੇ ਸਾਰਾ ਦਿਨ ਸਤ ਗੁਰਦੁਆਰੇ ਨਨਕਾਣਾ ਸਾਹਿਬ ਦੇ ਵੀ ਵੇਖਦੇ ਨੇ ਵਿੱਚ ਫਿਰ ਸੱਚਾ ਸੌਦਾ ਗੁਰਦੁਆਰਾ ਵੀ ਵੇਖਣਾ ਹੁੰਦਾ ਵਾ ਤੇ ਫਿਰ ਉਸ ਤੋਂ ਬਾਅਦ ਇਹਨਾਂ ਦੇ ਦੋ ਦਿਨ ਉੱਥੇ ਲੱਗ ਜਾਂਦੇ ਨੇ ਫਿਰ ਉਸ ਤੋਂ ਬਾਅਦ ਜਾਂਦੇ ਆ ਕਰਤਾਰਪੁਰ ਸਾਹਿਬ ਉੱਥੇ ਵੀ ਫਿਰ ਇਹ ਦੋ ਦਿਨ ਉੱਥੇ ਦੋ ਰਾਤਾਂ ਰਹਿੰਦੇ ਨੇ ਕਿਉਂਕਿ ਇਹਨਾਂ ਦੀ ਆਪਣੇ ਫਾਇਸੇ ਸੀ ਕਿਸੇ ਕਿਸ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਰਾਤ ਰਹੀਏ ਉੱਥੋਂ ਆਂਦੇ ਹੈ ਨੇ ਜਿਹੜੇ ਸਿੰਘ ਆਂਦੇ ਨੇ ਰੋਜ਼ ਡੇਲੀ Indeed. ਇੰਡੀਆ ਤੋਂ ਲੇਕਿਨ ਉਹ ਰਾਤ ਰਹਿਣ ਵਾਸਤੇ ਉਹਨਾਂ ਦੇ ਵਾਸਤੇ ਉੱਥੇ ਨਹੀਂ ਹੈਗੀ ਕਿ ਉਹ ਰਾਤ ਰਹਿਣ ਤੇ ਇਸ ਕਰਕੇ ਉਹ ਦਿਨੇ-ਦਿਨੇ 4 ਵਜੇ ਤੱਕ 5 ਵਜੇ ਤੱਕ ਵਾਪਸ ਘਰਾਂ ਨੂੰ ਚਲੇ ਜਾਂਦੇ ਨੇ ਤੇ ਇੱਥੇ ਫਿਰ ਸੰਗਤ ਦੀ ਆਖਿਸ਼ ਹੁੰਦੀ ਹੈ ਕਿ ਅਸੀਂ ਕਰਤਾਰਪੁਰ ਜਿੱਥੇ ਕਿ ਗੁਰਨਾਨ ਸਿੰਘ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ گزارੇ ਸੀ ਜਿੱਥੇ ਬਹੁਤ ਜ਼ਿਆਦਾ ਬਾਣੀ ਰਚੀ ਹੋਈ ਹੈ ਇਸ ਕਰਕੇ ਉਹ ਚਾਹੁੰਦੇ ਕਿ ਇੱਥੇ ਅਸੀਂ ਵੀ ਇੱਕ ਜਾਂ ਦੋ ਰਾਤਾਂ ਰਹਿ ਲਈਏ ਤੇ ਇਸ ਕਰਕੇ ਫਿਰ ਸਾਡਾ ਇਹ ਹੁੰਦਾ ਕਿ ਦੋ ਰਾਤਾਂ ਉੱਥੇ ਰਹਿ ਲੈਂਦੇ ਆ ਫਿਰ ਲਾਹੌਰ ਆਉਂਦੇ ਨੇ ਲਾਹੌਰ ਇਹਨਾਂ ਦਾ ਤਕਰੀਬ ਆਖਰੀ ਪੜਾਓ ਹੁੰਦਾ ਵਾ ਯਾਤਰਾ ਦਾ ਤੇ ਫਿਰ ਉਹ ਇੱਥੇ ਆ ਕੇ ਇੱਥੇ ਆਪਣੀ ਰਹਿ ਲੈਂਦੇ ਨੇ ਦੋ ਰਾਤਾ ਤਿੰਨ ਰਾਤਾ ਇੱਕ ਇੱਕ ਰਾਤ ਵੱਧ ਇੱਥੇ ਹੋ ਜਾਂਦੀ ਹੈ ਕਿਉਂਕਿ ਆਖਰੀ ਦਿਨ ਫਿਰ ਇਹਨਾਂ ਨੇ ਆਵਾਗਾ ਬਾਰਡਰ ਇੱਥੇ ਹੀ ਵਾਪਸ ਜਾਣਾ ਹੁੰਦਾ ਤੇ ਇਸ ਤਰੀਕੇ ਨਾਲ ਅਸੀਂ ਇਹਨਾਂ ਦੀ ਸਾਰੇ ਜਿਹੜੇ ਹੈ ਇੰਤਜ਼ਾਮ ਕਰਤੀ ਅੱਛਾ ਜਿੰਨੇ ਜਿਹੜੇ ਯਾਤਰੀ ਹੈ ਔਰ ਸਪੈਸ਼ਲੀ ਜਿਹੜੀਆਂ ਖਵਤਿਨ ਸਨ ਜਿਹੜੀਆਂ ਫੀਮੇਲ ਸਾਡੀਆਂ ਕੋਰ ਭੈਣਾ ਮਾਵਾਂ ਸਨ ਉਹਨਾਂ ਦੇ ਕਿਸ ਤਰ੍ਹਾਂ ਦੇ ਵਿਊ ਸਨ ਕਿਸ ਤਰ੍ਹਾਂ ਦੇ ਵਿਚਾਰ ਸਨ ਪਾਕਿਸਤਾਨ ਆ ਕੇ ਕਈ ਹੈ ਕਿ ਪਹਿਲੀ ਦਫਾ ਵੀ ਆਏ ਨੇ ਕਈ ਦੂਜੀ ਦਫਾ ਆਏ ਹੋਣਗੇ ਕਈ ਤੀਜੀ ਦਫਾ ਆਏ ਹੋਣਗੇ ਤੇ ਤੋਂ ਤੁਹਾਡੇ ਨਾਲ ਤੁਸੀਂ ਕਿਉਂਕਿ ਉਹਨਾਂ ਨਾਲ ਮਿਲ ਕੇ ਬੈਠਦੇ ਸੋ ਤੁਸੀਂ ਉਹਨਾਂ ਨਾਲ ਸਾਰੇ ਮਾਮਲਾ ਚ ਪੁੱਛਦੇ ਸੋ ਉਹਨਾਂ ਦਾ ਹਾਲ ਚਾਲ ਪੁੱਛਦੇ ਸੋ ਉਹਨਾਂ ਨੂੰ ਲੰਗਰ ਪਾਣੀ ਦਾ ਪੁੱਛਦੇ ਸੋ ਉਹਨਾਂ ਦੀ ਤੁਸੀਂ ਸੇਵਾ ਚ ਲੱਗੇ ਸੋ ਉਹਨਾਂ ਦੇ ਕੈਸੇ ਥਿਊਸ ਹਨ ਇਸ ਯਾਤਰਾ ਦੇ ਬਾਰੇ ਉਹਨਾਂ ਦੇ ਉਹ ਜਿਹੜੇ ਲੋਕ ਤੇ ਪਹਿਲੀ ਦਫਾ ਆਉਂਦੇ ਆ ਉਹ ਤੇ ਇੰਨਾ ਰੋਂਦੇ ਆ ਵਾਗੇ ਬਾਰਡਰ ਤੋਂ ਹੀ ਰੋਣਾ ਸ਼ੁਰੂ ਕਰ ਦਿੰਦੀਆਂ ਬੀਬੀਆਂ ਵੀ ਤੇ ਬੰਦੇ ਵੀ ਕਿ ਅਸੀਂ ਪਾਵਨ ਤਰਤੀ ਕਿਉਂਕਿ ਪਾਕਿਸਤਾਨ ਬਾਬੇ ਨਾਨਕ ਦੀ ਧਰਤੀ ਹੈ ਤੇ ਇਹ ਸਾਡੇ ਵਾਸਤੇ ਬਹੁਤ ਹੀ ਪਾਵਨ ਧਰਤੀ ਹੈ ਦੁਨੀਆ ਦੇ ਵਿੱਚ ਜਿੱਥੇ ਵੀ ਸਿੱਖ ਰਹਿੰਦਾ ਵਾ ਉਹ ਉਹ ਸਿਰਫ ਨਨਕਾਣਾ ਸਾਹਿਬ ਦੀ ਸੋਚ ਹੀ ਰੱਖਦਾ ਵਾ ਕਿ ਕਦੋਂ ਅਸੀਂ ਨਨਕਾਣਾ ਸਾਹਿਬ ਦੀਸ ਪਾਵਨ ਅਸਥਾਨ ਤੇ ਜਾਈਏ ਤੇ ਕਦੋਂ ਉਹਨੂੰ ਅਸੀਂ ਸਜਦਾ ਕਰੀਏ ਤੇ ਇਸ ਕਰਕੇ ਉਹ ਜਿਸ ਤਰ੍ਹਾਂ ਹੀ ਵਾਗੇ ਬਾਰਡਰ ਤੋਂ ਲਾਹੌਰ ਆਂਦੇ ਨਹੀਂ ਤੇ ਲਾਹੌਰ ਦੇ ਵਿੱਚ ਉਹ ਰੋਣਾ ਹੀ ਸ਼ੁਰੂ ਕਰ ਦਿੰਦੇ ਨੇ ਕਿਤੇ ਪਤਾ ਨਹੀਂ ਬਾਬੇ ਨਾਨਕ ਨੂੰ ਅਸਿੱਕਾ ਦੋ ਦਿਆਂ ਅਰਦਾਸਾ ਕਰ ਰਹੀਆਂ ਕਰ ਰਹੇ ਆ ਕਿ ਅਸੀਂ ਇਸ ਪਾਵਨ ਤਰਤੀ ਤੇ ਜਾ ਸਕੀਏ ਤੇ ਅੱਜ ਸਾਡੀ ਅਰਦਾਸ ਕਬੂਲ ਹੋ ਗਈ ਹੈ ਕਾਫੀ ਲੋਕਾਂ ਨੂੰ ਜਦੋਂ ਵੀ ਮੈਂ ਮਿਲਦੀ ਆਵਾਂਗੇ ਬਾਰਡਰ ਤੇ ਬਹੁਤ ਬੀਬੀਆਂ ਰੋਂਦੀਆਂ ਨੇ ਕਿ ਅਸੀਂ ਪਹਿਲੀ ਵਾਰ ਹੀ ਆਏ ਆ ਤੇ ਜਿਹੜੇ ਦੂਸਰੀ ਤੀਸਰੀ ਵਾਰੀ ਵੀ ਆਏ ਆ ਉਹਨਾਂ ਦੀ ਵੀ ਇਹੀ ਹੁੰਦਾ ਵਾ ਕਿਆਸੀ ਇਸ ਕਰਕੇ ਬਾਰ-ਬਾਰ ਆਨੇ ਕਿ ਜ਼ਿੰਦਗੀ ਦਾ ਕੋਈ ਪਤਾ ਨਹੀਂ ਲੇਕਿਨ ਇਹ ਸਥਾਨ ਸਾਡੀ ਜ਼ਿੰਦਗੀ ਚ ਬੜਾ ਮਹੱਤਵਪੂਰਨ ਹੈ ਇੱਥੋਂ ਹੀ ਸਾਡੀ ਜਿਹੜਾ ਹੈਗਾ ਵਾ ਕਿ ਧਰਮ ਸ਼ੁਰੂ ਹੁੰਦਾ ਵਾ ਇਸ ਕਰਕੇ ਉਹ ਬਾਰ-ਬਾਰ ਆਉਂਦੇ ਆ ਤੇ ਉਹ ਬਹੁਤ ਖੁਸ਼ ਹੁੰਦੇ ਨੇ ਇੱਥੇ ਆ ਕੇ ਇੱਥੇ ਨਾ ਉਹਨਾਂ ਨੂੰ ਸਹੂਲਤਾਂ ਦੀ ਜ਼ਰੂਰਤ ਹੁੰਦੀਆਂ ਨਾ ਕੁਛ ਉਹ ਕਹਿੰਦੇ ਬਸ ਅਸੀਂ ਬਾਬੇ ਨਾਨਕ ਦੀ ਤਰਤੀ ਤੇ ਇੱਕ ਵਾਰੀ ਜਾ ਕੇ ਮੱਥਾ ਟੇਕ ਲਈਏ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਖੁਸ਼ ਬਹੁਤ ਲੋਕ ਖੁਸ਼ ਹੋ ਕੇ ਜਾਂਦੇ ਐਸੇ ਕਰਕੇ ਤੇ ਉਹ ਬਾਰ-ਬਾਰ ਆਉਂਦੇ ਨੇ ਕਿਉਂਕਿ ਸ਼ਹੀਦੀ ਜੋੜ ਮੇਲਾ ਜਿਹੜਾ ਸੀਗਾ ਉਸ ਉਹਦੀ ਅਸੀਂ ਨਾਨਕਸ਼ਹੀ ਦੇ ਥਰੂ ਮਨਾਉਂਦੇ ਆਂ ਸ਼ਹੀਦੀ ਜੋੜ ਮੇਲਾ ਤੇ ਇੰਡੀਆ ਦੇ ਵਿੱਚ ਉਹ ਉਸੇ ਉਹਦੇ ਥਰੂ ਨਹੀਂ ਮਨਾਇਆ ਜਾਂਦਾ ਤੇ ਇਸ ਕਰਕੇ ਜਦੋਂ ਵੀ ਉਹ ਲੋਕ ਆਏ ਉਹ ਆਪਣੀ ਮਰਜ਼ੀ ਨਾਲ ਸਾਰੇ ਆਏ ਹੋਏ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਜਥਾ ਨਹੀਂ ਸੀ ਭੇਜਿਆ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਇਆ ਸੀ ਤੇ ਬਾਕੀ ਲੋਕਾਂ ਨੇ ਛੋਟੇ ਛੋਟੇ ਜਥੇ ਬਣਾਏ ਸੀ ਤੇ ਉਹਦੇ ਰੂਪ ਦੇ ਵਿੱਚ ਉਹ ਇੱਥੇ ਆਏ ਸਨ ਤੇ ਪਿਛਲੇ ਵੀ ਕਈ ਸਾਲਾਂ ਤੋਂ ਇਹ ਮੁੱਦਾ ਸਾਡੇ ਨਾਨਕ ਸ਼ਹੀ ਕੈਲੰਡਰ ਦਾ ਚੱਲਦਾ ਪਿਆ ਵਾ ਕਿ ਜੀ ਇਹਦੇ ਥਰੂ ਅਸੀਂ ਆਪਣੇ ਜਿਹੜੇ ਗੁਰਪੁਰਬ ਆਸੀਂ ਚਾਹਦੇ ਆ ਪਾਕਿਸਤਾਨ ਦੀ ਜਿਹੜੀ ਗਵਰਨਮੈਂਟ ਐ ਸਾਡੇ ਨਾਲ ਆ ਉਹ ਸਾਨੂੰ ਇਸ ਕਰਕੇ ਕਿ ਉਹ ਕਹਿੰਦੇ ਆ ਕਿ ਤੁਸੀਂ ਆਪਣੇ ਜਿੰਨੇ ਵੀ ਗੁਰਪੁਰਬ ਆ ਉਹ ਆਪਣੀ ਮਰਜ਼ੀ ਨਾਲ ਮਨਾਓ ਤੇ ਸਾਡੇ ਨਾਨਕ ਸ਼ਹੀ ਕੈਲੰਡਰ ਜਿਹੜਾ ਹੈ ਉਹਦੇ ਅਸੀਂ ਸਾਰੇ ਗੁਰਪੁਰਬ ਉਹਦੇ ਰਹੀ ਹੀ ਮਨਾਉਨੇ ਆ ਪਰ ਜਿਹੜੀ ਇੰਡੀਆ ਦੇ ਵਿੱਚ ਹਿੰਦੁਸਤਾਨ ਤੋਂ ਜਿਹੜੀ ਸੰਗਤ ਆਂਦੀ ਆ ਉਹ ਸਾਡੇ ਨਾਲ 16 ਤਰੀਕ ਨੂੰ ਉਹਦੇ ਵਿੱਚ ਨਹੀਂ ਆਂਦੇ ਸੂਗੁਰ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਉਹ 10 ਤਰੀਕ ਨੂੰ ਉਹਨਾਂ ਨੇ ਪਹਿਲਾਂ ਹੀ ਮਨਾ ਲਿਆ ਹੋਇਆ ਸੀ ਤੇ ਫੇਰ ਵੀ ਸੰਗਤਾਂ ਦਾ ਬੜਾ ਸਹਿਯੋਗ ਸੀਗਾ ਜਿਹੜੇ ਕਿ ਉਹ ਇੱਥੇ ਆਏ ਇਹ ਬਹੁਤ ਖੁਸ਼ ਸੀ ਸਾਰੇ ਲੋਗ ਉਹ ਬਾਰ-ਬਾਰ ਬਸਨ ਹੋਈ ਹੀ ਕਹਿੰਦੇ ਸੀ ਕਿ ਪ੍ਰਮਾਤਮਾ ਕਰੇ ਅਸੀਂ ਫੇਰ ਆਈਏ ਫੇਰ ਆਈਏ ਔਰ ਇਹਦੇ ਚ ਕਾਫੀ ਲੋਗ ਹੈ ਜਿਹਦੇ ਸੀ ਜੜੇ ਚਾਰ ਚੱਕ ਪੰਜ-ਪੰਜ ਵਰੀ ਵੀ ਆਏ ਹੋਏ ਸਨ ਜਿਹੜੇ ਕਿ ਪਹਿਲੀ ਵਾਰੀ ਨਹੀਂ ਸੀ ਤੇ ਉਹ ਵੀ ਬਹੁਤ ਖੁਸ਼ ਹੋ ਬਾਰ-ਬਾਰ ਆਣਾ ਹੀ ਇਸ ਕਰਕੇ ਚਾਹਦੇ ਆ ਕਿ ਸਾਡੀ ਇਹ ਧਰਤੀ ਹੈ ਸਾਡੇ ਪੰਜਾਬ ਦੇ ਵਿੱਚ ਜਿੰਨੇ ਵੀ ਗੁਰਦੁਆਰੇ ਨੇ ਉਹ ਸਾਡੇ ਹੀ ਨੇ ਤੇ ਇਸ ਕਰਕੇ ਫਿਰ ਬਾਰ-ਬਾਰ ਆਂਦੇ ਔਰ ਬਹੁਤ ਖੁਸ਼ ਹੋਉਂਦੇ ਨੇ ਭਾਜੀ ਤੇ ਜਿਸਲੇ ਗਏ ਸਨ ਉਹਨਾਂ ਦੇ ਕਿਸ ਤਰ੍ਹਾਂ ਦੇ ਵਿਚਾਰ ਸਨ ਜਦੋਂ ਜਾਣਦੇ ਨੇ ਜਾਣਦੇ ਨੇ ਜਦੋਂ ਵਾਪਸੀ ਚੱਲੇ ਸੀ ਤੇ ਬਹੁਤ ਰੋ ਰਹੀਆਂ ਸੀ ਬੀਬੀਆਂ ਬਹੁਤ ਰੋ ਰਹੀਆਂ ਸੀ ਉਹ ਕਹਿੰਦੀ ਸੀ ਪਤਾ ਨਹੀਂ ਜ਼ਿੰਦਗੀ 'ਚ ਐ ਫੇਰ ਮੇਲੇ ਹੋਣੇ ਕਿ ਨਹੀਂ ਐ ਧਰਤੀਆਂ ਫੇਰ ਅਸੀਂ ਵੇਖਾਂਗੇ ਕਿ ਨਹੀਂ ਕਿਉਂਕਿ ਪਾਕਿਸਤਾਨ ਦੇ ਵਿੱਚ ਵੰਡ ਤੋਂ ਪਹਿਲੇ ਵੀ ਆਪਣੇ ਲੋਕ ਇੱਥੇ ਇੱਥੋਂ ਹੀ ਗਏ ਹੋਏ ਨੇ ਉਹ ਆਪਣੇ ਵੱਡਿਆਂ ਦੇ ਐ ਲਾਹੌਰ ਵੇਖੇ ਕਈ ਲੋਕੀ ਤੇ ਇਹੀ ਵੀ ਕਹਿੰਦੇ ਸੀ ਕਿ ਜਿਨ੍ਹਾਂ ਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ ਆਪਣੇ ਇੱਥੇ ਬੜੀ ਕਹਾਵਤ ਐ ਚੱਲਦੀ ਐ ਤੇ ਉਹਨਾਂ ਨੂੰ ਲਾਹੌਰ ਵੇਖਣ ਦਾ ਸ਼ੌਕ ਹੀ ਇੰਨਾ ਜ਼ਿਆਦਾ ਸੀਗਾ ਕਿ ਜੇ ਅਸੀਂ ਲਾਹੌਰ ਵੇਖੀਏ ਤੇ ਸਾਡੇ ਜਿਹੜੇ ਪ੍ਰਧਾਨ ਸਾਹਿਬ ਨੇ ਅਰੋੜਾ ਸਾਹਿਬ ਨੇ ਉਹਨਾਂ ਨੇ ਉਹਨਾਂ ਨੂੰ ਖੁੱਲੀ ਛੋੜ ਦਿੱਤੀ ਹੋਈ ਸੀ ਕਿ ਤੁਸੀਂ ਲਾਹੌਰ ਦੇ ਵਿੱਚ ਜਿੱਥੇ ਮਰਜ਼ੀ ਘੁੰਮ ਸਕਦੇ ਹੋ ਬਾਜ਼ਾਰਾਂ ਵਿੱਚ ਘੁੰਮ ਸਕਦੇ ਹੋ ਤੋਂ ਇਹਨੇ ਖੁਸ਼ ਹੁੰਦੇ ਸੀ ਬਾਜ਼ਾਰਾਂ ਦੇ ਵਿੱਚ ਵੀ ਜਾ ਜਾ ਕੇ ਕਹਿੰਦੇ ਤੁਹਾਡੇ ਲੋਕਾਂ 'ਚ ਪਾਕਿਸਤਾਨ 'ਚ ਸਾਨੂੰ ਬਹੁਤ ਪਿਆਰ ਮਿਲਿਆ ਬਾਜ਼ਾਰਾਂ 'ਚ ਸਾਨੂੰ ਮਿਨਰਲ ਵਾਟਰ ਦੀਆਂ ਬੋਤਲਾਂ ਤੱਕ ਦਿੱਤੀਆਂ ਗਈਆਂ ਕਿ ਅਸੀਂ ਉਹਨਾਂ ਨੂੰ ਜਦੋਂ ਪਾਣੀ ਦਾ ਕਿਹਾ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਡੇ ਕੋਲ ਪੈਸੇ ਵੀ ਨਹੀਂ ਲੈਣੇ ਤੁਸੀਂ ਇਹ ਪਾਣੀ ਵੀ ਪੀਓ ਕੁਝ ਵੀ ਕਹਿੰਦੇ ਲੈਂਦੇ ਸੀ ਤੇ ਹੰਦੇ ਸੀ ਸਰਦਾਰ ਜੀ ਅਸੀਂ ਤੁਹਾਡੇ ਤੋਂ ਪੈਸੇ ਨਹੀਂ ਲੈਣੇ ਕਿਉਂਕਿ ਤੁਸੀਂ ਸਾਡੇ ਆਪਣੇ ਹੋ ਤੇ ਜਦੋਂ ਵਾਪਸੀ ਉਹਨਾਂ ਦੀ ਬਾਰਡਰ ਦੇ ਉੱਤੇ ਤੇ ਮੈਂ 2 ਦਿਨ ਉੱਥੇ ਹੀ ਰਾਤ ਨੂੰ ਜਾਂਦੀ ਰਹੀਆਂ ਸ਼ਹੀਦੀ ਜਿਹੜਾ ਡੇਰਾ ਸਾਹਿਬ ਗੁਰਦੁਆਰੇ ਤੇ ਉਹ ਜਦੋਂ ਵਾਪਸ ਆਉਂਦੇ ਸੀ ਬਜ਼ਾਰਾ ਤੋਂ ਮੈਨੂੰ ਬਹੁਤ ਗੱਲਾਂ ਸੁਣਾਉਂਦੇ ਸੀ ਮੈਂ ਸੰਗਤ ਦੇ ਨਾਲ ਉੱਥੇ ਬੈਠੀ ਹੁੰਦੀ ਸੀ ਤੇ ਵਿਚਾਰ ਵਟਾਂਦਰਾ ਜਦੋਂ ਮੇਰੇ ਨਾਲ ਕਰਦੇ ਸੀ ਤੇ ਬਹੁਤ ਖੁਸ਼ ਹੁੰਦੀ ਸੀ ਕਹਿੰਦੇ ਇੱਥੇ ਲੋਕਾਂ 'ਚ ਬਹੁਤ ਜ਼ਿਆਦਾ ਪਿਆਰ ਹੈ ਇਹ ਪਿਆਰ ਸਾਨੂੰ ਕਦੀ ਵੀ ਕਿਤੇ ਨਹੀਂ ਮਿਲਿਆ ਤੇ ਕਹਿੰਦੇ ਹਰ ਬੰਦਾ ਸਾਨੂੰ ਸਰਦਾਰ ਜੀ ਕਰਕੇ ਆਵਾਜ਼ ਲਾਂਦਾ ਵਾ ਤੇ ਇਹੀ ਗੱਲਾਂ ਹੁੰਦੀਆਂ ਵਾ ਜਿਹੜੇ ਆ ਕਿ ਉਹਨਾਂ ਨੂੰ ਬਹੁਤ ਖੁਸ਼ ਸੀ ਕਿ ਕਹਿੰਦੇ ਸੀ ਸੁਣਿਆ ਜ਼ਰੂਰ ਸੀਗਾ ਇੰਡੀਆ ਦੇ ਵਿੱਚ ਲੋਕਾਂ ਕੋਲੋਂ ਕਿ ਇੱਥੇ ਲੋਕਾਂ ਦੀ ਇੱਜ਼ਤ ਬਹੁਤ ਆ ਪਰ ਅੱਜ ਵੇਖ ਵੀ ਲਿਆ ਤੇ ਅੱਜ ਅਸੀਂ ਇਹੀ ਪਿਆਰ ਲੈ ਕੇ ਜਾ ਰਹੇ ਹਾਂ ਪਰਮਾਤਮਾ ਕਰੇ ਸਿ ਦੁਬਾਰਾ ਆਈਏ ਤੇ ਦੁਬਾਰਾ ਇਸ ਧਰਤੀ 'ਤੇ ਕਦਮ ਰਖੀਏ ਕਿ ਸਾਨੂੰ ਫੇਰ ਵੀ ਇਹੀ ਪਿਆਰ ਮਿਲਦਾ ਰਹੇ ਹਰ ਵਾਰੀ ਮਿਲੇ ਤੇ ਅਸੀਂ ਫੇਰ ਆਈਏ ਤੇ ਉਹਨਾਂ ਦੀ ਇਹੀ ਖਾਹਿਸ਼ਾਂ ਸੀਗੀਆਂ ਬਾਜੀ ਕੋ ਦੁਬਾਰਾ ਵੀ ਆਣਾ ਚਾਹੁੰਦੇ ਸੀ ਜਿਸ ਲਈ ਜੋੜ ਮੇਲਾ ਖਤਮ ਹੋਇਆ ਸੰਗਤ ਵਾਪਸ ਗਈ 4 ਦਿਨਾਂ ਬਾਅਦ ਫੇਰ ਅਗਲੀ ਸੰਗਤ ਆਤੀ ਤੁਸੀਂ ਉਸੇ ਤਰ੍ਹਾਂ ਫਿਰ ਉਹਨਾਂ ਨੂੰ ਵੈਲਕਮ ਕੀਤਾ ਤੁਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਤੁਸੀਂ ਉਸੇ ਤਰ੍ਹਾਂ ਗੇ ਪਿਆਰ ਮੁਹੱਬਤ ਦੇ ਨਾਲ ਸਰਕਾਰ ਦੇ ਨਾਲ ਉਹਨਾਂ ਨੂੰ ਤੁਸੀਂ ਰਿਸੀਵ ਕੀਤਾ ਸਭ ਤੋਂ ਪਹਿਲਾਂ ਕਿ ਮੈਂ 80 ਬੀਬੀ ਦਾ ਤੇ ਉਹਨਾਂ ਦੇ ਹਾਂਜੀ ਉਹਨਾਂ ਦੇ ادارےਾਂ ਦਾ ਧੰਨਵਾਦ ਕਰਾਂਗੀ ਕਿ ਦੇਖੋ ਜਿਸ ਦਿਨ ਸੰਗਤ ਜਾ ਰਹੀ ਸੀ 17 ਤਰੀਕ ਨੂੰ ਉਸ ਦਿਨ ਈਦ ਸੀਗੀ ਲੇਕਿਨ ਉਹ ਫੇਰ ਵੀ ਸਾਡੇ ਨਾਲ ਗਏ ਉਹਨਾਂ ਨੇ ਸਾਰੇ ਸਾਡੇ ਪਹਿਲੇ ਸਾਡੇ ਮਹਿਮਾਨਾਂ ਨੂੰ ਤੋਰਿਆ ਉਹਨਾਂ ਨੇ ਪਹਿਲੇ ਈਦ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਪਹਿਲਾਂ ਆਪਣੇ ਮਹਿਮਾਨਾਂ ਨੂੰ ਅਸੀਂ ਤੋਰਾਂਗੇ ਉਸ ਤੋਂ ਬਾਅਦ ਅਸੀਂ ਈਦ ਦੇ ਇੰਤਜ਼ਾਮ ਕਰਾਂਗੇ 17 ਤਰੀਕ ਨੂੰ ਚੁੱਕੀ ਈਦ ਸੀਗੀ ਤੇ ਸਾਰੇ ਸਾਡੇ ਨਾਲ ਇਦਾਰੇ ਗਏ ਉੱਥੇ ਸਾਰੇ ਆਮ ਵਧੀਆ ਤਰੀਕੇ ਨਾਲ ਉਹਨਾਂ ਨੂੰ ਸੀ ਆਫ ਕੀਤਾ ਤੇ ਉਹਨਾਂ ਨੂੰ ਭੇਜਿਆ ਤੇ ਫਿਰ ਜਦੋਂ ਦੂਸਰੀ 4 ਦਿਨ ਬਾਅਦ ਫਿਰ ਉਹ ਈਦ ਦੇ ਦਿਨ ਹਲੇ ਗੁਜ਼ਰੇ ਹੀ ਸੀਗੇ ਵੇ ਵਿਚਾਰੇ ਆਨੇ ਫਿਰ ਸਾਡੇ ਨਾਲ ਜਾਣਾ ਪਿਆ ਤੇ ਫਿਰ ਅਸੀਂ 21 ਤਰੀਕ ਨੂੰ ਫੇਰ ਗਏ ਫਿਰ ਜਦੋਂ ਜਥੇ ਆਏ ਫਿਰ ਇਸੇ ਤਰ੍ਹਾਂ 4 450 ਬੰਦਾ 450 ਬੰਦਾ ਆਇਆ ਸੀ ਮਹਾਰਾਜਾ ਰਣਜੀਤ ਸਿੰਘ ਦੀ ਕਿਉਂਕਿ ਗਰਮੀ ਦਾ ਮੌਸਮ ਆ ਕਾਫੀ ਜ਼ਿਆਦਾ ਇੱਥੇ ਗਰਮੀ ਇੱਥੇ ਵੀ ਪੈਂਦੀ ਹੈ ਪੰਜਾਬ ਵੀ ਕੋਈ ਤਰ੍ਹਾਂ ਵਾ ਲੇਕਿਨ ਲੋਕ ਇਹਦੇ ਤੇ ਥੋੜੇ ਹੀ ਆਉਂਦੇ ਨੇ ਤੇ ਉਹ ਫਿਰ ਜਦੋਂ ਆਏ ਦੇ ਉਹ ਬਹੁਤ ਖੁਸ਼ ਸੀ ਉਹਨਾਂ ਨੂੰ ਕੋਈ ਐਸ ਤਰ੍ਹਾਂ ਦਾ ਨਹੀਂ ਸੀ ਮੈਂ ਕਈਆਂ ਨੂੰ ਪੁੱਛਿਆ ਵੀ ਕਿ ਮਾਤਾ ਜੀ ਤੁਹਾਨੂੰ ਅਗਰ ਗਰਮੀ ਲੱਗਦੀ ਹੈ ਫਿਰ ਸਾਨੂੰ ਦੱਸੋ ਤਾਂ ਕਿ ਅਸੀਂ ਤੁਹਾਨੂੰ ਕਿਤੇ ਠੰਡੀ ਜਗ੍ਹਾ ਤੇ ਬਿਠਾ ਦੇਣਾ ਕਹਿੰਦੇ ਨਹੀਂ ਬਹੁਤ ਅਸੀਂ ਧਰਤੀ ਵੇਖ ਲਈ ਐਸ ਤਰ੍ਹਾਂ ਤੇ ਕਦਮ ਰੱਖ ਲਿਆ ਨਾ ਕਹਿੰਦੇ ਜਿੰਨੀ ਦੇਰ ਤੱਕ ਅਸੀਂ ਵਾਗੇ ਬਾਰਡਰ ਆਏ ਸਾਨੂੰ ਯਕੀਨ ਨਹੀਂ ਸੀ ਹੋ ਰਿਹਾ ਲੇਕਿਨ ਜਦੋਂ ਅੱਗੇ ਆਏ ਹੁਣ ਤੁਸੀਂ ਮਿਲ ਪਏ ਹੁਣ ਸਾਨੂੰ ਯਕੀਨ ਹੋ ਗਿਆ ਕਿ ਅਸੀਂ ਪਾਕਿਸਤਾਨ ਆ ਗਏ ਤੇ ਕੰਮ ਕਿ ਲੋਕਾਂ ਦੇ ਦਿਲਾਂ 'ਚ ਸ਼ੱਕ ਹੁੰਦਾ ਵਾ ਜੀਨੀ ਇੰਦਰ ਤੱਕ ਉਹ ਪਹੁੰਚਦੇ ਨਹੀਂ ਉਹਨਾਂ ਦੇ ਉਹ ਵਿਚਾਰੀਆਂ ਰੋਂਦੀਆਂ ਸੀ ਵਾਗੇ ਬਾਰਡਰ ਤੇ ਆ ਕੇ ਕਿ ਪਤਾ ਨਹੀਂ ਇੱਥੋਂ ਅੱਗੇ ਜਾਣ ਦੇਣਗੇ ਕਿ ਨਹੀਂ ਤੇ ਜਦੋਂ ਇੱਥੇ ਆਏ ਬਹੁਤ ਉੱਚ ਸੀਗੀਆਂ ਬੀਬੀਆਂ ਕਿ ਅਸੀਂ ਇੱਥੇ ਦਰਸ਼ਨ ਕਰਾਂਗੇ ਦਰਸ਼ਨ ਮੇਲੇ ਕਰਾਂਗੇ ਸਾਡੀ ਫੇਰ ਉਹੀ ਰੂਟੀਨ ਕਿ ਅਸੀਂ ਲੰਗਰ ਲੈ ਕੇ ਗਏ ਹੋਏ ਸੀ ਸਵੇਰੇ 8 ਵਜੇ ਦਾ ਉੱਥੇ ਲੰਗਰ ਪਹੁੰਚ ਚੁੱਕਿਆ ਹੋਇਆ ਸੀ ਅਸੀਂ ਲੰਗਰ ਤੇ ਸ਼ਬੀਲਾ ਸ਼ਬੀਲਾ ਤੇ ਇਸ ਕਰਕੇ ਜੂਸ ਸਾਡੇ ਪ੍ਰਧਾਨ ਸਾਹਿਬ ਨੇ ਇਸ ਵਾਰੀ ਕਿਹਾ ਸੀ ਕਿ ਹਰ ਤਰ੍ਹਾਂ ਦਾ ਇੱਥੇ ਨੈਸਲੇ ਦਾ ਜੂਸ ਵੀ ਹੋਣਾ ਚਾਹੀਦਾ ਲੋਕਾਂ ਨੇ ਕਿ ਲੋਕੀ ਸਾਡੇ ਬਿਮਾਰ ਨਾ ਹੋਣ ਪੂਰਾ ਦਿਨ ਗਰਮੀ ਦੇ ਵਿੱਚ ਜਦੋਂ ਆਂਦੀ ਨੇ ਤੇ ਕੋਈ ਬਿਮਾਰ ਨਾ ਹੋਵੇ ਤੇ ਉਹਨਾਂ ਨੇ ਹਰ ਤਰ੍ਹਾਂ ਦੀ ਫੈਸਿਲਿਟੀਆਂ ਇੱਥੇ ਸਾਡੇ ਕੋਲ ਰਖਵਾਈਆਂ ਹੋਈਆਂ ਸੀ ਕਿ ਤੁਸੀਂ ਇੱਥੇ ਖੜੇ ਹੋ ਕੇ ਬਸ ਲੋਕਾਂ ਨੂੰ ਵੈਲਕਮ ਕਰਨਾ ਵਾ ਤੇ ਨਾਲੋਂ ਨਾਲ ਉਹਨਾਂ ਨੂੰ ਜੂਸ ਪਾਣੀ ਸਾਰਾ ਕੁਝ ਇੱਥੇ ਦੇ ਰਏ ਸੀਗੇ ਤੇ ਲੋਕੀ ਹੋਸ਼ ਸੀਗੇ ਆਕੇ ਤੇ ਫਿਰ ਪਹਿਲੇ ਦਿਨ ਆਣਾ ਹੁੰਦਾ ਸਟੈਮਨਾ ਵੀ ਬੜਾ ਵਧੀਆ ਹੁੰਦਾ ਲੋਕਾਂ ਦਾ ਕਿ ਜੀ ਹੁਣ ਤੇ ਆਏ ਆ ਤੇ ਖੁਸ਼ ਖੁਸ਼ੀ ਦੀ ਵਜ੍ਹਾ ਨਾਲ ਉਹ ਇੰਨੇ ਵੱਧਦੇ ਫੁੱਲਦੇ ਪਏ ਸੀ ਤੇ ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਪਹਿਲੇ ਜਥਾ ਆਇਆ ਸੀ ਪੰਜਾ ਸਾਹਿਬ ਫਿਰ ਤੋੜਿਆ ਤੇ ਉਸ ਤੋਂ ਬਾਅਦ ਨਨਕਾਣਾ ਸਾਹਿਬ ਦੇ ਵਿੱਚ ਇੰਤਜ਼ਾਮ ਕੀਤੇ ਗਏ ਉਸ ਤੋਂ ਬਾਅਦ ਇਧਰ ਕਰਤਾਰਪੁਰ ਸਾਹਿਬ ਜਥਾ ਗਿਆ ਤੇ ਫਿਰ ਨਾਲ ਦੇ ਨਾਲ ਆਖਰੀ ਦੇ ਵਿੱਚ ਇਹ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਪਾਵਨ ਧਰਤੀ ਲਾਹੌਰ ਸ਼ਹਿਰ ਲਾਹੌਰ ਸ਼ਹਿਰ ਕਈ ਵਜ੍ਹਾ ਤੋਂ ਸਾਡੇ ਸਿੱਖਾਂ ਵਾਸਤੇ ਬੜੀ ਮਹਾਨਤਾ ਰੱਖਦਾ ਹੈ ਕਿ ਇਸ ਪਾਵਨ ਪਵਿੱਤਰ ਸ਼ਹਿਰ 'ਚ ਮਹਾਰਾਜਾ ਰਣਜੀਤ ਸਿੰਘ ਜਦੋਂ ਰਾਜਾ ਬਣਿਆ ਸੀ ਨਾ ਪਹਿਲੇ 1799 ਦੇ ਵਿੱਚ ਤੇ ਪਹਿਲਾ ਰਾਜ ਉਹਨਾਂ ਨੇ ਲਾਹੌਰ ਸ਼ਹਿਰ ਤੋਂ ਹੀ ਆਰੰਭ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਗੁਰਾਂ ਗੁਰੂ ਅਮਰਦਾਸ ਜੀ ਦੀ ਪਾਵਨ ਪਵਿੱਤਰ ਧਰਤੀ ਜਿਹੜੀ ਹੈਗੀ ਹੈ ਜਿਹੜਾ ਜਨਮ ਸਥਾਨ ਆ ਉਹ ਵੀ ਲਾਹੌਰ ਸ਼ਹਿਰ ਦੇ ਵਿੱਚ ਆ ਮਹਾਰਾਜ ਗੁਰअर्जਨ ਦੇਵ ਜੀ ਦੇ ਸ਼ਹੀਦੀ ਸਥਾਨ ਉਹ ਵੀ ਲਾਹੌਰ ਸ਼ਹਿਰ ਦੇ ਵਿੱਚ ਆ ਤੇ ਇਸ ਕਰਕੇ ਸਾਡੇ ਵਾਸਤੇ ਬਹੁਤ ਮਹਾਨਤਾ ਰੱਖਦਾ ਹੈ ਇਹ ਸ਼ਹਿਰ ਤੇ ਇਹਦੇ ਨਾਲ ਨਾਲ ਜਿਹੜਾ ਕਿ ਹੁਣ ਸਿੱਖ ਮੈਰਿਜ ਐਕਟ ਇਸ਼ੂ ਹੋਇਆ ਉਹ ਵੀ ਪੰਜਾਬ ਦੀ ਇਸ ਪਾਵਨ ਪਵਿੱਤਰ ਧਰਤੀ ਤੋਂ ਰਮੇਸ਼ ਸਿੰਘ ਅਰੋੜਾ ਨੇ ਉਹ ਉਹ ਵੀ ਐਸੇ ਲਾਹੌਰ ਦੀ ਧਰਤੀ ਦੇ ਵਿੱਚ ਹੀ ਪਾਸ ਹੋਇਆ ਵਾ ਤੇ ਇਸ ਕਰਕੇ ਇਹ ਧਰਤੀ ਸਾਡੇ ਵਾਸਤੇ ਬੜੀ ਮਾਣੀ ਹੋ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਬਾਰੇ ਤੁਸੀਂ ਕੁਝ ਪੜ੍ਹਿਆ ਕਿੰਨਾ ਕੁ ਤੁਹਾਨੂੰ ਉਹਦੇ ਬਾਰੇ ਨੋਲੇਜ ਹੈ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਜਿਹੜਾ ਜਿੱਥੇ ਤੱਕ ਮੈਂ ਪੜਿਆ ਵਾ ਕਿਉਂਕਿ ਮੇਰੇ ਆਪਣੇ ਜਿਹੜੇ ਥੀਸਿਸ ਰਹੇ ਨੇ ਉਹ ਪਹਿਲਾ ਥੀਸਿਸ ਐਮਫੇਲ ਦਾ ਵਾ ਉਹ ਗੁਰਨਾਨਕ ਦੇਵ ਜੀ ਦੀ ਬਾਣੀ ਤੇ ਰਿਹਾ ਵਾ ਕਿ ਉਸ ਸਮ ਸਮਕਾਲੀ ਸਮਾਜ ਦਾ ਚਿੱਤਰ ਤੇ ਰਿਹਾ ਤੇ ਹੁਣ ਜਿਹੜਾ ਮੇਰਾ ਹੈਗਾ ਵਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅਰਬੀ ਫਾਰਸੀ ਸ਼ਬਦਾਵਲੀ ਦੇ ਉੱਤੇ ਮੇਰਾ ਜਿਹੜਾ ਪੀ ਐਚ ਡੀ ਦਾ ਥੀਸਿਸ ਆਏਗਾ ਲੇਕਿਨ ਮਹਾਰਾਜਾ ਰਣਜੀਤ ਸਿੰਘ ਦਾ ਇਹੋ ਜਿਹਾ ਦੌਰ ਆ ਕਿ ਉਹਦੇ ਬਾਰੇ ਮੈਂ ਕਾਫੀ ਪੜਿਆ ਵੀ ਹੈ ਲੇਕਿਨ ਉਹ ਲੋਕਾਂ ਦੇ ਮੂੰਹ ਜਿਹੜਾ ਸੁਣਨ ਨੂੰ ਸਾਨੂੰ ਮਿਲਦਾ ਉਹ ਜ਼ਿਆਦਾ ਵਧੀਆ ਲੱਗੇ ਕਿ ਬੜਾ ਇਨਸਾਫ ਪਸੰਦ ਸੀਗਾ ਹਰ ਧਰਮ ਦੇ ਲੋਕ ਇਹਦੇ ਵਿੱਚ ਸੀ ਇਸ ਤੋਂ ਪਹਿਲਾਂ ਅਗਰ ਆਪਾਂ ਥੋੜਾ ਜਿਹਾ ਜੋ ਪਹਿਲਾਂ ਜਾਈਏ ਨਾ ਕਿ 1706 ਸਤ ਤੋਂ ਬਾਅਦ ਜੂ ਗੁਰਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਉਸ ਤੋਂ ਬਾਅਦ ਸਿੱਖਾਂ ਦੇ ਉੱਤੇ ਬੜੇ ਕੱਲੂਕਾਰੇ ਆਏ ਬੜੇ ਸਾਕੇ ਵਾਪਰੇ ਵਾਪਰੇ ਤੇ ਉਹਦੇ ਵਿੱਚ ਸਿੱਖਾਂ ਦੀ ਮਤਲਬ ਹੋਣਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਦੌਰ ਦੇ ਵਿੱਚ 1700 ਤੋਂ 7-8 ਤੋਂ ਲੈ ਕੇ ਤੇ 1700 ਮਤਲਬ 99 998 ਤੱਕ ਇਹਦੇ ਵਿੱਚ ਬਹੁਤ ਜ਼ੁਲਮ ਹੋਇਆ ਸਿੱਖਾਂ ਦੇ ਉੱਤੇ ਤੇ ਬਹੁਤ ਹੀ ਜ਼ਿਆਦਾ ਮਤਲਬ ਇਹ ਸਿੱਖਾਂ ਨੂੰ ਕੱਲੂਕਾਰਿਆਂ ਦੇ ਵਿੱਚ ਤੇ ਸਾਕਿਆਂ ਦੇ ਵਿੱਚ ਸ਼ਹੀਦ ਕੀਤਾ ਕੀਤਾ ਗਿਆ ਮਹਾਰਾਜਾ ਰਣਜੀਤ ਸਿੰਘ ਜਦੋਂ ਆਏ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀਆਂ 12 ਮਿਸਲਾਂ ਸੀ ਉਹਨਾਂ ਨੂੰ ਇਕੱਠਾ ਕੀਤਾ ਕਿ ਅਸੀਂ ਇਕੱਲੇ-ਇਕੱਲੇ ਨਹੀਂ ਲੜ ਸਕਦੇ ਅਸੀਂ ਇਕੱਠੇ ਹੋ ਕੇ ਲੜਾਂਗੇ ਤੇ ਉਸ ਤੋਂ ਬਾਅਦ ਜਦੋਂ ਇਕੱਠੇ ਲੜੇ ਕਿਉਂਕਿ ਪੰਜਾਬ ਦੀ ਧਰਤੀ ਤੇ ਬੜਾ ਜ਼ੁਲਮ ਹੋ ਰਿਹਾ ਸੀ ਇਹਦਾ ਜ਼ਿਕਰ ਅਗਰ ਦੇਖਿਆ ਜਾਵੇ ਤੇ ਗੁਰਨਾਮਿਕ ਪਾਤਸ਼ਾਹ ਨੇ ਵੀ ਕੀਤਾ ਸੀ ਕਿ ਪੰਜਾਬ ਦੀ ਧਰਤੀ ਤੇ ਲਾਹੌਰ ਸ਼ਹਿਰ ਜ਼ਹਿਰ ਕਹਿ ਸਵਾ ਕਹਿ ਕਿ ਲਾਹੌਰ ਸ਼ਹਿਰ ਦੇ ਉੱਤੇ ਬਹੁਤ ਜ਼ੁਲਮ ਹੋ ਰਿਹਾ ਉਹਨਾਂ ਦੀ ਬਾਣੀ ਦੇ ਵਿੱਚ ਵੀ ਜ਼ਿਕਰ ਹੈ ਤੇ ਫਿਰ ਗੁਰੂ ਅਮਰਦਾਸ ਜੀ ਨੇ ਵੀ ਲਾਹੌਰ ਸ਼ਹਿਰ ਦਾ ਜਿਵੇਂ ਜ਼ਿਕਰ ਕੀਤਾ ਕਿ ਲਾਹੌਰ ਸ਼ਹਿਰ ਅਮਰਤ ਸਰ ਸਿਫਤੀ ਦਾ ਕਰ ਤੇ ਇਸੇ ਤਰ੍ਹਾਂ ਜੇ ਵੇਖਿਆ ਕਿ ਜਾਇ ਤੇ ਫਿਰ ਗੁਰੂ ਮਹਾਰਾਜਾ ਰਣਜੀਤ ਸਿੰਘ ਨੇ 12 ਮਿਸਲਾਂ ਨੂੰ ਇਕੱਠਾ ਕੀਤਾ ਫਿਰ ਉਹਨਾਂ ਨੇ ਜਦੋਂ 12 ਮਿਸਲਾਂ ਨੂੰ ਇਕੱਠਾ ਕੀਤਾ ਫਿਰ ਇਸ ਤਰ੍ਹਾਂ ਲਾਹੌਰ ਰਾਜ 1799 ਦੇ ਵਿੱਚ ਲਾਹੌਰ ਜਿਹੜਾ ਹੈਗਾ ਵਾ ਉਹ ਪਹਿਲਾ ਸੂਬਾ ਬਣਿਆ ਉਹਦੇ ਚ ਪਹਿਲੀ ਜਿੱਤ ਮਹਾਰਾਜਾ ਰਣਜੀਤ ਸਿੰਘ ਨੇ ਪ੍ਰਾਪਤ ਕੀਤੀ ਮੈਨੇਜਰ ਅਨਜੀਤ ਸਿੰਘ ਬਹੁਤ ਇਨਸਾਫ ਪਸੰਦ ਸੀ ਸਾਰੇ ਮਸਬਦਾਂ ਦਾ ਆਦਰ ਮਾਨ ਕਰਦਾ ਸੀ ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹਰ ਮਸਬਦ ਦਾ ਆਦਰ ਮਾਨ ਕਰਨਾ ਹੈ ਸਾਂਝੀ ਵਾਲਤਾ ਦਾ ਮਸਬਦ ਹੈ ਸਾਡਾ ਹਰ ਤਰ੍ਹਾਂ ਦੇ ਬੰਦਾ ਜਿਵੇਂ ਗੁਰਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹੈ ਤੇ ਅਸੀਂ ਸਾਰਿਆਂ ਨੂੰ ਜਿਵੇਂ ਗੁਰਨਾਨਕ ਦੇਵ ਜੀ ਨੂੰ ਅਗਰ ਸਜਦਾ ਕਰਦੇ ਆ ਤੇ ਉਨੇ ਹੀ ਸਜਦਾ ਅਸੀਂ ਬਾਬਾ ਫਰੀਦ ਨੂੰ ਵੀ ਕਰਦੇ ਆ ਉਨੇ ਹੀ ਸਜਦਾ ਅਸੀਂ ਨਾਮਦੇਵ ਜੀ ਨੂੰ ਵੀ ਕਰਦੇ ਆ ਉਨੇ ਹੀ ਸਜਦਾ ਸਿ ਭਗਤ ਕਬੀਰ ਜੀ ਨੂੰ ਵੀ ਕਰਦੇ ਆ ਤੇ ਸਾਡੇ ਵਾਸਤੇ ਸਾਂਝੀ ਵਾਲਤਾ ਦਾ ਮਜ਼ਹਬੀ ਸਭ ਤੋਂ ਵੱਡਾ ਮਜ਼ਬਦ ਤੇ ਇਨਸਾਨੀਅਤ ਦਾ ਮਜ਼ਬਦ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖਿਆ ਆਪਣੀ ਜਿਹੜੀ ਉਹਦੀ ਸਾਰੀ ਫੌਜ ਦੇ ਵਿੱਚ ਜਿੰਨੇ ਵੀ ਲੋਕ ਸੀ ਉਸ ਰਾਜ ਦੇ ਦੌਰਾਨ ਉਨੇ ਸਭ ਨੂੰ ਸਾਰੇ ਧਰਮਾਂ ਨੂੰ ਉਹਦੇ ਵਿੱਚ ਬਿਠਾਇਆ ਹੋਇਆ ਸੀ ਫਕੀਰ ਅਜੀਜ਼ਉਦਿਨ ਨੂੰ ਵੇਖ ਲਓ Hindu ਧਰਮ ਦੇ ਲੋਕ ਸੀ ਸਭ ਨੂੰ ਉਹਨੇ ਮਨਿਸਟਰ ਬਣਾਇਆ ਹੋਇਆ ਸੀ ਕਿ ਸਾਰੇ ਅਸੀਂ ਇਕੱਠੇ ਤੁਰਾਂਗੇ ਕਿਉਂਕਿ ਅਸੀਂ ਐਸੇ ਤਰਤੀ ਦੀ ਆ ਪੰਜਾਬ ਦਾ ਪਹਿਲਾ ਬਾਦਸ਼ਾਹੀ ਮਹਾਰਾਜਾ ਰਣਜੀਤ ਸਿੰਘ ਆਇਆ ਵਾ ਕਿ ਜਿਨੇ ਆਪਣੀ ਤਰਤੀ ਨੂੰ ਉਸ ਅੱਗ ਦੇ ਵਿੱਚੋਂ ਬਚਾਇਆ ਜਿਹੜੀ ਅੱਗ ਦੇ ਵਿੱਚ ਉਹ ਸੜ ਰਹੀ ਸੀ ਜਿਹੜੇ ਲੋਕ ਸਾਡੇ ਸੜ ਰਹੇ ਸਨ ਤੇ ਮਹਾਰਾਜਾ ਰਣਜੀਤ ਸਿੰਘ ਨੇ ਐਸ ਕਰਕੇ ਉਹਦੇ ਦੌਰ ਚ ਕਿਸੇ ਨੂੰ ਕਦੀ ਫਾਂਸੀ ਨਹੀਂ ਹੋਈ ਉਹਦੇ ਦੌਰ ਦੀਆਂ ਬੜੀਆਂ ਕਹਾਣੀਆਂ ਨੇ ਜਿਵੇਂ ਇੱਕ ਬਾਬਾ ਜੀ ਸੀ ਉਹਨਾਂ ਨੇ ਕੁਰਾਨ ਪਾਕ ਲਿਖਿਆ ਹੋਇਆ ਸੀਗਾ ਤੇ ਉਹਦੇ ਬਾਰੇ ਵੀ ਕਹਾਣੀ ਆndi ਏ ਕਿ ਜੀ ਉਹਨਾਂ ਨੇ ਉਹ ਸੋਚਦਾ ਸੀਗਾ ਕਿ ਮੇਰੇ ਮੇਰਾ ਜਿਹੜਾ ਕੁਰਾਨ ਪਾਕ ਹੈ ਇਹ ਤੇ ਹੁਣ ਸਿੱਖ ਰਾਜ ਆ ਗਿਆ ਵਾ ਇਹ ਕਦੀ ਵੀ ਨਹੀਂ ਛਪਵਾਏਗਾ ਨਾ ਹੀ ਅੱਗੇ ਕਿਸੇ ਨੂੰ ਭੇਜੇਗਾ ਲੇਕਿਨ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹਨਾਂ ਨੇ ਉਹਨਾਂ ਕੋਲ ਕੁਰਾਨ ਪਾਕ ਲੈ ਕੇ ਉਹਦੇ ਹੋਰ ਵੀ ਟੀਕੇ ਛਪਵਾ ਕੇ ਤੇ ਫੇਰ ਵੰਡਿਆ ਹੋਇਆ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਵੀ ਧਰਮ ਦੇ ਪੇਤ ਪਾਉ ਨਹੀਂ ਕਿਹਾ ਖਾਸ ਤਰ੍ਹਾਂ ਉਹਨੇ ਉਹਨਾਂ ਨੇ ਐਜੂਕੇਸ਼ਨ ਵਾਲੀ ਸਾਈਡ ਤੇ ਜਿਹੜੀ ਪੜ੍ਹਾਈ ਵਾਲੀ ਸਾਈਡ ਤੇ ਉਹਨਾਂ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਪ੍ਰੇਰਿਤ ਕੀਤਾ ਉਹਨਾਂ ਦੇ ਦੌਰ ਜੇ 1706 ਦੀ ਗੱਲ ਕਰੀਏ 1706 1806 7 8 ਦੀ ਜੇ ਗੱਲ ਕੀਤੀ ਜਾਵੇ ਤੇ ਉਸ ਦੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਹ ਫੈਸਲਾ ਕੀਤਾ ਕਿ ਪੰਜਾਬ ਦੇ ਜਿਸ ਧਰਤੀ ਦੇ ਜਿੰਨੇ ਵੀ ਲੋਕ ਹੋਣਗੇ ਸਭ ਨੂੰ ਪੜਾਇਆ ਜਾਵੇ ਤੇ ਉਸ ਦੌਰ ਦੇ ਵਿੱਚ 17 1830 ਦਾ ਡਾਟਾ ਵੇਖੀਏ ਤੇ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਬੁੱਢੇ ਬੱਚੇ ਬੰਦੇ ਸਭ ਪੜਾਏ ਹੋਏ ਸੀ ਤੇ ਇਹ ਜਿਹੜੀਆਂ ਗੱਲਾਂ ਸੀ ਇਹ ਮੈਟ ਕਲਫ ਦੀ ਇੱਕ ਕਿਤਾਬ ਆ ਪੰਜਾਬ ਦੀ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਇਹਨਾਂ ਗੱਲਾਂ ਦਾ ਕੀਤਾ ਹੋਇਆ ਸੀ ਕਿਉਂਕਿ ਸਾਡੇ ਕੋਲ ਇੱਥੇ ਕਿੰਨੀ ਜਿੰਨੇ ਸਾਕੇ ਵਾਪਰੇ ਉਹਨੀ ਵਰੀ ਇਤਿਹਾਸ ਨੂੰ ਸਾੜ ਦਿੱਤਾ ਗਿਆ ਤਾਂ ਕਿ ਸਾਨੂੰ ਪਤਾ ਹੀ ਨਾ ਲੱਗੇ ਕਿ ਸਾਡਾ ਇਤਿਹਾਸ ਕੀ ਸੀ ਕਿ ਇਹ ਉਸ ਮੈਟ ਕਲਫ ਨੇ ਲਿਖਿਆ ਸੀ ਜਿਨਕੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਬਾਰੋਂ ਲੋਕ ਇੱਥੇ ਆ ਕੇ ਸਾਰੇ ਇੱਥੇ ਕੰਮ ਕਰਦੇ ਸਨ ਕਿ ਉਹਨਾਂ ਨੇ ਆਪਣੀ ਫੌਜ ਦਾ ਲੈਵਲ ਇਨਾ ਵਧਾਇਆ ਹੋਇਆ ਸੀਗਾ ਉਹਨਾਂ ਦੇ ਕੀਮਤ ਡਾਲਰ ਤੋਂ ਵੀ ਜ਼ਿਆਦਾ ਸੀਗੀ ਉਹਨਾਂ ਦੇ ਪੈਸੇ ਦੇ ਨਾਨਕਸ਼ਾਈ ਦੀ ਜਿਹੜਾ ਪੈਸਾ ਸੀ ਉਹਦੀ ਕੀਮਤ ਬਹੁਤ ਜ਼ਿਆਦਾ ਸੀਗਾ ਇਸੇ ਤਰ੍ਹਾਂ ਵੇਖਿਆ ਜਾਵੇ ਮਹਾਰਾਜਾ ਰਣਜੀਤ ਸਿੰਘ ਨੇ ਮਤਲਬ ਅਬ ਅਸੀਂ ਪਿੰਡਾਂ ਦੇ ਵਿੱਚ ਸੈਲਫ ਡਿਫੈਂਸ ਦੀ ਇੱਕ ਕੌਚ ਪੈਡਾਗੋਜੀ ਕਿ ਹਰ ਬੰਦਾ ਆਪਣੀ ਇੱਜ਼ਤ ਦੀ ਪੱਤ ਦੀ ਰਾਖੀ ਆਪ ਕਰੇਗਾ ਆਪਣੀ ਹਰ ਚੀਜ਼ ਦੀ ਰਾਖੀ ਆਪ ਕਰੇਗਾ ਤੇ ਇਸੇ ਤਰ੍ਹਾਂ ਉਹਨਾਂ ਨੇ ਹਰ ਉਹਨਾਂ ਦੇ ਦੌਰ ਦੇ ਵਿੱਚ ਕੋਈ ਵੀ ਇਹੋ ਜਿਹੀ ਕਮੀ ਨਹੀਂ ਵੇਖਣ ਨੂੰ ਸਾਨੂੰ ਮਿਲਦੀ ਲੇਕਿਨ ਸਾਡੀ ਮਸਲਾ ਇਹ ਹੋਇਆ ਸਾਡੇ ਨਾਲ ਕਿ ਸਾਡੇ ਲੋਕਾਂ ਨੇ ਉਹਨਾਂ ਦੇ ਇਤਿਹਾਸ ਨੂੰ ਸਾਮ ਕੀ ਨਹੀਂ ਰੱਖਿਆ ਜਿੱਦੀ ਵਜ੍ਹਾ ਨਾਲ ਸਾਨੂੰ ਪਤਾ ਹੀ ਨਾ ਲੱਗੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਕਿਸ ਤਰ੍ਹਾਂ ਦਾ ਗੁਜ਼ਰਿਆ ਨਾ ਹੀ ਇਧਰ ਦੇ ਲੋਕਾਂ ਨੂੰ ਪਤਾ ਲੱਗ ਰਿਹਾ ਵਾ ਪਰ ਅਸੀਂ ਹੁਣ ਅੰਗਰੇਜ਼ੀ ਕਿਤਾਬਾਂ 'ਚ ਜਿਵੇਂ ਜਿਨੇ ਜਿਨੇ ਇਸ ਦੌਰ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਵੇਖਿਆ ਕਿ ਪੰਜਾਬ ਇਸ ਕਦਰ ਉੱਪਰ ਜਾ ਰਿਹਾ ਵਾ ਤੇ ਉਸ ਵੇਲੇ ਦੇ ਅੰਗਰੇਜ਼ਾਂ ਨੇ ਫਿਰ ਇਹਨਾਂ ਨੂੰ ਜਦੋਂ ਥੱਲੇ ਕਰਨਾ ਸੀਗਾ ਤੇ ਉਹਦੇ ਵਿੱਚ ਮੈਟ ਕਲ ਪਹਿਲਾ ਨਾਮ ਆ ਕਿ ਉਹਨੇ ਦੇਖਿਆ ਸੀਗਾ ਕਿ ਉਹਨੇ ਉਹਦੀ ਕਿਤਾਬਾਂ 'ਚ ਸਾਨੂੰ ਇਹਦਾ ਜ਼ਿਕਰ ਮਿਲਦਾ ਵਾ ਕਿ ਇਹ ਦੌਰ ਕਿਸ ਤਰ੍ਹਾਂ ਦਾ ਸੀਗਾ ਤੇ ਬਹੁਤ ਵਧੀਆ ਦੌਰ ਰਿਹਾ ਮਹਾਰਾਜਾ ਰਣਜੀਤ ਸਿੰਘ ਦਾ ਤੇ ਬਾਕੀ ਜਿਸ ਤਰ੍ਹਾਂ ਹੀ ਉਹ ਗਿਆ ਵਾ ਉਹਨਾਂ ਦੀ ਸ਼ਹੀਦੀ ਹੋਈ ਹੈ ਜਾਂ ਸਮਝ ਲਓ ਉਹਨਾਂ ਦੀ وفات ਹੋਈ ਹੈ ਉਸ ਤੋਂ ਬਾਅਦ ਇੱਕਦਮ ਹੀ ਸਾਰਾ ਕੁਝ ਬਦਲ ਗਿਆ ਸਪੈਸ਼ਲੀ ਜਿਹੜਾ ਹਸਲੇ ਦਾ ਜਿਹੜਾ ਸੀ ਸ਼ੇਰ-ਏ-ਪੰਜਾਬ ਦਾ ਲਖਬੀ ਮਿਲਿਆ ਜਿਹੜਾ ਹਸਲੇ ਦਾ ਪੰਜਾਬ ਸੀ ਉਹ ਦਿੱਲੀ ਤੋਂ ਲੈ ਕੇ ਕਾਬਲ ਤੱਕ ਸੀ ਤੇ ਦੇਖੋ ਕਿੱਡਾ ਵੱਡਾ ਉਹ ਇੱਕ ਪੰਜਾਬ ਸੀ ਤੇ ਉਹਨ ਪੂਰੇ ਨੂੰ ਸੰਭਾਲਣਾ ਉਹਨ ਚਲਾਣਾ ਫਿਰ ਹਰ ਧਰਮ ਨੂੰ ਵੀ ਖੁਸ਼ ਰੱਖਣਾ ਹਰ ਧਰਮ ਦੇ ਲੋਕਾਂ ਨੂੰ ਵੀ ਰੱਖਣਾ ਔਰ ਇੱਕ ਬੈ ਸਮਝਣਾ ਕਿ ਆਮ ਬੰਦੇ ਦਾ ਕੰਮ ਨਹੀਂ ਸੀ ਜੀ ਜੀ ਇਹ ਬਿਲਕੁਲ ਇੱਕ ਆਮ ਬਦੀ ਨਾ ਕਮ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਰੱਬ ਵੱਲੋਂ ਬਹੁਤ ਛੋਟੀ ਉਮਰ ਦੇ ਵਿੱਚ 12 13 ਸਾਲ ਦੀ ਉਮਰ 'ਚ ਉਹਨਾਂ ਦੇ ਜਿਵੇਂ ਜਿਵੇਂ ਉਹਨਾਂ ਦੀ ਪਿਤਾ ਜੀ ਦਾ ਚਲਾਣਾ ਕਰ ਜਾਣਾ ਉਹਨਾਂ ਦੀ ਉਹਨਾਂ ਦੀ ਜਿਹੜੀ ਸੱਸ ਸੀ ਉਹ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਉਹ 12 ਮਿਸਲਾਂ ਨੇ ਉਹਦੇ ਨਾਲ ਬੜਾ ਸਹਿਯੋਗ ਦਿੱਤਾ ਕਾਲੀ ਫੂਲਾ ਸਿੰਘ ਜੇ ਕਈ ਨਾਮ ਵੱਡੇ ਨਾਮ ਇਹ ਹੋ ਜੇ ਨੇ ਜਿਹੜੇ ਸਾਡੇ ਸਾਹਮਣੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਏਡਾ ਵੱਡਾ ਰਾਜ ਕੀਤਾ ਰਾਜ ਰਾਜਕਰਨ 50 ਸਾਲ ਲੰਗਾਣੀ ਕੋਈ ਸੌਖੀ ਗੱਲ ਨਹੀਂ ਸੀ ਲੇਕਿਨ ਉਹਨਾਂ ਨੇ ਹਰ ਧਰਮ ਦੇ ਬੰਦੇ ਨੂੰ ਉਹਦੇ ਆਪਣੇ ਆਪਣੇ ਜਿੰਨੇ ਵੀ ਉਹਨਾਂ ਦੇ ਤੇ ਉਹਨਾਂ ਨੇ ਉਹਨਾਂ ਨੂੰ ਸਹਿਯੋਗ ਦਿੱਤਾ ਹਰ ਚੀਜ਼ ਜਿਹੜੀ ਵੀ ਉਹਨਾਂ ਨੂੰ ਪ੍ਰਾਪਤ ਉਕੀਤੀ ਉਹਨਾਂ ਨੂੰ ਇਸ ਕਰਕੇ ਇਕੱਠੇ ਰਲ ਮਿਲ ਕੇ ਪੰਜਾਬ ਦਾ ਉਹ ਸੀਗਾ ਰਾਜਾ ਸੀਗਾ ਤੇ ਪੰਜਾਬ ਦੇ ਲੋਕਾਂ ਨੇ ਜਦੋਂ ਵੇਖਿਆ ਕਿ ਇਹਦਾ ਰਾਜ ਦੇ ਵਿੱਚ ਅਸੀਂ ਇੰਨੇ ਖੁਸ਼ਹਾਲ ਹਾਂ ਤੇ ਉਹ ਬਹੁਤ ਖੁਸ਼ ਸੀਗੇ ਉਹਨਾਂ ਨੇ ਉਸ 40 ਸਾਲ ਦੇ ਉਸ ਰਾਜ ਦੇ ਵਿੱਚ ਸਾਰਿਆਂ ਦੀ ਸਹਿਯੋਗਤਾ ਨਾਲ ਹੀ ਉਹਨਾਂ ਦਾ ਇਹ ਰਾਜ ਅੱਗੇ ਵਧਿਆ ਨਹੀਂ ਤੇ ਅਗਰ ਉਹ ਜ਼ੁਲਮ ਕਰਨ ਵਾਲਾ ਰਾਜਾ ਹੁੰਦਾ ਤੇ 4 ਦਿਨੀਆਂ 4 ਸਾਲ ਹੀ ਟਿਕ ਸਕਦਾ ਸੀ ਇਸ ਤੋਂ ਵੱਧ ਕਦੀ ਵੀ ਨਹੀਂ ਜਾ ਸਕਦਾ ਸੀ ਪਰ ਉਹਦੀ ਵਡਿਆਈ ਇਹੀ ਸੀਗੀ ਕਿ ਉਹਨਾਂ ਨੇ ਬਹੁਤ ਤਾਂ ਹੀ ਉਹਨਾਂ ਨੂੰ ਸ਼ੇਰ-ਏ-ਪੰਜਾਬ ਦਾ ਜਿਵੇਂ ਤਾਜ ਮਿਲਿਆ ਉਸ ਤੋਂ ਇਲਾਵਾ ਵੀ ਉਹ ਹਾਲੇ ਤੱਕ ਲੋਕੀ ਉਹਨਾਂ ਨੂੰ ਯਾਦ ਕਰਦੇ ਨੇ ਉਹਦੇ ਰਾਜ ਨੂੰ ਪੜ੍ਹਦੇ ਨੇ ਕਿ ਇਹੋ ਜਿਹੇ ਕਿਹੜੀਆਂ ਗੱਲਾਂ ਸੀ ਉਹਦੇ ਰਾਜ ਦੇ ਵਿੱਚ ਪਰ ਸਭ ਤੋਂ ਵੱਡੀ ਗੱਲ ਕਿ ਉਹ ਆਪਣੀ ਗਲਤੀ ਨੂੰ ਵੀ ਗਲਤੀ ਮੰਨਣ ਨੂੰ ਤਿਆਰ ਸੀਗਾ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਉਸ ਸਾਂਝੀ ਵਾਲਤਾ ਨੂੰ ਲੈ ਕੇ ਚੱਲ ਰਿਹਾ ਸੀ ਜਿਹੜੇ ਕਿ ਸਾਡੇ ਬੁਰਿਓ ਨੇ ਸਾਨੂੰ ਸਿਖਾਈ ਹੋਈ ਸੀ ਕਿ ਜ਼ੁਲਮ ਦੇ ਖਿਲਾਫ ਵੀ ਜ਼ਰੂਰ ਲੜਦੇ ਸੀ ਗੁਨਾਨਿਕ ਪਾਤਸ਼ਾਹ ਨੂੰ ਦੇਖ ਲਓ ਬਾਬਰ ਨੂੰ ਉਹਨੇ ਜਾਬਰ ਕਹਿ ਇਹ ਦਿੱਤਾ ਸੀਗਾ ਪਰ ਇਸੇ ਤਰ੍ਹਾਂ ਉਹ ਸਾਂਜੀ ਵਾਲਤਾ ਨੂੰ ਲੈ ਕੇ ਕਿ ਕਿਸੇ ਵੀ ਧਰਮ ਤੇ ਉਹ ਜ਼ੁਲਮ ਨਹੀਂ ਸੀ ਕਰਦਾ ਹੁੰਦਾ ਇਸੇ ਕਰਕੇ ਉਹ ਸਾਡਾ ਜਿਹੜਾ ਰਾਜ ਹੈ ਇਹ 40-45 ਸਾਲ ਚੱਲਿਆ ਔਰ ਇੰਨੇ ਵੱਡੇ ਪੱਧਰ ਤੇ ਚੱਲਿਆ ਤੇ ਇਹ ਉਹਦੀ ਵੀ ਇੱਕ ਵਜ੍ਹਾ ਸੀ ਆ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਤੇ ਗੱਲ ਕੀਤੀ ਤੇ ਇਹ ਤੇ ਜਿੰਨੀ ਵੀ ਗੱਲ ਕੀਤੀ ਜਾਈ ਉਨੀ ਥੋੜੀ ਹੈ ਤੇ ਜਿਹੜੀ ਸੰਗਤ ਆਈ ਸੀ ਮਹਾਰਾਜਾ ਰਣਜੀਤ ਸਿੰਘ ਤੇ ਵੀ ਉਹਨਾਂ ਦੇ ਕੀ ਵਿਚਾਰ ਸਨ ਪਾਕਿਸਤਾਨ ਆ ਕੇ ਤੇ ਕਿੱਥੇ-ਕਿੱਥੇ ਗਏ ਔਰ ਕਿੰਨਾ-ਕਿੰਨਾ ਦਿਨਾਂ ਦਾ ਨੇ ਮਿਸਟੇਕ ਕੀਤਾ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਸਮਾਗਮ ਤੇ ਗੁਰਪੁਰਪਤ ਜਿਹੜੇ ਲੋਗ ਆਏ ਸਨ ਉਹਨਾਂ ਨੇ ਪਹਿਲਾਂ ਮੈਂ ਦੱਸਿਆ ਤੁਹਾਨੂੰ ਪੰਜਾ ਸਾਹਿਬ ਜਿੱਦਾਂ ਗਏ ਸੀਗੇ ਤੇ ਪੰਜਾ ਸਾਹਿਬ ਸਾਡਾ ਇੱਕ ਹੀ ਗੁਰਦੁਆਰਾ ਹੈਗਾ ਉੱਥੇ ਵਿੱਚ ਉਹ ਸਟੇ ਕਰਦੇ ਨੇ ਤੇ ਜਦੋਂ ਉਹਨਾਂ ਨਾਨਕਾ ਸਾਹਿਬ ਉਹ ਆਂਦੇ ਨੇ ਉੱਥੇ ਫਿਰ ਸਤ ਗੁਰਦੁਆਰੇ ਗੁਰਨਾਨਕ ਦੇਵ ਜੀ ਦੇ ਨੇ ਉਹਨਾਂ ਦੇ ਵਿੱਚ ਵੀ ਉਹ ਦਰਸ਼ਨ ਕਰਨ ਗਏ ਤੇ ਉਸ ਤੋਂ ਇਲਾਵਾ ਗੁਰਦੁਆਰਾ ਸੱਚਾ ਸੋਦਾ ਉੱਥੇ ਵੀ ਉਹ ਦਰਸ਼ਨ ਕਰਨ ਗਏ ਤੇ ਉਸ ਤੋਂ ਬਾਅਦ ਉੱਥੇ ਦੋ ਰਾਤਾਂ ਠਹਿਰ ਕੇ ਉਸ ਤੋਂ ਬਾਅਦ ਉਹ ਗਏ ਕਰਤਾਰਪੁਰ ਸਹਿ ਕਰਤਾਰਪੁਰ ਸਹਿ ਵੀ ਸਿਰਫ ਇੱਕੋ ਹੀ ਗੁਰਦੁਆਰਾ ਹੈਗਾ ਵਾ ਗੁਨਾਨਿਕ ਦੇਵ ਜੀ ਦਾ ਜਿੱਥੇ ਜੋਤੀ ਜੋਤ ਸਮਾਈ ਸਨ ਤੇ ਉੱਥੇ ਹੀ ਉਹ ਦੋ ਦਿਨ ਕੀਰਤਨ ਕਰਦੇ ਰਹੇ ਉਸ ਦੌਰਾਨ ਜਿਵੇਂ ਇੰਡੀਆ ਤੋਂ ਵੀ ਸੰਗਤ ਆਂਦੀ ਹੈ ਉੱਥੇ ਉਹ ਉਹਨਾਂ ਆਪਸ ਚ ਮਿਲੇ ਵੀ ਮੁਲਾਕਾਤਾਂ ਵੀ ਇਹਨਾਂ ਦੀ ਆਪਸ ਚ ਹੋਈਆਂ ਤੇ ਉਹਨਾਂ ਨੂੰ ਵੀ ਬੜਾ ਚੰਗਾ ਲੱਗਾ ਤੇ ਆਪਸ ਚ ਜਦੋਂ ਇਹਨਾਂ ਦਾ ਵਿਚਾਰ ਵਟਾਂਦਰਾ ਹੋਇਆ ਤੇ ਉਹਨਾਂ ਨੇ ਵੀ ਕਿਹਾ ਕਿ ਹੁਣ ਅਸੀਂ ਪਾਕਿਸਤਾਨ ਵਾਗੇ ਬਾਰਡਰ ਰਾਈ ਆਵਾਂਗੇ ਕਿਉਂਕਿ ਉਹਨਾਂ ਨੇ ਜਦੋਂ ਵੇਖ ਲਿਆ ਇਹਨਾਂ ਨੂੰ ਪੁੱਛਿਆ ਆਪਸ ਚ ਇਹਨਾਂ ਦੀ ਗੱਲਬਾਤ ਹੋਈ ਤੇ ਬੜੇ ਖੁਸ਼ ਸਨ ਉਹ ਕਹਿੰਦੇ ਸੀ ਕਿ ਅਸੀਂ ਬਹੁਤ ਖੁਸ਼ ਹੈ ਸਾਡੇ ਯਾਤਰਾ ਦਾ ਤੀਸਰਾ ਪੜਾਅ ਹੋਏ ਚੌਥਾ ਪੜਾਅ ਉਹ ਲਾਹੌਰ ਆਣਾ ਉਸੇ ਦਿਨ ਉਹਨਾਂ ਨੇ ਲਾਹੌਰ ਜਾਣਾ ਸੀਗਾ ਤੇ ਉਹਨਾਂ ਨੇ ਜਦੋਂ ਉਹਨਾਂ ਦੀ ਗੱਲਬਾਤ ਹੋਈ ਤੇ ਬੜੇ ਖੁਸ਼ੀ ਦੇ ਉਹਨਾਂ ਨੂੰ ਵੀ ਕਹਿ ਰਹੇ ਸੀ ਕਿ ਅਗਲੀ ਵਾਰੀ ਤੁਸੀਂ ਵੀ ਵਾਗੇ ਬੋਡੇ ਰਾਈ ਆਓ ਤਾਂ ਕਿ ਸਾਰੇ ਗੁਰਦੁਆਰੇ ਵੇਖ ਸਕੋ ਤੇ ਉਸ ਤੋਂ ਬਾਅਦ ਜਦੋਂ ਆਂਦੇ ਆ ਤੇ ਉਹ ਫਿਰ ਰੋੜੀ ਸਾਹਿਬ ਰਸਤੇ 'ਚ ਗੁਰਦੁਆਰਾ ਗੁਜਰਾਵਾਲਾ ਰੋੜੀ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਸ਼ੁਰੂ ਕੀਤੀ ਸੀ ਇਹ ਗੁਰਦੁਆਰਾ ਰੋੜੀ ਸਾਹਿਬ ਉੱਥੇ ਰਸਤੇ ਦੇ ਵਿੱਚ ਗੁਜਰਾਵਾਲਾ ਹੁੰਦਾ ਹੈ ਕਰਤਾਰਪੁਰ ਸਾਹਿਬ ਤੋਂ ਵਾਪਸੀ ਤੇ ਉਹ ਰੋੜੀ ਸਾਹਿਬ ਦੇ ਵੀ ਦਰਸ਼ਨ ਉਹਨਾਂ ਨੇ ਕੀਤੇ ਤੇ ਰੋੜੀ ਸਾਹਿਬ ਦੇ ਵਿੱਚ ਵੀ ਅਸੀਂ ਪਾਣੀ ਚਾਹ ਲੰਗਰ ਦੇ ਇੰਤਜ਼ਾਮ ਉੱਥੇ ਵੀ ਸਾਡਾ ਹੈ ਸੀਗਾ ਤੇ ਉੱਥੋਂ ਹੁੰਦੇ ਹੋਏ ਸ਼ਾਮ ਨੂੰ ਡੇਰਾ ਸਾਹਿਬ ਪਹੁੰਚੇ ਜ ਜਦੋਂ ਪਹੁੰਚੇ ਮੈਂ ਉੱਥੇ ਹੀ ਸੀਗੀ ਤੇ ਬੜੇ ਖੁਸ਼ ਸੀਗੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਕਹਿੰਦੇ ਸੀ ਬਹੁਤ ਖੁਸ਼ ਆ ਤੇ ਅਸੀਂ ਆਖਰੀ ਜਿਹੜਾ ਗੁਰਦੁਆਰਾ ਸੀਗਾ ਹੁਣ ਅਸੀਂ ਇੱਥੇ ਆ ਗਏ ਆ ਲਾਹੌਰ ਦੀ ਇਹਨਾਂ ਦੀ ਯਾਤਰਾ ਆਖਰੀ ਹੁੰਦੀ ਹੈ ਤੇ ਉੱਥੇ ਫਿਰ ਪਹੁੰਚ ਗਏ ਸੀਗੇ ਤੇ ਉਹਨਾਂ ਨੇ ਸ਼ਹੀਦੀ ਸਥਾਨ ਦੀ ਵੀ ਯਾਤਰਾ ਕੀਤੀ ਤੇ ਨਾਲ ਨਾਲ ਕਿਲਾ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਉਹਦੇ ਉੱਥੇ ਵੀ ਉਹ ਗਏ ਕੋਲੀ ਬਾਦਸ਼ਾਹੀ ਮਸਜਿਦ ਸੀਗੀ ਉੱਥੇ ਵੀ ਉਹ ਗਏ ਉਹਨਾਂ ਨੇ ਉਹਦੇ ਉਹ ਵੀ ਦੇਖੀ ਕਿ ਬਾਦਸ਼ਾਹ ਦੀ ਮਸਜਿਦ ਜਿਹੜੀ ਪੂਰੀ ਉਹਨਾਂ ਨੇ ਵਧੀਆ ਤਰੀਕੇ ਕਿੰਨਾਂ ਦੇਖਿਆ ਕਿ ਮੇਰੇ ਨਾਲ ਗੱਲਬਾਤ ਵੀ ਕਰਦੇ ਰਹੇ ਕਿ ਇੱਥੇ ਤੇ ਬਹੁਤ ਵਧੀਆ ਤੁਹਾਡੇ ਕੋਲ ਤੁਹਾਡੀ ਸਕਾਫਤ ਦੇ ਵਿੱਚ ਚੀਜ਼ਾਂ ਹੈ ਨਹੀਂ ਲੇਕਿਨ ਤੁਸੀਂ ਨਹੀਂ ਲੋਕਾਂ ਨੂੰ ਦੱਸਦੇ ਹੀ ਨਹੀਂ ਹੈਗੇ ਇਹਦੇ ਬਾਰੇ ਤੇ ਕਈ ਚੀਜ਼ਾਂ ਦੇ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਕਿ ਤੁਸੀਂ ਨਾ ਐ ਚੀਜ਼ਾਂ ਜਿਵੇਂ ਗੁਰਦੁਆਰਿਆਂ ਦੇ ਵਿੱਚ ਵੱਡੇ ਵੱਡੇ ਬੋਰਡ ਲਾਓ ਕਈ ਚੀਜ਼ਾਂ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਥੇ ਸਾਨੂੰ ਇਹਨਾਂ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਤੇ ਅਸੀਂ ਕਿਹਾ ਟਾਈਮ ਦੇ ਹਿਸਾਬ ਨਾਲ ਅਸੀਂ ਉਹ ਵੀ ਤੁਹਾਡੇ ਵਾਸਤੇ ਕਰਾਂਗੇ ਤੇ ਬਹੁਤ ਖੁਸ਼ ਸੀਗੇ ਜਦੋਂ ਡੇਰਾ ਸਹਿਬ ਪਹੁੰਚੇ ਤੇ ਮਹਾਰਾਜਾ ਰਣਜੀਤ ਸਿੰਘ ਦੀ ਉਹਨਾਂ ਨੇ ਬਰਸੀ ਵਧੀਆ ਤਰੀਕੇ ਨਾਲ ਮਨਾਈ ਕਿਉਂਕਿ ਇਹ ਰਾਜਪਾਕ ਪੂਰੇ ਪੰਜਾਬ ਦਾ ਹੋਇਆ ਸੀ ਉਸ ਵੇਲੇ ਤੇ ਵੰਡ ਨਹੀਂ ਸੀ ਹੋਈ ਹੈ ਵੰਡ ਬਾਅਦ ਦੇ ਵਿੱਚ ਹੋਈ ਹੈ ਤੇ ਉਹ ਆਪਣੇ ਇਨਾ ਗੁਰਤਾਮਾ ਨੂੰ ਵੇਖ ਕੇ ਆਪਣੀ ਸਾਕਾਫਤ ਨੂੰ ਵੇਖ ਕੇ ਮਾਲ ਰੋਡ ਤੇ ਉਹ ਫਿਰੇ ਲਾਹੌਰ ਦੇ ਵਿੱਚ ਆ ਕੇ ਅੰਦਰੂਨ ਲਾਹੌਰ ਜਿਹੜੇ 12 ਦਰਵਾਜ਼ੇ ਮਸ਼ਹੂਰ ਨੇ ਉਹਨਾਂ ਦੀ ਉੱਥੇ ਉਹਨਾਂ ਜਿੱਥੇ ਜਿੱਥੇ ਉਹ ਜਾ ਸਕਦੇ ਸੀਗੇ ਦਿੱਲੀ ਦਰਵਾਜ਼ੇ ਦੇ ਵਿੱਚ ਤੋਂ ਖਾਸ ਤੌਰ ਤੇ ਕਿਉਂਕਿ ਇੱਥੋਂ ਹੀ ਨੰਗ ਕੇ ਜਿਹੜਾ ਗੁਰਦੁਆਰਾ ਰਾ ਗੁਰੂ ਰਾਮਦਾਸ ਜੀ ਦਾ ਚੂਨਾ ਮੰਡੀ ਹੈ ਉਹ ਉੱਥੇ ਵਿਚਕਾਰ ਬਾਜ਼ਾਰ ਦੇ ਵਿੱਚ ਹੀ ਆਂਦਾ ਹੈ ਤੇ ਉੱਥੋਂ ਦਰਸ਼ਨ ਕਰਦੇ ਹੋਏ ਗੁਰਦੁਆਰਾ ਸਿੰਘ ਸਿੰਘਣੀਆਂ ਜਿਹੜਾ ਕਿ 9 ਲੱਖਾ ਬਾਜ਼ਾਰ ਦੇ ਵਿੱਚ ਉੱਥੇ ਆਏ ਇੱਥੇ ਦੀ ਵੀ ਇਹਨਾਂ ਨੇ ਦਰਸ਼ਨ ਕੀਤੇ ਤੇ ਇਸ ਤਰ੍ਹਾਂ ਇਹ ਬਹੁਤ ਖੁਸ਼ ਸੀ ਸਾਡੀ ਸੰਗਤ ਬਹੁਤ ਖੁਸ਼ ਸੀਗੀ ਤੇ ਅਸੀਂ ਇਹਦੇ ਮਹਾਰਾਜਾ ਰਣਜੀਤ ਸਿੰਘ ਦੇ ਵੀ ਉਹ ਇੱਥੇ ਵੀ ਅਸੀਂ ਉਹਨਾਂ ਨੇ ਬੜੇ ਮਤਲਬ ਅਸੀਂ ਜ਼ਿਆਦਾਤਰ ਉਹਨਾਂ ਨੂੰ ਰੱਖਿਆ ਇਸ ਤਰੀਕੇ ਨਾਲ ਸੀਗਾ ਇੱਕ ਤੇ ਮੌਸਮ ਵੀ ਅੱਛਾ ਸੀਗਾ ਦੂਸਰਾ ਸੀ ਉਹਨਾਂ ਨੂੰ ਏਸੀ ਲਾ ਕੇ ਪ੍ਰਧਾਨ ਸਾਹਿਬ ਨੇ ਏਸੀ ਵੀ ਲਾਏ ਸੀਗੇ ਮੰ ਬਸ ਪੜਾਓ ਇਸ ਤਰ੍ਹਾਂ ਗੁਜ਼ਰਦਾ ਗਿਆ ਤੇ ਫਿਰ ਇਥੋਂ ਉੱਜਾਂਦੇ ਜਾਂਦੇ ਫਿਰ ਵਾਗੇ ਬਾਰਡਰ ਲਈ ਵਾਪਸ ਇੰਡੀਆ ਚਲੇ ਗਏ ਤੇ ਜਦੋਂ ਵਾਪਸ ਗਏ ਸੰਗਤ ਤੇ ਉਹਨਾਂ ਦੇ ਕਿਸ ਤਰ੍ਹਾਂ ਦੇ ਵਿਚਾਰ ਸਨ ਜਦੋਂ ਜਾ ਰਹੇ ਸਨ ਉਦੋਂ ਉਹਨਾਂ ਦੇ ਕੀ ਤੁਹਾਡੇ ਨਾਲ ਜਿਹੜੇ ਵਿਚਾਰ ਸਨ ਜਿਹੇ ਹੋਏ ਉਹ ਵੀ જરા ਦੱਸੋ ਸੰਤ ਹਾਂਜੀ ਵਾਪਸ ਜਾਂਦੇ ਹੋਏ ਪਹਿਲਾਂ ਤੇ ਆਪਣੇ ਰਾਜ ਦੀ ਗੱਲ ਜ਼ਿਆਦਾਤਰ ਹੁੰਦੀ ਰਹੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਕਿ ਕੋਈ ਗੁਰੂਆਂ ਤੋਂ ਬਾਅਦ ਜਿਹੜਾ ਰਾਜ ਆਇਆ ਉਹ ਮਹਾਰਾਜਾ ਰਣਜੀਤ ਸਿੰਘ ਦਾ ਸੀ ਪਹਿਲੇ ਤੇ ਉਹ ਰਾਜ ਦੀ ਉਹਨਾਂ ਨੇ ਸਾਡੇ ਨਾਲ ਗੱਲਾਂ ਕੀਤੀਆਂ ਕਿ ਰਾਜ ਦੇ ਉਹਨਾਂ ਨੇ ਵੀ ਕਾਫੀ ਕੁਝ ਪੜਿਆ ਹੋਇਆ ਸੀ ਰਾਜ ਦੇ ਬਾਰੇ ਤੇ ਉਹਨਾਂ ਨੂੰ ਵੀ ਪਤਾ ਸੀ ਤੇ ਉਹ ਰਾਜ ਬਾਰੇ ਮੇਰੇ ਨਾਲ ਗੱਲਾਂ ਗੱਲਬਾਤ ਬੜੀ ਵਧੀਆ ਤਰੀਕੇ ਨਾਲ ਸ਼ੇਅਰ ਕਰ ਰਹੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਆਇਆ ਹੋਇਆ ਹੈ ਜੇ ਪਰਮਾਤਮਾ ਨੇ ਫਿਰ ਸਾਨੂੰ ਕਿਤੇ ਰਾਜ ਦਿੱਤਾ ਫਿਰ ਮੇਲੇ ਪੈਣਗੇ ਫਿਰ ਇਸ ਤਰ੍ਹਾਂ ਹੋਏਗਾ ਤੇ ਫਿਰ ਜਾਂਦੀ ਵਾਰੀ ਉਹ ਬੜੇ ਹੀ ਉਦਾਸ ਸੀਗੇ ਕਿਉਂਕਿ ਜਿਹੜੇ ਇਸ ਵਾਰੀ ਲੋਕ ਆਏ ਸੀਗੇ ਇਹ ਜ਼ਿਆਦਾਤਰ ਉਹ ਲੋਕ ਸੀ ਜਿਹੜੇ ਪਹਿਲੀ ਵਾਰੀ ਆਏ ਹੋਏ ਸੀ ਤੇ ਬਹੁਤ ਉਦਾਸ ਸੀਗੇ ਤੇ ਇਹਨਾਂ ਨੇ ਅੱਗੇ ਕਈ ਲੋਕਾਂ ਦੇ ਤੇ ਕਹਿੰਦੇ ਸੀ ਕਿ ਅਸੀਂ ਬਾਹਰ ਵੀਜ਼ਾ ਲੱਗਾ ਹੋਇਆ ਸੀ ਅਸੀਂ ਛੱਡ ਦਿੱਤਾ ਕਿਉਂਕਿ ਸਾਡੇ ਪਾਕਿਸਤਾਨ ਦਾ ਵੀਜ਼ਾ ਸਾਡਾ ਲੱਗ ਗਿਆ ਸੀ ਅਸੀਂ ਕਿ ਪਰਮਾਤਮਾ ਨੇ ਇਸ ਪਾਸੇ ਮਿਹਰ ਕੀਤੀ ਹੈ ਅਸੀਂ ਪਹਿਲਾਂ ਆਪਣੇ ਗੁਰਤਾਰਮ ਵੇਖ ਲਈ ਉਹਨਾਂ ਦੇ ਕਈ ਲੋਕਾਂ ਦਾ ਕੈਨੇਡਾ ਦਾ ਵੀਜ਼ਾ ਲੱਗਾ ਮੈਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਨਹੀਂ ਇਹਨਾਂ ਦਿਨਾਂ ਜੇ ਸਾਡਾ ਵੀਜ਼ਾ ਲੱਗਾ ਸੀ ਲੇਕਿਨ ਜਦੋਂ ਸਾਨੂੰ ਹੋਇਆ ਕਿ ਅਸੀਂ ਹੈਦਰ ਜਾਣਾ ਮੈਂ ਪਹਿਲਾਂ ਅਸੀਂ ਕਿਹਾ ਪਾਕਿਸਤਾਨ ਪਹਿਲੇ ਜਾਵਾਂਗੇ ਉੱਥੇ ਫਿਰ ਬਾਅਦ ਵਿੱਚ ਦੇਖੀ ਜਾਏਗੀ ਤੇ ਇਸੇ ਤਰ੍ਹਾਂ ਬਹੁਤ ਖੁਸ਼ ਸਨ ਤੇ ਨਾਲੇ ਰੋ ਵੀ ਰਹੇ ਸਨ ਕਿ ਆਪਣੇ ਗੁਰਤਾਰਾ ਨੂੰ ਛੱਡਣ ਦਾ ਜਿਹੜਾ ਕਿ ਸਾਡੀ ਅਰਦਾਸ ਵਿੱਚ ਰੋਜ਼ ਅਸੀਂ ਅਰਦਾਸ ਕਰਦੇ ਹਾਂ ਕਿ ਜਿਹਨਾਂ ਗੁਰਤਾਰਾ ਦੇ ਵਿੱਚ ਛੋੜਾ ਪਿਆ ਵਾ ਇਹਨਾਂ ਨੂੰ ਜਲਦੀ ਤੋਂ ਜਲਦੀ ਪ੍ਰਮਾਤਮਾ ਸਾਨੂੰ ਮਿਲਾ ਦੇਣਾ ਗੁਰਤਾਰਾ ਦੇ ਨਾਲ ਤੇ ਉਸ ਕਰਕੇ ਉਹਨਾਂ ਦੇ ਦਿਲ ਦੇ ਵਿੱਚ ਐ ਵੀ ਵਿਛੋੜੇ ਦਾ ਵੀ ਬੜਾ ਦਰਦ ਸੀਗਾ ਤੇ ਕਾਫੀ ਬੀਬੀਆਂ ਮੈਨੂੰ ਜੱਫੀਆਂ ਪਾ પા ਕੇ ਮਿਲ ਰਹੀਆਂ ਸੀ ਕਿ ਫੇਰ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਹੋਣਾ ਦੁਬਾਰਾ ਆ ਸਕਾਂਗੇ ਤੇ ਅਸੀਂ ਤੇ ਉਹਨਾਂ ਨੂੰ ਇਹੀ ਕਿਹਾ ਕਿ ਨਹੀਂ ਤੁਸੀਂ ਅਪਲਾਈ ਕਰੋ ਪ੍ਰਮਾਤਮਾ ਮਿਹਰ ਕਰਨਗੇ ਅਸੀਂ ਫੇਰ ਤੋਂ ਫੇਰ ਵੀਜ਼ੇ ਲਾਂਦੇ ਰਵਾਂਗੇ ਤੇ ਹੁਣ ਨਵੰਬਰ ਤੇ ਫੇਰ ਅਪਲਾਈ ਕਰੋ ਕੁਝ ਬੀਬੀਆਂ ਨੇ ਤੇ ਮੈਨੂੰ ਕਿਹਾ ਸੀ ਕਿ ਅਸੀਂ ਜ਼ਰੂਰ ਦੁਬਾਰਾ ਆਵਾਂਗੇ ਲੇਕਿਨ ਉਹਨਾਂ ਦੇ ਇਹੀ ਹੈ ਕਿ ਬਹੁਤ ਉਦਾਸ ਹੋ ਕੇ ਗਈਆਂ ਸਾਡੇ ਕੋਲ ਹਾਂਜੀ ਅਛਾ ਤੁਹਾਡਾ ਬਤੌਰ ਸੈਕਟਰੀ ਜਿਹੜਾ ਜਨਰਲ ਸੈਕਟਰੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾ ਐਕਸਪੀਰੀਅੰਸ ਕਿਹਦਾ ਰਿਹਾ ਬਹੁਤ ਵਧੀਆ ਰਿਹਾ ਕਿਉਂਕਿ ਮੁਫਤ ਪਹਿਲੇ ਵੀ ਮੈਂ ਲੋਕਾਂ ਨਾਲ ਬੜਾ ਵਿਚਾਰ ਕਰਦੀ ਰਹਿੰਦੀ ਸੀ ਸਾਰੇ ਲੋਕਾਂ ਨਾਲ ਪਰ ਇਸ ਕਰਕੇ ਬਹੁਤ ਖੁਸ਼ ਸੀ ਸਾਰੇ ਕਹਿੰਦੇ ਸੀ ਸਾਡੇ ਬੀਬੀ ਹੋਣ ਤੇ ਸਾਨੂੰ ਬੜੀ ਖੁਸ਼ੀ ਹੈ ਉਹ ਲੋਕ ਵੀ ਬੜੇ ਖੁਸ਼ ਸੀ ਤੇ ਸਾਡੇ ਇਧਰ ਦੇ ਲੋਕ ਵੀ ਬੜੇ ਖੁਸ਼ ਨੇ ਇਸ ਗੱਲ ਤੇ ਤੇ ਚਲੋ ਇੱਕ ਬੀਬੀ ਆਈ ਹੈ ਤੇ ਉਹਨਾਂ ਨੂੰ ਇਹ ਵੀ ਆ ਕਿ ਚਲੋ ਪੜ੍ਹ ਲਿਖ ਕੇ ਕੁਛ ਨਾ ਕੁਛ ਤੇ ਸਾਨੂੰ ਕਿਸੇ ਮਤਲਬ ਕੁਰਸੀ ਤੇ ਤੇ ਬਿਠਾ ਦਿੱਤਾ ਗਿਆ ਵਾ ਤੇ ਮੇਰਾ ਆਪਣਾ ਵੀ ਬੜਾ ਵਧੀਆ ਐਕਸਪੀਰੀਅੰਸ ਰਹਾ ਕਿ ਮੈਨੂੰ ਸਭ ਤੋਂ ਵਧੀਆ ਹੈ ਕਿ ਮੇਰਾ ਸ਼ੁਰੂ ਤੋਂ ਜਿਹੜਾ ਸ਼ੌਕ ਸੀ ਸੇਵਾ ਦਾ ਕਿਉਂਕਿ ਅਸੀਂ ਸੇਵਾ ਸਿਮਰਨ ਐ ਸਾਡੇ ਜਿਹੜੇ ਮਕਸਦ ਨੇ ਗੁਰੂ ਸਾਹਿਬ ਨੇ ਜਿਹੜੇ ਸਾਨੂੰ ਦਿੱਤੇ ਹੋਏ ਨੇ ਤੇ ਇਹਦੇ ਵਿੱਚ ਪ੍ਰਮਾਤਮਾ ਨੇ ਮੇਰਾ ਮੈਂ ਸ਼ੁਰੂ ਤੋਂ ਹੀ ਮੇਰਾ ਹੈ ਅਸੀਂ ਨੰਗਾਣਾ ਸਭ ਦੀ ਤਰਤੀ ਤੇ ਜਿਹੜੇ ਜਦੋਂ ਜਨਮ ਹੋਇਆ ਉੱਥੇ ਹੀ ਰਹੇ ਉੱਥੇ ਸੰਗਤ ਦੀ ਬੜੀ ਮੇਰੇ ਮਾਤਾ ਜੀ ਨੇ ਬਹੁਤ ਸੇਵਾ ਕਰਦੇ ਰਹੇ ਤੇ ਇਸ ਤਰ੍ਹਾਂ ਉਹਨਾਂ ਨੇ ਸਾਨੂੰ ਇਹ ਸੇਵਾ ਵਾਲੇ ਸਿਮਰਨ ਵਾਲੇ ਪਾਸ ਹੀ ਪਾਇਆ ਹੋਇਆ ਸੀ ਤੇ ਅਸੀਂ ਸ਼ੁਰੂ ਤੋਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਸੀਗੇ ਤੇ ਮੇਰਾ ਬਹੁਤ ਮਨ ਖੁਸ਼ ਹੈ ਜਦੋਂ ਮੈਂ ਲੋਕਾਂ 'ਚ ਬੈਠਦੀ ਸੀ ਉਹਨਾਂ ਦੇ ਮਸਲੇ ਸੁਣਦੀ ਸੀ ਕਿਸੇ ਦਾ ਛੋਟਾ ਕੋਈ ਮਸਲਾ ਕਿਸੇ ਦਾ ਕਿਸ ਤਰ੍ਹਾਂ ਦੇ ਮਸਲੇ ਤੇ ਇਸ ਚੀਜ਼ ਦਾ ایکسپੀਰੀਅੰਸ ਬੜਾ ਵਧੀਆ ਮੇਰਾ ਰਿਆ ਤੇ ਆਉਣ ਵਾਲੇ ਸਮੇਂ ਚ ਮੈਂ ਇਹੀ ਲੰਗਰ ਦਾ ਜਿਵੇਂ ਉਹਨਾਂ ਨੇ ਮੈਨੂੰ ਦਿੱਤਾ ਸੀਗਾ ਤੇ ਮੈਂ ਲੰਗਰ ਦੀ ਸਾਈਡ ਤੇ ਜਾ ਕੇ ਸਾਰਾ ਕੁਝ ਵੇਖਦੀ ਸੀ ਕਿ ਕੱਜ ਕੀ ਬਣਾਇਆ ਕਿਹੜੀ ਸਬਜ਼ੀ ਬਣਾਈ ਕਿਹੜੀ ਦਾਲ ਬਣਾਈ ਹਰ ਚੀਜ਼ ਫਿਰ ਦੇਖਣੀ ਪੈਂਦੀ ਸੀ ਤੇ ਫਿਰ ਮੈਂ ਜਾ ਕੇ ਖੁਦ ਉਹਦਾ ਦੇਖਦੀ ਹੁੰਦੀ ਸੀ ਮੈਨੂ ਵੀ ਅਸੀਂ ਅਕਸਰ ਇਕੱਠੇ ਬੈ ਕੇ ਡਿਸਾਈਡ ਕਰਦੇ ਸੀ ਮੈਂ ਤੇ ਜਿਹੜੇ ਲੰਗਰੀ ਹੁੰਦੀ ਸੀ ਕਿ ਅਸੀਂ ਵਾਗੇ ਬਾਰਡਰ ਤੇ ਅੱਜ ਕੀ ਲੈ ਕੇ ਜਾਣਾ ਵਾ ਤੇ ਇੱਥੇ ਸੰਗਤ ਵਾਸਤੇ ਕੀ ਬਣਾਉਣਾ ਵਾ ਤੇ ਸਾਡੀ ਇਹ ਹੁੰਦੀ ਹੈ ਕਿ ਉਹ ਚੀਜ਼ ਬਣਾਈ ਜਾਵੇ ਕਿ ਜਿਹੜੀ ਸਾਰੀ ਸੰਗਤ ਇਕੱਠੀ ਹੋ ਕੇ ਤੇ ਵਧੀਆ ਤਰੀਕੇ ਨਾਲ ਖਾਵੇ ਤੇ ਅਸੀਂ ਚੀਜ਼ਾਂ ਡਿਫਰੈਂਟ ਡਿਫਰੈਂਟ ਬਣਾਉਂਦੇ ਰਹੇ ਤੇ ਬੜਾ ਵਧੀਆ ਐਕਸਪੀਰੀਅੰਸ ਹੀ ਪਰਮਾਤਮਾ ਮહેર ਕਰਨਾ ਹੈ ਇਦਾਂ ਦੀ ਸੇਵਾ ਬਖਸ਼ੇ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਹਾਂਜੀ ਭਾਈ ਅੱਛਾ ਹੁਣੇ ਦੱਸੋ ਉਹ ਹੁਣ ਅਗਲੇ ਵੀ ਜਥਾ ਆ ਰਿਹਾ ਫਿਰ ਨਵੰਬਰ ਦਾ ਵੱਡਾ ਜਥਾ ਆਏਗਾ ਉਸ ਤੋਂ ਪਹਿਲੇ ਜਿਹੜੇ ਨੇ ਮੁਕਾਮੀ ਤੌਰ ਤੇ ਜਿਹੜੇ ਵੀ ਕਈ ਐਸੇ ਪ੍ਰੋਗਰਾਮ ਹੋਣਗੇ ਜਿਦੇ ਤੁਸੀਂ ਸ਼ਿਰਕਤ ਕਰੋਗੇ ਤੇ ਪਹਿਲੀ ਦਫਾ ਤੁਹਾਡੇ ਤੇ ਇੰਨੀ ਜ਼ਿਆਦਾ ਜ਼ਿੰਮੇਵਾਰੀ ਪਈ ਤੇ ਜ਼ਿੰਮੇਵਾਰੀ ਕਿਤੇ ਤੁਹਾਨੂੰ ਕੋਈ ਰੁਕਾਵਟ ਕੋਈ ਮੁਸ਼ਕਲਤ ਨਹੀਂ ਪੇਸ਼ ਆਈ ਨਹੀਂ ਆਮ ਭਾਜੀ ਕੋਈ ਰੁਕਾਵਟ ਕੋਈ ਮੁਸ਼ਕਲ ਨਹੀਂ ਹੈ ਕਿਉਂਕਿ ਸਾਡੇ ਨਾਲ ادارے ਸਾਡੇ ਨਾਲ ਕੰਮ ਕਰਦੇ ਨੇ ਸਾਰੇ ادارے ਪਾਕਿਸਤਾਨ ਦੇ ਉਹ ਜਦੋਂ ਵੀ ਯਾਤਰੀ ਆਂਦੇ ਨੇ ਉਹਨਾਂ ਦੇ ਆਉਣ ਤੋਂ ਲੈ ਕੇ ਕਿ ਉਹਨਾਂ ਦੀ ਜਾਣ ਤੱਕ ਸਾਡੇ ਨਾਲ ਕਾਫੀ ਧਾਰਿਆ ਹੈ ਇਹ ਜਿਹੜੇ ਪਾਕਿਸਤਾਨ ਦੇ ਜਿਹੜੇ ਸਾਡੇ ਨਾਲ ਕੰਮ ਕਰਦੇ ਆ ਅਸੀਂ ਇਹ ਰਲ ਮਿਲ ਕੇ ਉਹ ਸਾਨੂੰ ਦੱਸਦੇ ਅਸੀਂ ਜਿੱਥੇ ਜਿੱਥੇ ਜਿਹੜਾ ਕੰਮ ਸਾਨੂੰ ਨਹੀਂ ਸਮਝ ਚ ਲੱਗਦਾ ਤੇ ਉਹ ਫਿਰ ਸਾਨੂੰ ਨਾਲ ਨਾਲ ਦੱਸਦੇ ਵੀ ਹੈ ਕਿ ਇੱਥੇ ਆਪਾਂ ਇੰਝ ਕਰਨਾ ਇੱਥੇ ਇਹਨਾਂ ਦਾ ਬੜਾ ਧੰਨਵਾਦ ਹੈ ਇਹਨਾਂ ਦਾ ਬਹੁਤ ਵੱਡਾ ਰੋਲ ਆ ਕਿ ਸਾਡੇ ਜਿਹੜੇ ਸਰਦਾਰ ਇੱਥੇ ਆਂਦੇ ਆ ਤੇ ਉਹਦੇ ਚ ਪਾਕਿਸਤਾਨ ਦੀ ਗਵਰਨਮੈਂਟ ਦਾ ਈਟੀਬੀਬੀ ਦਾ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਇਹਨਾਂ ਤਿੰਨਾਂ ਦਾ ਬਹੁਤ ਵੱਡਾ ਰੋਲ ਹੈ ਤੇ ਇਹਦੇ ਨਾਲ ਜਿਹੜੇ ਈਟੀਬੀਬੀ ਦੇ ਨਾਲ ਕਾਫੀ ادارے ਹੋਰ ਜੁ ਉਹ ਇਸ ਤਰ੍ਹਾਂ ਜਿਹੜਾ ਹੱਥਾਂ 'ਚ ਲਿਆਉਂਦੇ ਨੇ ਤੇ ਹੱਥਾਂ 'ਚ ਹੀ ਲੈ ਕੇ ਜਾਂਦੇ ਨੇ ਤੇ ਉਹ ਫਿਰ ਜਿੱਥੇ ਵੀ ਅਸੀਂ ਵੀ ਕੋਈ ਵੀ ਕੰਮ ਕਰਨਾ ਹੁੰਦਾ ਸੀ ਆਪਸ 'ਚ ਸਲਾਮ ਮਸ਼ਫਰੇ ਨਾਲ ਕੰਮ ਕਰਦੇ ਆ ਤੇ ਫਿਰ ਉਹ ਸਾਨੂੰ ਦੱਸਦੇ ਕਿ ਇੱਥੇ ਆਪਾਂ ਇੰਜ ਕਰ ਸਕਦੇ ਇੱਥੇ ਆਪਾਂ ਵਿਸਾਖੀ ਤੇ ਵੱਡਾ ਜੱਥਾ ਸੀਗਾ ਉਸ ਵੇਲੇ 24-2500 ਬੰਦਿਆਂ ਦਾ ਜੱਥਾ ਸੀਗਾ ਤੇ ਉਹ ਵੀ ਪਰਮਾਤਮਾ ਦੀ ਮਿਹਰ ਨਾਲ ਸਾਮੇ ਆ ਗਿਆ ਫਿਰ ਇਹ ਛੋਟੇ ਜੱਥੇ ਜਦੋਂ ਹੁਣ ਆਏ ਸ਼ਹੀਦੀ ਗੁਰਪੁਰਬ ਆਇਆ ਤੇ ਇਹਦੇ ਤੇ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਤੇ ਇਹ ਵੀ ਸਾਮੇ ਗਏ ਹੁਣ ਆਉਣ ਵਾਲੇ ਇਸ ਤਰ੍ਹਾਂ ਕਿ ਹੁਣ ਹਿੰਦੁਸਤਾਨ ਤੋਂ ਵਿਚ ਵਿੱਚ ਲੋਕ ਕਾਫੀ ਆ ਰਹੇ ਨੇ ਪਿੱਛੇ ਜਿਹੜੇ 14 ਬੰਦੇ ਆਏ ਸੀ ਉਹ ਕਾਨਫਰੰਸ ਵਾਸਤੇ ਆਏ ਸੀਗੇ ਉਹ ਵੀ ਇੱਥੇ ਇੰਡੀਆ ਤੋਂ ਆਏ ਹੋਏ ਸੀਗੇ ਤੇ ਉਹਨਾਂ ਦੇ ਨਾਲ ਅਸੀਂ 150 ਸਾਲਾ ਸਿੰਘ ਸਭਾ ਉਹ ਮਨਾ ਰਹੇ ਸੀਗੇ ਤੇ ਉਹਦੇ ਉਹ ਵੀ ਅਸੀਂ ਇੱਥੇ ਮਨਾਏ ਉਹਨਾਂ ਦੇ ਨਾਲ ਹੁਣ ਫੇਰ ਕੁਝ ਲੋਕ ਹੀ ਆਣਾ ਚਾ ਰਹੇ ਨੇ ਗੁਰੂ ਰਾਮਦਾਸ ਜੀ ਦਾ ਜਨਮ ਦਿਨ ਆ ਰਿਹਾ ਵਾ ਅਕਤੂਬਰ ਦੇ ਵਿੱਚ 9 ਅਕਤੂਬਰ ਨੂੰ ਅਸੀਂ ਇੱਥੇ ਮੂਨ ਲਾਣੇ ਸ਼ੈਕ ਕਲੰਡਰ ਦੇ ਤਹਿਤ ਅਸੀਂ ਮਨਾਉਂਦੇ ਆਂ ਤੇ ਹੁਣ ਇੱਕ ਉਸ ਤੋਂ ਪਹਿਲਾਂ ਆ ਰਿਹਾ ਭਾਈ ਤਾਰੂ ਸਿੰਘ ਦਾ ਸ਼ਹੀਦੀ ਗੁਰਪੁਰਬ ਭਾਈ ਮਨੀ ਸਿੰਘ ਦਾ ਇਹ 7 ਜੁਲਾਈ ਨੂੰ ਗੁਜ਼ਰ ਚੁੱਕਿਆ ਵਾ ਲੇਕਿਨ ਅਸੀਂ ਇਕੱਠਾ ਇਹ ਅਖੰਡ ਪਾਠ ਸਹਿਬ ਤੇ ਸ਼ਹੀਦ ਸਿੰਘ ਸਿੰਘਣੀਆਂ ਦਾ ਇਹ ਅਸੀਂ ਰੱਖ ਰਹੇ ਨੇ 12 ਤੋਂ ਲੈ ਕੇ 14 ਤੱਕ ਐਸੀ ਹੁਣ ਇੱਥੇ ਜੁਲਾਈ ਦੇ ਵਿੱਚ ਇਹ ਅਖੰਡ ਪਾਠ ਸਹਿਬ ਹੁਣ ਇੱਥੇ ਸਿੰਘ ਸਿੰਘਣੀਆਂ ਗੁਰਦੁਆਰਾ ਸਿੰਘ ਸਿੰਘਣੀਆਂ ਦੇ ਵਿੱਚ ਆਰੰਭ ਹੋਏਗਾ ਤੇ ਸਾਰੀ ਸ਼ਹੀਦਾਂ ਦੀ ਸ਼ਰਧਾਂਜਲੀ ਵੀ ਦਿੱਤੀ ਜਾਏਗੀ ਤੇ ਸਾਰੀਆਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਅਖੰਡ ਪਾਠ ਸਹਿਬ ਆਰੰਭ ਕੀਤਾ ਜਾਏਗਾ ਤੇ ਉਸ ਤੋਂ ਇਲਾਵਾ ਹੁਣ ਫਿਰ ਗੁਰੂ ਰਾਮਦਾਸ ਜੀ ਦਾ ਜਨਮ ਦਿਨ ਆ ਰਿਹਾ ਵਾ ਉਹ ਵੀ ਪਾਕਿਸਤਾਨ ਦੇ ਵਿੱਚ ਹੀ ਹੈਗਾ ਤੇ ਉਹ ਉਹਦਾ ਉਹਦੇ ਵਾਸਤੇ ਵੀ ਤਿਆਰੀਆਂ ਕਰ ਰਹੇ ਨੇ ਕਿ ਕੋਈ ਜਿਹੜੇ ਆਣਾ ਚਾਹ ਰਹੇ ਨੇ ਅਗਰ ਇੰਡੀਆ ਤੋਂ ਆਣਾ ਚਾਹ ਰਹੇ ਨੇ ਬਾਹਰੋਂ ਆਣਾ ਚਾਹ ਰਹੇ ਨੇ ਤੇ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਆਖਾਂਗੇ ਤੇ ਉਹ ਆਣ ਸਾਡੇ ਕੋਲ ਇਥੇ ਤੇ ਇੱਕ ਦੋ ਜੱਥਿਆਂ ਨੇ ਮੈਨੂੰ ਫੋਨ ਆਏ ਹੋਏ ਸਨ ਕਿ ਅਸੀਂ ਆਣਾ ਚਾਹ ਰਹੇ ਹਾਂ ਤੇ ਅਸੀਂ ਉਹਨਾਂ ਨੂੰ ਕਹੇ ਜੀ ਵੈਲਕਮ ਤੁਸੀਂ ਆਓ ਅਸੀਂ ਵੀਜ਼ਿਆਂ ਦਾ ਕੰਮ ਤੁਹਾਡਾ ਕਰ ਰਹੇ ਹਾਂ ਉਸ ਤੋਂ ਬਾਅਦ ਫਿਰ ਨਵੰਬਰ ਦਾ ਆਏਗਾ ਜੀ 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 ਨਵੰਬਰ ਦਾ ਆਏਗਾ ਜ ਜ ਨਵੰਬਰ ਦਾ ਆਏਗਾ ਉਹਦੇ ਵਾਸਤੇ ਤੁਹਾਨੂੰ ਪਤਾ ਬਹੁਤ ਵੱਡੀਆਂ ਤਿਆਰੀਆਂ ਕਰਨੀਆਂ ਪੈਣੀਆਂ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਬਾਹਰੋਂ ਵੀ ਲੋਕ ਆਂਦੇ ਨੇ ਡੈਸਪੁਰਾ ਤੋਂ ਵੀ ਸਿੰਧ ਤੋਂ ਸਾਡੇ ਸਿੰਧੀ ਵੀ ਬਹੁਤ ਜ਼ਿਆਦਾ ਨੇ ਤੇ ਉਸ ਤੋਂ ਬਾਅਦ ਅਸੀਂ ਉਹਦੀ ਵੱਡੀ ਵੱਡੇ ਪੱਧਰ ਤੇ ਤਿਆਰੀ ਕਰਾਂਗੇ ਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਸਥਾਨ ਆ ਉਹ ਗੁਰਦੁਆਰਾ ਵੀ ਕਾਫੀ ਵੱਡਾ ਵਾ ਇੰਤਜ਼ਾਮ ਹੀ ਉਹਦੇ ਚ ਜ਼ਿਆਦਾ ਨਹੀਂ ਤੇ ਉਸ ਤੋਂ ਇਲਾਵਾ ਪੱਟੀ ਸਹਿਬ ਗੁਰਦੁਆਰੇ ਦੇ ਵਿੱਚ ਵੀ ਇੰਤਜ਼ਾਮ ਹੈ ਨੇ ਗੁਰਦੁਆਰਾ ਬਾਲੀਲਾ ਨੇੜੇ ਨੇੜੇ ਨੇ ਗੁਰਦੁਆਰਾ ਤੰਬੂ ਸਹਿਬ ਉਹ ਸਾਰਿਆਂ ਚ ਬਰੇ ਹਾਇਸ਼ ਦੀ ਇੰਤਜ਼ਾਮ ਹੈ ਨਹੀਂ ਤੇ ਸਾਰਿਆਂ ਚ ਫਿਰ ਰਲ ਮਿਲ ਕੇ ਇਹ ਕੰਮ ਅਸੀਂ ਕਰਾਂਗੇ ਉੱਥੇ ਚਲੋ ਇਹ ਤੇ ਹੋ ਗਿਆ ਮੇਲਿਆਂ ਦੇ ਹਵਾਲੇ ਨਾਲ ਤੁਹਾਡੀ ਸੇਵਾ ਦੇ ਹਵਾਲੇ ਨਾਲ ਤੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਸਪੈਸ਼ਲੀ ਜਿਹੜਾ ਪਾਕਿਸਤਾਨ ਜਿਹੜਾ ਪਹਿਲਾ ਮੁਲਕ ਬਣ ਗਿਆ ਜਿੱਥੇ ਕਿ ਸਿੱਖ ਮੈਰਿਜ ਐਕਟ ਜਿਹੜਾ ਉਹ نافذ ਹੋ ਗਿਆ ਜਿਹੜਾ ਇੰਪਲੀਮੈਂਟ ਹੋ ਗਿਆ ਔਰ ਉਹ ਲੰਦਾ ਪੰਜਾਬ ਜਿਹੜਾ ਸਭ ਤੋਂ ਪਹਿਲਾ ਸੂਬਾ ਜਿੱਥੇ ਇਹ ਮਾਮਲਾ ਹੋਇਆ ਇਸ ਹਵਾਲੇ ਨਾਲ ਤੁਹਾਡੇ ਜਿੰਨੇ ਵੀ ਜਿੱਥੇ ਵੱਸਣ ਵਾਲੇ ਲੋਕ ਨੇ ਉਹਨਾਂ ਦੇ ਕੀ ਅਬਿਊਜ਼ ਨੇ ਤੇ ਜਿਹੜੇ ਬਾਹਰ ਦੇ ਲੋਕ ਨੇ ਜਿਨ੍ਹਾਂ ਨੂੰ ਪਤਾ ਲੱਗ ਰਿਹਾ ਉਹਨਾਂ ਨੇ ਕਿਹਾ ਤੁਹਾਨੂੰ ਫੋਨਸ ਆ ਰਹੇ ਨੇ ਉਹਨਾਂ ਦੇ ਇਸ ਬਾਰੇ ਕੀ ਵਿਚਾਰ ਨੇ ਅੱਛਾ ਜੀ ਸਭ ਤੋਂ ਪਹਿਲੇ 2017 ਚ ਰਮੇਸ਼ ਸਿੰਘ ਅਰੋੜਾ ਉਸ ਵੇਲੇ ਐਮਪੀਏ ਸਨ ਉਹਨਾਂ ਨੇ ਉਸ ਵੇਲੇ ਸ਼ੁਰੂ ਕੀਤਾ ਸੀਗਾ 2017 ਦੇ ਵਿੱਚ ਹਾਂਜੀ ਤੇ ਫਿਰ 2018 ਦੇ ਵਿੱਚ ਇਹਦੇ ਤੇ ਇੰਪਲੀਮੈਂਟੇਸ਼ਨ ਵੀ ਹੋਈ ਸੀ ਕਿ ਇੰਪਲੀਮੈਂਟ ਕਰਾਂਗੇ ਇਹਨੂੰ ਜਲਦੀ ਤੋਂ ਜਲਦੀ ਲੇਕਿਨ ਫਿਰ ਗਵਰਨਮੈਂਟ ਦੀ ਬਦਲਣ ਦੇ ਨਾਲ ਫਿਰ ਚੀਜ਼ਾਂ ਰੁਕ ਜਾਈਆਂ ਜਾਂਦੀਆਂ ਵਾਂ ਐ ਫਿਰ ਮੈਰਿਜ ਐਕਟ ਰੁਕ ਗਿਆ ਸੀਗਾ ਫਿਰ ਹੁਣ ਜਿਸ ਤਰ੍ਹਾਂ ਹੀ ਆਏ ਅ ਰਮੇਸ਼ ਸਿੰਘ ਅਰੋੜਾ ਉਹ ਇਸ ਵੇਲੇ ਮinority minister ਵੀ ਨੇ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਵੀ ਨੇ ਤੇ ਉਹਨਾਂ ਨੇ ਜਿਸ ਤਰ੍ਹਾਂ ਹੀ ਫਿਰ ਉਹ ਦੁਬਾਰਾ ਐਮਪੀਏ ਬਣੇ ਤੇ ਫਿਰ ਉਹਨਾਂ ਨੇ ਸਾਡੇ ਨਾਲ ਇਹਦਾ ਦੁਬਾਰਾ ਜ਼ਿਕਰ ਇਸ ਚੀਜ਼ ਦਾ ਸ਼ੁਰੂ ਹੋ ਗਿਆ ਫਿਰ ਇਹਨਾਂ ਨੇ ਗੁਰਦੁਆਰੇ ਨਨਕਾਣਾ ਸਾਹਿਬ ਤੋਂ ਲਾਹੌਰ ਦੇ ਜਿਹੜੇ ਗ੍ਰੰਥੀ ਨੇ ਤੇ ਇਸ ਤੋਂ ਇਲਾਵਾ ਪੰਜ ਸੱਬਦ ਦੀ ਜਿਹੜੇ ਗ੍ਰੰਥੀ ਨੇ ਸਾਰਿਆਂ ਨੂੰ ਬੁਲਾਇਆ ਗਿਆ ਮੈਰਿਜ ਐਕਟ ਦੇ ਵਾਸਤੇ ਜਿਹੜੇ ਰੂਲ ਰੈਗੂਲੇਸ਼ਨ ਹੋਣੇ ਪਾਸ ਹੋਣੇ ਸੀਗੇ ਉਹਦੇ ਵਾਸਤੇ ਕਿਦੇ ਚ ਦੇਖੋ ਕੋਈ ਇਹੋ ਜਿਹੀ ਚੀਜ਼ ਤੇ ਨਹੀਂ ਹੈਗੀ ਜਿਹਦੇ ਵਾਸਤੇ ਸਾਨੂੰ ਫਿਰ ਕੱਲ ਨੂੰ ਅ ਕਈ ਚੀਜ਼ਾਂ ਫਿਰ ਦੇਖਣੀਆਂ ਪੈਂਦੀਆਂ ਵਾ ਇਹਦੇ ਚ ਉਹ ਫਿਰ ਸਾਡੀ ਇੱਕ ਬਹੁਤ ਵੱਡੀ ਮੀਟਿੰਗ ਹੋਈ ਉਹਦੇ ਉਸ ਮੈਰਿਜ ਐਕਟ ਦੇ ਉੱਤੇ ਉਹਦੇ ਰੂਲ ਰੈਗੂਲੇਸ਼ਨ ਪਾਸ ਕਰਨ ਵਾਸਤੇ ਫਿਰ ਸਾਰੇ ਗ੍ਰੰਥੀਆਂ ਨੂੰ ਉਸਤੇ ਲਾਵਾ ਕੋਈ ਮਹਾਨ ਲੋਕਾਂ ਨੂੰ ਇਹਨਾਂ ਨੇ ਬੁਲਾਇਆ ਹੋਇਆ ਸੀ ਅਸੀਂ ਸਾਰਿਆਂ ਨੇ ਮੀਟਿੰਗ ਕੀਤੀ ਸਾਰੀ ਜਿਹੜਾ ਮੈਰਿਜ ਐਕਟ ਹੈ ਉਹਦੇ ਹਾਲ ਸਾਰੇ ਪੜੇ ਤੇ ਉਸ ਤੋਂ ਬਾਅਦ ਇਹਨਾਂ ਨੇ ਇਹਨੂੰ ਕਰ ਦਿੱਤਾ ਪਾਸ ਕਰ ਦਿੱਤਾ ਤੇ ਇਹਦੇ ਵਿੱਚ ਬਹੁਤ ਵੱਡਾ ਰੋਲ ਪਾਕਿਸਤਾਨ ਦੀ ਗਵਰਨਮੈਂਟ ਖਾਸ ਕਰ ਪੰਜਾਬ ਦੀ ਗਵਰਨਮੈਂਟ ਜਿਹਦੀ ਕੇ ਬੀਬੀ ਮਰੀਮ ਜੀ ਨੇ ਉਹਨਾਂ ਨੇ ਉਹਨਾਂ ਦਾ ਬੜਾ ਵੱਡਾ ਰੋਲ ਹੈ ਇਸ ਐਕਟ ਦੇ ਵਿੱਚ ਪਾਸ ਹੋਣ ਦੇ ਵਿੱਚ ਤੇ ਪਾਕਿਸਤਾਨ ਪਹਿਲਾ ਮੁਲਕ ਬਣ ਗਿਆ ਕਿਉਂਕਿ ਹਿੰਦੁਸਤਾਨ ਦੇ ਵਿੱਚ ਵੀ ਜਦੋਂ ਅਸੀਂ ਸ਼ਾਦੀ ਕਰਦੇ ਹਾਂ ਤੇ ਅਸੀਂ ਹਿੰਦੂਆਂ ਦੇ ਉਸ ਕੈਟਾਗਰੀ ਦੇ ਵਿੱਚ ਆ ਕੇ ਸ਼ਾਦੀ ਕਰ ਸਕਦੇ ਹਾਂ ਤੇ ਇਹ ਸਾਡੇ ਵਾਸਤੇ ਬਹੁਤ ਮਹਾਨਤਾ ਵਾਲੀ ਗੱਲ ਆ ਕਿਉਂਕਿ ਸਾਡੀ ਕੌਮ ਇੱਕ ਵੱਖਰੀ ਕੌਮ ਹੈ ਇਹ ਗੁਰੂ ਨਾਨਕ ਦੇਵ ਜੀ ਦੀ ਕੌਮ ਹੈ ਸੰਜੀਵਾਲਤਾ ਵਾਲੀ ਕੌਮ ਹੈ ਤੇ ਇਹ ਸਾਡਾ ਗ੍ਰੰਥ ਵੱਖਰਾ ਵਾ ਸਾਡਾ ਧਰਮ ਵੱਖਰਾ ਵਾ ਇਸੇ ਤਰ੍ਹਾਂ ਸਾਡੇ ਮੂਲ ਨਾਨਕ ਸ਼ਾਈ ਕੈਲੰਡਰ ਵੱਖਰਾ ਵਾ ਤੇ ਇਹਨਾਂ ਨੇ ਇਹ ਵਾਲਾ ਐਕਟ ਜਿਹੜਾ ਮੈਰਿਜ ਐਕਟ ਪਾਸ ਕਰ ਦਿੱਤਾ ਇਹਦੇ ਨਾਲ ਕੌਮ ਦੇ ਕੌਮ ਤੇ ਬੜਾ ਵੱਡਾ ਇੱਕ एहसान ਕਰ ਦਿੱਤਾ ਵਾ ਕਿ ਸਾਡੇ ਕੋਲ ਹੁਣ ਬਾਰੋਂ ਵੀ ਸਾਨੂੰ ਫੋਨ ਆ ਰਹੇ ਇੱਕ ਅਸੀਂ ਵਿਆਹ ਕਰਨ ਵਾਸਤੇ ਇੱਥੇ ਆ ਰਹੇ ਹਾਂ ਕਿਉਂਕਿ ਸਾਨੂੰ ਇੱਥੇ ਮੈਰਿਜ ਐਕਟ ਜਿਹੜਾ ਪਾਸ ਹੋਇਆ ਵਾ ਉਹਦੇ ਉਹਦੇ ਮੁਤਾਬਿਕ ਅਸੀਂ ਸਿੱਖ ਮੈਰਿਜ ਐਕਟ ਹੈ ਤੇ ਉਹਦੇ ਮੁਤਾਬਿਕ ਸਾਨੂੰ ਇਹਦਾ ਸਰਟੀਫਿਕੇਟ ਮਿਲੇਗਾ ਇਹਦੇ ਵਾਸਤੇ ਜੋ ਵੀ ਹੈਗਾ ਤੇ ਸਾਰੇ ਲੋਕਾਂ ਦੇ ਸਾਨੂੰ ਇਹਦੇ ਤੇ ਫੋਨ ਆ ਰਹੇ ਨੇ ਇੰਡੀਆ ਤੋਂ ਵੀ ਆ ਰਹੇ ਨੇ ਕਿ ਅਸੀਂ ਇੱਥੇ ਵਿਆਹ ਕਰਨ ਵਾਸਤੇ ਆਣਾ ਚੰਦਿਆ ਹੁਣ ਇਹਦੇ ਵਾਸਤੇ ਵੀ ਪ੍ਰਧਾਨ ਜੀ ਰੂਲ ਬਣਾਣਗੇ ਕਿ ਕਿਸ ਤਰ੍ਹਾਂ ਅਸੀਂ ਕਰਤਾਰਪੁਰ ਸਾਹਿਬੇ ਵਿਆਹਾਂ ਵਾਸਤੇ ਲੋਕਾਂ ਨੂੰ ਸੱਦ ਸਕਦੇ ਆ ਜਾਂ ਤੇ ਹੋਰ ਗੁਰਦੁਆਰਿਆਂ ਦਾ ਵੀ ਆਰਾਮ ਆਰਾਮ ਨਾਲ ਕਰਾਂਗੇ ਹਲੇ ਤੱਕ ਤੇ ਇਹ ਪੰਜਾਬ ਦੇ ਵਿੱਚ ਹੀ ਪਾਸ ਹੋਇਆ ਵਾ ਤੇ ਹੁਣ ਅਰੋੜਾ ਸਾਹਿਬੇ ਕੋਸ਼ਿਸ਼ ਕਰ ਰਹੇ ਨੇ ਕਿ ਬਾਕੀ ਜ਼ਿਲ੍ਹਿਆਂ 'ਚ ਵੀ ਇਹਨਾਂ ਨੂੰ ਪਾਸ ਕੀਤਾ ਜਾਵੇ ਕਿਉਂਕਿ ਅਸੀਂ ਪੂਰੇ ਪਾਕਿਸਤਾਨ ਦੇ ਵਿੱਚ ਸਰਦਾਰ ਥੋੜੇ 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 ਹਰ ਜਗ੍ਹਾ ਰਹਿ ਰਹੇ ਨੇ ਸੇਖ ਦੇ ਵਿੱਚ ਕਿ ਪੀਕੇ ਦੇ ਵਿੱਚ ਪਲੋਚਿਸਤਾਨ ਦੇ ਵਿੱਚ ਲੋਕ ਰਹਿ ਰਹੇ ਨੇ ਤੇ ਪੰਜਾਬ ਦੇ ਵਿੱਚ ਤੇ ਜ਼ਿਆਦਾ ਹੀ ਲੋਕ ਰਹਿ ਰਹੇ ਨੇ ਤੇ ਇਹ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਸਾਨੂੰ ਲੋਕ ਬਾਰੋਂ ਵਧਾਈਆਂ ਪੇਜ ਰਹੇ ਨੇ ਕਿ ਸਾਡਾ ਆਪਣਾ ਵੀ ਆਪਣੇ ਕੌਮ ਦਾ ਵੀ ਕੁਛ ਨਾ ਕੁਛ ਬਣਿਆ ਤੇ ਉਹੀ ਮੈਂ ਪਹਿਲੇ ਵੀ ਗੱਲ ਕੀਤੀ ਹੈ ਕਿ ਲਾਹੌਰ ਦੀ ਮਹਾਨਤਾ ਤੇ ਸਾਡੇ ਉਹਦੇ ਵਿੱਚ ਬਹੁਤ ਜ਼ਿਆਦਾ ਆ ਇਹ ਲਾਹੌਰ ਦਾ ਜਿਹੜਾ ਜ਼ਿਕਰ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਉਸ ਤੋਂ ਬਾਅਦ ਇਹਦੇ ਵਿੱਚ ਸਾਡੇ ਗੁਰੂਆਂ ਦੀਆਂ ਸਥਾਨ ਨਹੀਂ ਉਸ ਤੋਂ ਬਾਅਦ ਜਿਹੜਾ ਪਹਿਲਾ ਮੈਰਿਜ ਐਕਟ ਜਿਹੜਾ ਪਾਸ ਹੋਇਆ ਇਹ ਵੀ ਲਾਹੌਰ ਦੀ ਪਵਨ ਪ੍ਰੇਤਰ ਧਰਤੀ ਤੋਂ ਹੀ ਪਾਸ ਹੋਇਆ ਤੇ ਇਸ ਕਰਕੇ ਲਾਹੌਰ ਦਾ ਸਾਡੇ ਵਾਸਤੇ ਬਹੁਤ ਮਹਾਨ ਧਰਤੀ ਏ ਤੇ ਇਸ ਮੈਰਿਜ ਐਕਟ ਦੀ ਖੁਸ਼ੀ ਪੂਰੀ ਸਿੱਖ ਕੌਮ ਨੂੰ ਬਹੁਤ ਜ਼ਿਆਦਾ ਆ ਤੇ ਹਰ ਇੱਥੇ ਪਾਕਿਸਤਾਨ ਤੋਂ ਅੱਧ ਬਾਹਰਲੇ ਮੁਲਕਾਂ 'ਚ ਵੀ ਬਹੁਤ ਖੁਸ਼ੀਏ ਦੀ ਮਨਾਈ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜ਼ਰੂਰ ਚੰਗੀਆਂ ਤੋਂ ਚੰਗੀਆਂ ਖਬਰਾਂ ਆਣਗੀਆਂ ਕਿ ਅਸੀਂ ਪਾਕਿਸਤਾਨ ਦੇ ਵਿੱਚੋਂ ਲੋਕੀ ਇੱਥੋਂ ਜਾਣਗੇ ਤੇ ਉਹ ਕਹਿਣਗੇ ਕਿ ਅਸੀਂ ਇੱਥੋਂ ਵਿਆਹ ਕਰਕੇ ਗਏ ਹਾਂ ਤੇ ਸਾਡੇ ਵਾਸਤੇ ਬੜੀ ਵੱਡੀ ਗੱਲ ਹੋਊਗੀ। ਅੱਛਾ ਭੈਣ ਜੀ ਤੁਹਾਡੀ ਪੀ ਐਚ ਡੀ ਕਿੱਥੋਂ ਤੱਕ ਪਹੁੰਚੀ ਤੇ ਕਦ ਵਿੱਚ ਕਰ ਰਹੇ ਹੋ ਜ਼ਰਾ ਦੱਸੋ ਸਾਡੇ ਦੇਖਣ ਵਾਲੇ ਸੰਗਤ ਨੂੰ ਪਤਾ ਲੱਗੇ। ਮੈਂ ਕਰ ਰਹੀ ਹਾਂ ਮੇਰੀ ਜਿਹੜੀ ਪੀ ਐਚ ਡੀ ਹੈਗੀ ਹੈ ਇੱਥੇ ਇੱਕ ਮਹਾਨ ਏਡਾਰਾ ਵਾ ਲਾਹੌਰ ਕਾਲਜ ਫॉर ਔਮਨ ਯੂਨੀਵਰਸਿਟੀ ਉੱਥੋਂ ਮੈਂ ਕਰ ਰਹੀ ਹਾਂ ਇਹ ਸਿਰਫ ਬੀਬੀਆਂ ਦੀ ਏਸ਼ੀਆ ਦੀ ਬਹੁਤ ਵੱਡੀ ਯੂਨੀਵਰਸਿਟੀ ਹੈ ਉੱਥੋਂ ਮੈਂ ਪੀ ਐਚ ਡੀ ਕਰ ਰਹੀ ਹਾਂ ਤੇ ਮੇਰੀ ਜਿਹੜੀ ਪੀ ਐਚ ਡੀ ਹੈ ਉਹ ਹੈਗੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਰਬੀ ਫਾਰਸੀ ਸ਼ਬਦਾਵਲੀ ਤਲਮੀਆਂ ਤੇ ਇਸਤਖਾਰੇ ਤੇ ਇਹ ਮੇਰਾ ਐਡਮਿਸ਼ਨ ਜਿਹੜਾ ਹੋਇਆ ਸੀ 2020 ਦੇ ਵਿੱਚ ਹੋਇਆ ਸੀਗਾ ਤੇ ਉਹਦੇ ਤੋਂ ਲੈ ਕੇ ਪਹਿਲੇ ਤੇ ਕੋਰਸਵਰਕ ਹੁੰਦਾ 1.5 ਸਾਲ 2 ਸਾਲ ਦਾ ਤੇ ਉਸ ਤੋਂ ਬਾਅਦ ਫਿਰ ਤੁਸੀਂ phd ਦਾ ਜਿਹੜਾ ਥੀਸਿਸ ਹੁੰਦਾ ਉਹ ਪ੍ਰੂਵ ਕਰਵਾਣਾ ਹੁੰਦਾ ਤੇ ਜਦੋਂ ਮੇਰਾ ਪ੍ਰੂਵ ਹੋਇਆ ਹੁਣ ਮੇਰਾ ਕੰਮ ਚੱਲ ਰਿਹਾ ਵਾ ਇੱਕ ਚੈਪਟਰ ਡੇਟ ਚੈਪਟਰ ਜਿਵੇਂ ਹੋ ਗਿਆ ਵਾ ਕਿਉਂਕਿ ਇਹਦਾ ਥੀਸਿਸ ਕਾਫੀ ਲੰਮਾ 600 ਪੇਜ ਤੋਂ ਉੱਪਰ ਦਾ ਬਣਾਣਾ ਹੁੰਦਾ ਤੇ ਫਿਰ ਇਹਦੇ ਤੇ ਮੈਨੂੰ ਕਿਤਾਬਾਂ ਵੀ ਕੁਝ ਅਵੇਲੇਬਲ ਨਹੀਂ ਸੀਗੀਆਂ ਡਾਕਟਰ ਕਲਿਆਨ ਸਿੰਘ ਕਲਿਆਨ ਨੇ ਹਿੰਦੁਸਤਾਨ ਤੋਂ ਇਹਦੀਆਂ ਕਿਤਾਬਾਂ ਮੰਗਵਾਈਆਂ ਤੇ ਕਿਤਾਬ ਇਸ ਤਰ੍ਹਾਂ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਰਬੀ ਫਾਰਸੀ ਸ਼ਬਦਾਵਲੀ ਦੇ ਉੱਤੇ ਨਾ ਕਿਸੇ ਨੇ ਸ਼ਲੋਕਾਂ ਦੇ ਉੱਤੇ ਜਾਂ ਸ਼ਬਦਾਂ ਦੇ ਉੱਤੇ ਨਾ ਜ਼ਿਕਰ ਜ਼ਰੂਰ ਕੀਤਾ ਹੋਇਆ ਵਾ ਤੇ ਲਿਖਣ ਇਹਦੇ ਉੱਤੇ ਲਿਖਿਆ ਕੰਮ ਕ ਬਹੁਤ ਘੱਟ ਨਜ਼ਰੀ ਨਹੀਂ ਆਇਆ ਮੇਰੇ ਮੇਰੀ ਨਜ਼ਰ ਚ ਕੋਈ ਵੀ ਨਹੀਂ ਗੁਜ਼ਰਿਆ ਕਿਹੋ ਜਿਹਾ ਕੰਮ ਹੋਇਆ ਹੋਵੇ ਜਿਹੜਾ ਕਿ ਇਹਨਾਂ ਦੇ ਉੱਤੇ ਹੋਇਆ ਹੋਵੇ ਤੇ ਬਾਕੀ ਕਰ ਰਹੀਆਂ ਹਲੇ ਪ੍ਰਮਾਤਮਾ ਮਿਹਰ ਕਰਨਗੇ ਅਗਲੇ ਸਾਲ ਤੱਕ ਮੈਂ ਆਪਣਾ ਇਹ ਕੰਮ ਪੂਰਾ ਕਰਨਾ ਚਾਹੀਦਾ ਤੁਸੀਂ ਐਸਲ ਤੁਸੀਂ ਕਨੇਡਾ ਕਾਲਜ ਚ ਪੜਾ ਰਹੇ ਹੋ ਪੰਜਾਬੀ ਨੂੰ ਤੇ ਉੱਥੇ ਤੁਹਾਨੂੰ ਕਿਸਰਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਤੁਸੀਂ ਉੱਥੇ ਜਿਹੜੇ ਤੁਹਾਡੇ ਕੋ ਬੱਚੀਆਂ ਪੜਨ ਆ ਰਹੀਆਂ ਨੇ ਤੁਸੀਂ ਪੜਾ ਰਹੇ ਹੋ ਤੁਹਾਡਾ ਪਹਿਲਾ ਐਕਸਪੀਰੀਅੰਸ ਸੀ ਤੁਹਾਡੇ ਨਾਲ ਵੇਖ ਕੇ ਜਿਹੜਾ ਤੁਹਾਡੀ ਤੁਹਾਡੀ ਕੌਮ ਦੀਆਂ ਬੱਚੀਆਂ ਨੇ ਉਹ ਕਿੰਨਾ ਗੱਗੇ ਆਣਾ ਚਾਹੁੰਦੀਆਂ ਤੁਸੀਂ ਕਿਉਂ ਕਿਉਂ ਨਾਲ ਲਈ ਤੁਸੀਂ ਇੱਕ ਰੋਡ ਮਾਡਲ ਹੋ ਹਾਂ ਜੀ ਬਿਲਕੁਲ ਪਹਿਲੇ ਤੇ ਮੈਂ ਕਨੇਡਾ ਕਾਲਜ ਦੀ ਗੱਲ ਕਰਾਂਗੀ ਕਿ ਨੇੜੇ ਕਾਲਜ ਬੜਾ ਇਥੇਲਾ ਹੋਰ ਦਾ ਬੜਾ ਵੱਡਾ ਕਾਲਜ ਮੰਨਿਆ ਜਾਂਦਾ ਵਾ ਬੜਾ ਮਹਾਨ ਏਦਾਰਾ ਵਾ ਇਹਦੇ ਵਿੱਚ ਜ਼ਿਆਦਾਤਰ ਸੁਣਨ ਨੂੰ ਗੱਲਾਂ ਮਿਲਦੀ ਕਿ ਇੱਥੇ ਜ਼ਿਆਦਾ ਅਮੀਰ ਲੋਕ ਪੜਦੇ ਨੇ ਤੇ ਜਦੋਂ ਮੈਂ ਪੰਜਾਬੀ ਨੂੰ ਵੇਖਿਆ ਤੇ ਪੰਜਾਬੀ ਨੂੰ ਇੱਥੇ ਥੋੜਾ ਜਿਹਾ ਉਹ ਮਹਾਨਤਾ ਨਹੀਂ ਮਿਲੀ ਜਿਹੜੀ ਕਿ ਮਿਲਣੀ ਚਾਹੀਦੀ ਸੀ ਕਿਉਂਕਿ ਪੰਜਾਬ ਦਾ ਵੱਡਾ ਹਿੱਸਾ ਜਿਹੜਾ ਹੈਗਾ ਵਾ ਉਹ ਪਾਕਿਸਤਾਨ ਦੇ ਵਿੱਚ ਹੈ ਛੋਟਾ ਹਿੱਸਾ ਇੰਡੀਆ ਦੇ ਵਿੱਚ ਹੈ ਲੇਕਿਨ ਫੇਰ ਵੀ ਇੱਥੇ ਬੋਲਣ ਵਾਲੇ ਬਹੁਤ ਜ਼ਿਆਦਾ ਨਹੀਂ ਪੰਜਾਬੀ ਲੇਕਿਨ ਜਿਹੜੇ ਲਿਟਰੇਚਰ ਆ ਉਹ ਉਸ ਤਰ੍ਹਾਂ ਉਸ ਤਰੀਕੇ ਦੇ ਨਾਲ ਲਿਟਰੇਚਰ ਵੀ ਕਾਫੀ ਲਿਖਿਆ ਗਿਆ ਹੈ ਲੇਕਿਨ ਪੜਨ ਵਾਲੇ ਬੱਚੇ ਘੱਟ ਨੇ ਦੇ ਵਿੱਚ ਤੇ ਜਿਹੜਾ ਕਨੇਡਾ ਕੋਲ ਜਦੋਂ ਮੈਂ ਗਈ ਮੈਂ ਉੱਥੇ ਬੱਚਿਆਂ ਨਾਲ ਪੰਜਾਬੀ ਬੋਲੀ ਤੇ ਪਾਜੀ ਮੈਨੂੰ ਤੇ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਉਹ ਬੱਚੇ ਪੰਜਾਬੀ ਕਿਉਂਕਿ ਕਿ ਇੰਗਲਿਸ਼ ਬੋਲਣ ਵਾਲੇ ਬੱਚੇ ਪੰਜਾਬੀ ਵਾਲੇ ਸਾਈਡ ਤੇ ਆਨ ਤੇ ਬੜੀ ਵੱਡੀ ਗੱਲ ਹੁੰਦੀ ਹੈ ਤੇ ਉਹਨਾਂ ਨੇ ਪੰਜਾਬੀ ਮਜ਼ਮੂਨ ਨੂੰ ਬੜੇ ਵਧੀਆ ਤਰੀਕੇ ਨਾਲ ਪੜ੍ਹਦੇ ਵੀ ਨੇ ਉਹ ਕਹਿੰਦੇ ਇਹੋ ਜਿਹਾ ਮਜ਼ਮੂਨ ਜਿਹੜਾ ਸਾਨੂੰ ਸਮਝ ਲੱਗਦਾ ਵਾ ਬਾਕੀ ਚੀਜ਼ਾਂ ਨੂੰ ਸਾਨੂੰ ਰਟਣਾ ਪੈਂਦਾ ਵਾ ਇਹਨੂੰ ਸਾਨੂੰ ਰਟਣ ਦੀ ਲੋੜ ਨਹੀਂ ਹੈ ਸਾਡੀ ਸਕਾਫਤ ਦਾ ਹਿੱਸਾ ਨਹੀਂ ਤੋਲੇ ਮਈਏ ਹੈ ਬਾਬਾ ਫਰੀਦ ਦੀ ਹਿਆਤੀ ਜਾਂ ਬੁੱਲੇ ਸ਼ਾਹ ਦੀ ਯਸ਼ਾ ਹੁਸੈਨ ਦੀ ਮੀਆਂ ਮੁਹੰਮਦ ਬਖਸ਼ ਦੀ ਇਹਨਾਂ ਦੇ ਜਿਹੜੇ ਸ਼ੇਰੋ ਸ਼ਾਇਰੀ ਆ ਨਾ ਉਹ ਇੰਜ ਲੱਗਦਾ ਜਿਵੇਂ ਸਦਾ ਬਹਾਰ ਸ਼ੇਰੋ ਸ਼ਾਇਰੀ ਰਹੀ ਹੈ ਜਿਵੇਂ ਬਾਬਾ ਫਰੀਦ ਦੇ ਸ਼ੇਰ ਅੱਜ ਵੀ ਅਸੀਂ ਪੜ੍ਹਦੇ ਆ ਤੇ ਉਹ ਸਾਨੂੰ ਲੱਗਦੇ ਜਿਵੇਂ ਅੱਜ ਦੇ ਆ ਜੇ ਤੂ ਅਕਲ ਲਤੀਫ ਫਰੀਦਾ ਜੇ ਤੂ ਅਕਲ ਲਤੀਫ ਕਾਲੇ ਲਿਖਣਾ ਲਿਖਾ ਆਪਣੇ ਗਰੀਬਾਨ ਵਿੱਚ ਸਿਰਨੀਵਾ ਕਰਕੇ ਵੇਖ ਇਹ ਅੱਜ ਦੇ ਇਨਸਾਨ ਤੇ ਵੀ ਇਹੀ ਚੀਜ਼ਾਂ ਲੱਗੂ ਹੁੰਦੀਆਂ ਜਿਹੜਾ ਕਿ ਪਹਿਲੇ ਦੇ ਉਹਨਾਂ ਨੇ ਉਸ ਵੇਲੇ 12ਵੀਂ ਸਦੀ ਚ ਲਿਖਿਆ ਹੋਇਆ ਤੇ ਸ਼ਾਹ ਹੁਸੈਨ ਦੀਆਂ ਵੇਖ ਲਿਆ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਅੱਜ ਤੂੰ ਅੰਦਰ ਤੂੰ ਹੈ ਬਾਹਰ ਤੂੰ ਹੈ ਰੋਮ ਰੋ ਵਿੱਚ ਤੂੰ ਹੈ ਤੇ ਅੱਜ ਦੇ ਇਨਸਾਨ ਵਾਸਤੇ ਵੀ ਇਹੀ ਹੈ ਕਿ ਪਰਮਾਤਮਾ ਦੀ ਪਗਤੀ ਕਰੋ ਤੇ ਫਿਰ ਇਹਨਾਂ ਚੀਜ਼ਾਂ ਨੂੰ ਜਦੋਂ ਬੱਚਿਆਂ ਨੇ ਪੜ੍ਹਨਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਬਹੁਤ ਆਸਾਨ ਲੱਗਾ ਈਜ਼ੀ ਲੱਗੀਆਂ ਇਹ ਚੀਜ਼ਾਂ ਜਦੋਂ ਮੈਂ ਪ੍ਰੋਜੈਕਟ ਵੀ ਉਹਨਾਂ ਨੂੰ ਕਰਵਾਉਂਦੀ ਸੀ ਤੇ ਮੈਂ ਮਹੀਰ ਰਾਂਜਾ ਸਸੀਪੂ ਨੂੰ ਸੋਨੀ ਮਹੀਵਾਲ ਇਹੋ ਜਿਹੇ ਟੋਪਿਕ ਉਹਨਾਂ ਨੂੰ ਦਿੰਦੀ ਸੀ ਤੇ ਬੱਚੀਆਂ ਮੜੀਆਂ ਖੁਸ਼ ਹੁੰਦੀਆਂ ਸੀ ਕਿ ਇਹ ਚੀਜ਼ਾਂ ਤੇ ਉਹ ਨੇ ਜਿਹੜੀਆਂ ਸਾਡੀ ਸਕਾਫਤ ਦਾ ਹਿੱਸਾ ਸੀ ਕਦੀ ਸੁਣਦੇ ਹੁੰਦੇ ਸੀ ਇਹਨਾਂ ਬਾਰੇ ਡਰਾਮਿਆਂ ਚ ਸੀ ਕਦੀ ਉਹਨਾਂ ਦਾ ਜ਼ਿਕਰ ਸੁਣਿਆ ਹੋਇਆ ਸੀ ਤੇ ਲੇਕਿਨ ਅੱਜ ਸਾਨੂੰ ਰੱਖ ਕੇ ਬੜੀ ਖੁਸ਼ੀ ਹੋ ਰਹੀ ਹੈ ਤੇ ਬਹੁਤ ਇੰਟਰਸਟਿੰਗ ਨਾਲ ਬੱਚੇ ਇੰਟਰਸਟ ਨਾਲ ਪੜ੍ਹਦੇ ਵੀ ਆ ਤੁਹਾਨੂੰ ਸਮਝਦੇ ਵੀ ਆ ਤੇ ਜਦੋਂ ਵੀ ਕੋਈ ਤਿਹਵਾਰ ਗੁਜ਼ਰਦਾ ਤੇ ਮੈਂ ਉਹਨਾਂ ਨੂੰ ਉਹਦੇ ਬਾਰੇ ਪੂਰੀ ਜਿਵੇਂ ਹੁਣ ਵਿਸਾਖੀ ਗੁਜ਼ਰੀ ਐ ਤੇ ਮੈਨੂੰ ਬੱਚੇ ਸਵਾਲ ਕਰਦੇ ਸੀ ਕਿ ਵਿਸਾਖੀ ਦੇ ਵਿੱਚ ਕੀ ਹੁੰਦਾ ਵਾ ਮੈਂ ਉਹਨਾਂ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਦਿੰਦੀ ਆ ਕਿ ਫਸਲਾਂ ਦੀ ਕਟਾਈ ਹੁੰਦੀ ਐ ਸਾਰੇ ਸਾਂਝੇ ਪੰਜਾਬ ਦੇ ਵਿੱਚ ਫਸਲ ਜਦੋਂ ਕੱਟੀ ਜਾਂਦੀ ਸੀ ਤੇ ਫਿਰ ਸਾਰੇ ਰਲ ਮਿਲ ਕੇ ਦੇਤੇ ਦੇਗਾ ਬਣਾਉਂਦੇ ਸੀ ਤੇ ਖਾਂਦੇ ਸੀ ਤੇ ਦੂਸਰੇ ਨਾਲ ਪਿਆਰ ਮੁਹੱਬਤ ਦੇ ਇਹ ਤਿਹਵਾਰ ਨੇ ਇਸੇ ਤਰ੍ਹਾਂ ਜਦੋਂ ਵੀ ਕੋਈ ਤਿਹਵਾਰ ਆਂਦਾ ਤੇ ਫਿਰ ਮੈਨੂੰ ਬੱਚਿਆਂ ਨੂੰ ਪੂਰਾ ਉਹਦੇ ਬਾਰੇ ਦੱਸਣਾ ਪੈਂਦਾ ਵਾ ਤੇ ਬੱਚੀਆਂ ਖੁਸ਼ ਹੁੰਦੀਆਂ ਨੇ ਮੇਰੇ ਕੋਲ ਤਾਦਾਦ ਵੀ ਅੱਛੀ ਆ ਜਾਂਦੀ ਹੈ ਫਸਟイヤー ਸੈਕੰਡイヤー 'ਚ ਵੀ ਮੈਂ ਪੜ੍ਹਾਉਂਦੀ ਆ ਤੇ ਬੀਐਸ ਲੈਵਲ ਤੇ ਵੀ ਮੈਂ ਪੰਜਾਬੀ ਪੜ੍ਹਾਉਂਦੀ ਆ ਤੇ ਇਸ ਕਰਕੇ ਫਿਰ ਉਹ ਬੱਚੀਆਂ ਬਹੁਤ ਖੁਸ਼ ਹੋ ਕੇ ਪੜ੍ਹਦੀਆਂ ਅੱਛਾ ਯਾਨੀ ਉਹਨਾਂ ਵੱਲੋਂ ਬੜਾ ਅੱਛਾ ਰਿਸਪਾਂਸ ਮਿਲਿਆ ਬਿਲਕੁਲ ਬਹੁਤ ਵਧੀਆ ਰਿਸਪੌਂਸ ਵੀ ਲਿਆ ਜੀ ਜੀ ਬਿਲਕੁਲ ਬਹੁਤ ਵਧੀਆ ਰਿਸਪੌਂਸ ਵੀ ਲਿਆ ਹੋਰ ਅੱਗੇ ਤੋਂ ਅੱਗੇ ਬੱਚੇ ਹੁਣ ਦੋ ਦੋ ਤਿੰਨ ਤਿੰਨ ਵਾਰੀ ਇੱਕ ਮੇਰੇ ਤਿੰਨ ਚਾਰ ਮਜ਼ਮੂਨ ਹੁੰਦੇ ਨੇ ਫਿਰ ਬੱਚੇ ਬਾਰ-ਬਾਰ ਉਹ ਕਹਿੰਦੇ ਅਸੀਂ ਇਹ ਹੀ ਰੱਖਣਾ ਚਾਹੁੰਦੇ ਹਾਂ ਮਿਸ ਜੀ ਪੰਜਾਬੀ ਦੇ ਹੋਰ ਵੀ ਤੁਸੀਂ ਕੋਰਸ ਬਣਾਓ ਤਾਂ ਕਿ ਅਸੀਂ ਹੋਰ ਵੀ ਰੱਖ ਸਕੀਏ ਇਨਾ ਅੱਛੇ ਬੱਚੇ ਪੜਨਾ ਚਾਹ ਰਹੇ ਹਾਲਾਂਕਿ ਕਨੇਡਾ ਕਾਲਜ ਦੇ ਬਾਰੇ ਕਿਉਂਕਿ ਜਿਸ ਤਰ੍ਹਾਂ ਉੱਥੇ ਇੰਗਲਿਸ਼ ਮੀਡੀਅਮ ਟਾਈਪ ਦੇ ਲੋਕ ਆਉਂਦੇ ਨੇ ਔਰ ਉੱਥੇ ਇੱਕ ਕਨਸੈਪਟ ਜਿਹੜਾ ਪੰਜਾਬੀ ਨੂੰ ਲਾਂਚ ਕਰਨਾ ਮੈਂ ਕਹਿੰਨਾ ਬੜਾ ਔਖਾ ਕੰਮ ਹੈ। ਹਾਂਜੀ ਬਿਲਕੁਲ ਉੱਥੇ ਸਾਰੇ ਉਹ ਬੱਚੀਆਂ ਬੋਲਦੀਆਂ ਹੀ ਇੰਗਲਿਸ਼ ਆ ਲੇਕਿਨ ਜਦੋਂ ਵੀ ਮੇਰੀ ਕਲਾਸ 'ਚ ਆਉਂਦੀਆਂ ਨੇ ਉਹਨਾਂ ਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਉਹ ਪੰਜਾਬੀ ਮੇਰੇ ਨਾਲ ਬੋਲਦੀਆਂ ਨੇ ਕਿ ਮਿਸ ਜੀ ਅਸੀਂ ਤੁਹਾਡੇ ਨਾਲ ਪੰਜਾਬੀ ਬੋਲਣਾ ਚਾਹੁੰਦੇ ਤਾਂ ਕਿ ਅਸੀਂ ਅੱਗੇ ਸਿੱਖੀਏ। ਤੋ ਉਹਨਾਂ ਨੂੰ ਇਹ ਵੀ ਹੈ ਕਾਫੀ ਜਿਹੜੇ ਲੋਕ ਨੇ ਉਹ ਬਾਹਰ ਕੁੜੀਆਂ ਬਾਹਰ ਵੀ ਜਾਂਦੀਆਂ ਨੇ ਸਾਡੇ ਕਨੇਡਾ ਕਾਲਜ ਦੇ ਬੱਚੇ ਕਾਫੀ ਕਿਉਂਕਿ ਲਮਸ ਜਿਹੋਨਾਂ ਦਾ ਐਡਮਿਸ਼ਨ ਹੁੰਦਾ ਹੈ ਅੱਗੇ ਉਹ ਫਿਰ ਬਾਹਰ ਕੈਨੇਡਾ ਅਮਰੀਕਾ ਚ ਜਿਹੜੋਨਾਂ ਦੀਆਂ ਫੈਮਲੀਆਂ ਵੀ ਹੈ ਨੇ ਤੇ ਫਿਰ ਉਹ ਜਦੋਂ ਜਾਂਦੀਆਂ ਨੇ ਉਹ ਕਹਿੰਦੀਆਂ ਮਿਸ ਜੀ ਉੱਥੇ ਸਾਰੇ ਪੰਜਾਬੀ ਨੇ ਤੇ ਜੇ ਅਸੀਂ ਇੱਥੋਂ ਪੰਜਾਬੀ ਸਿੱਖ ਕੇ ਜਾਵਾਂਗੇ ਤੇ ਅੱਗੇ ਫਿਰ ਪੰਜਾਬੀ ਬੋਲਣ ਚ ਸਾਨੂੰ ਈਜ਼ੀ ਰਹੇਗਾ ਤੇ ਉਹ ਇਸ ਕਰਕੇ ਵੀ ਜ਼ਿਆਦਾ ਮਜ਼ਮੂਨ ਮੇਰੇਸ ਕਰਕੇ ਵੀ ਬੱਚੇ ਰੱਖਦੇ ਹੁਣ ਕਿਸ ਤਰ੍ਹਾਂ ਦਾ ਰਿਸਪੌਂਸ ਅੱਗੇ ਮਿਲ ਰਿਹਾ ਬੱਚਿਆਂ ਦੀ ਤਦਾਦ ਉੱਥੇ ਵੱਧ ਰਹੀ ਹੈ ਤੁਹਾਡੀ ਪੰਜਾਬੀ ਦੇ ਬਿਲਕੁਲ ਸਾਨੂੰ ਹਰ ਕਲਾਸ ਦੇ ਵਿੱਚ 35 ਬੱਚੇ ਰੱਖਣੇ ਹੁੰਦੇ ਨੇ ਕਿ ਜੀ 35 ਬੱਚੇ ਤੁਸੀਂ ਰੱਖ ਸਕਦੇ ਹੋ ਇਸ ਤੋਂ ਵੱਧ ਬੱਚੇ ਨਹੀਂ ਰੱਖ ਸਕਦੇ ਉਹਨਾਂ ਦਾ ਇਹ ਅਸੂਲ ਨੇ ਲੇਕਿਨ ਜਦੋਂ ਵੀ ਮੇਰੇ ਕੋਲ ਆਂਦੇ ਆ ਉਹ 40 ਤੋਂ ਉੱਪਰ ਟੱਪ ਜਾਂਦੇ ਆ ਫਿਰ ਉਹ ਐਡਮਨ ਵਾਲੇ ਵੀ ਮੇਰੇ ਕੋਲ ਆਂਦੇ ਆ ਕਹਿੰਦੇ ਮੈਡਮ ਜੀ ਸਾਡੀ ਮਜਬੂਰੀ ਆ ਬੱਚਿਆਂ ਨੂੰ ਤੁਹਾਨੂੰ ਲੈਣਾ ਪੈਣਾ ਕਿਉਂਕਿ ਬੱਚੇ ਕਹਿੰਦੇ ਐਪਲੀਕੇਸ਼ਨਾਂ ਲਿਆ ਲਿਆ ਕਿ ਸਾਨੂੰ ਦਿੰਦੇ ਨੇ ਤੇ ਕਹਿੰਦੇ ਜੀ ਇਹ ਬੱਚੇ 40 ਤੋਂ ਉੱਪਰ ਬੱਚੇ 35 મે ਰੱਖ ਸਕਦੀਆਂ ਮੈਂ ਕਿੰਨੀਆਂ ਜ਼ਿਆਦਾ ਬੱਚੇ ਫਿਰ ਪੜਾਉਣੇ ਵੀ ਮੁਸ਼ਕਲ ਹੋ ਜਾਂਦੇ ਲੇਕਿਨ ਐਡਮਨ ਆਪ ਫਿਰ ਮੈਨੂੰ ਇਹਦੇ ਵਾਸਤੇ ਕਹਿ ਰਦਾ ਵਾ ਕਹਿੰਦੇ ਨਹੀਂ ਬੱਚਿਆਂ ਨੂੰ ਚਾਹਦੇ ਹੀ ਤੁਹਾਡਾ ਮਜ਼ਮੂਨ ਰੱਖਣਾ ਵਾ ਫਿਰ ਤੁਹਾਨੂੰ ਸਾਡੇ ਨਾਲ ਥੋੜਾ ਜਿਹਾ ਕੰਪਰੋਮਾਈਜ਼ ਕਰਨਾ ਪੈਣਾ ਫਿਰ 42 45 ਤੱਕ ਵੀ ਮੇਰੇ ਬੱਚੇ ਪਹੁੰਚ ਜਾਂਦੇ ਨੇ ਪ੍ਰਮਾਤਮਾ ਦੀ ਮਿਹਰ ਹੈ ਇਹ ਵੀ ਤੇ ਉਹ ਫਿਰ ਪੜਨਾ ਚਾਹੁੰਦੇ ਨੇ ਬੱਚੇ ਇਸੇ ਕਰਕੇ ਆ ਰਹੇ ਤੁਸੀਂ ਕੀ ਸਮਝਦੇ ਹੋ ਕਿ ਆਨ ਵਾਲੇ ਸਮੇਂ ਦੇ ਵਿੱਚ ਪੰਜਾਬੀ ਨੂੰ ਜਿਹੜਾ ਪੂਰੀ ਤਰ੍ਹਾਂ ਪ੍ਰਮੋਟ ਹੋ ਸਕੇਗੀ ਪੰਜਾਬੀ ਬਿਲਕੁਲ ਕੋਈ ਵੀ ਜ਼ੁਬਾਨ ਨਹੀਂ ਮਰਦੀ ਐ ਅਗਰ ਉਹਦੀ ਜ਼ੁਬਾਨ ਦੇ ਬੋਲਣ ਵਾਲੇ ਜ਼ਿੰਦਾ ਨਹੀਂ ਤੇ ਕੋਈ ਵੀ ਜ਼ੁਬਾਨ ਕਦੇ ਵੀ ਨਹੀਂ ਮਰ ਸਕਦੀ ਤੇ ਆਉਣ ਵਾਲੇ ਸਮੇਂ 'ਚ ਹੁਣ ਜਿਵੇਂ ਪੰਜਾਬੀ ਆ ਉਹ ਅਗਰ ਜ਼ੁਬਾਨਾਂ ਦੇ ਲਿਹਾਜ਼ ਨਾਲ ਵੇਖਿਆ ਜਾਵੇ ਤੇ 8ਵੇਂ 9ਵੇਂ ਨੰਬਰ ਤੇ ਐ ਤੇ ਇਸ ਵੇਲੇ ਇੱਕ ਬੱਚੀ ਨੇ ਪੰਜਾਬੀ ਦਾ ਮਾਜ਼ੀ ਤੇ ਮਸਤਕਬਲ ਤੇ ਪ੍ਰੋਜੈਕਟ ਕੀਤਾ ਸੀਗਾ ਉਹਨੇ ਪੂਰੇ ਮੁਲਕਾਂ ਦੇ ਵਿੱਚੋਂ ਜਾਪਾਨ, ਚੀਨ ਜਿੱਥੇ ਕਿ ਸਾਨੂੰ ਪਤਾ ਵੀ ਨਹੀਂ ਹੈਗਾ ਕਿ ਇੱਥੇ ਪੰਜਾਬੀ ਬੋਲਣ ਵਾਲੇ ਹੋਣਗੇ। ਲੇਕਿਨ ਉਹਨੇ ਉੱਥੋਂ ਵੀ ਉਹ ਉਹਦੀ ਕੈਟੇਗਰੀਆਂ ਲੱਭੀਆਂ ਕਿ ਜੇ ਉੱਥੇ ਵੀ ਪੰਜਾਬੀ ਬੋਲਣ ਵਾਲੇ ਹੈ ਨੇ ਇਸ ਵੇਲੇ ਪੜ੍ਹ ਵੀ ਰਹੇ ਨੇ, ਬੋਲ ਵੀ ਰਹੇ ਨੇ। ਉਹਨਾਂ ਨੇ ਪੂਰਾ ਸਾਨੂੰ ਉਹਦੇ ਬਾਰੇ ਮੈਨੂੰ ਦੱਸਿਆ ਕਿ ਮਿਸ ਜੀ ਇੱਥੇ ਇੰਨੇ ਲੋਕ ਪੜ੍ਹ ਰਹੇ ਨੇ ਇਸ ਵੇਲੇ ਨੇ ਪੂਰਾ ਉਹਨੇ ਰਿਸਰਚ ਕੀਤੀ ਹੋਈ ਸੀਗੀ। ਤੇ ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਪੰਜਾਬੀ ਦਾ ਸਕੋਪ ਹੈ। ਕਿ ਜਿੱਥੇ ਵੀ ਸਰਦਾਰ ਗਏ ਨੇ ਖਾਸ ਕਰ ਮੈਂ ਉਹਨਾਂ ਦਾ ਜ਼ਿਕਰ ਕਰਾਂਗੀ ਉਹ ਆਪਣੇ ਨਾਲ ਆਪਣੀ ਜ਼ੁਬਾਨ ਤੇ ਸੱਭਿਆਚਾਰ ਨੂੰ ਜ਼ਰੂਰ ਲੈ ਕੇ ਗਏ ਨੇ ਇਸ ਵੇਲੇ ਜਦੋਂ ਵੀ ਹਿੰਦੁਸਤਾਨ ਦੇ ਤੋਂ ਅਮਰੀਕਾ ਜਾਂ ਕੈਨੇਡਾ ਜਾਂ ਕਿਤੇ ਵੀ ਬਾਹਰਲੇ ਮੁਲਕਾਂ 'ਚ ਕਿਤੇ ਵੀ ਵਿਆਹ ਹੁੰਦਾ ਵਾ ਤੇ ਪੰਜਾਬੀ ਟੋਲਟਮੱਕੇ ਨਾਲ ਹੀ ਲੋਕ ਨੱਚਦੇ ਨੇ ਤੇ ਉਸ ਤੋਂ ਇਲਾਵਾ ਕੋਈ ਵੀ ਨਹੀਂ ਇੱਥੇ ਵੀ ਜਦੋਂ ਵੀ ਬਾਕੀ ਬਾਕੀ ਸਾਰਾ ਕੁਝ ਤੇ ਹਟ ਗਾਣੇ ਉਹੀ ਜਾਂਦੇ ਨੇ ਜਿਹੜੇ ਕਿ ਪੰਜਾਬੀ ਦੇ ਵਿੱਚ ਗਾਏ ਹੋਏ ਹੁੰਦੇ ਨੇ ਤੇ ਇਸ ਕਰਕੇ ਪੰਜਾਬੀ ਦਾ ਨਹੀਂ ਹੈ ਇਸ ਤਰ੍ਹਾਂ ਕਿ ਜੀ ਉਹ ਹਾਲਾਤ ਆਣ ਵਾਲੇ ਬੰਦ ਹੋ ਜਾਏਗਾ ਜਾਂ ਖਤਮ ਹੋ ਜਾਏਗੀ ਇਹ ਗੱਲਾਂ ਨਹੀਂ ਹੈ ਜਿੰਨੀ ਦੇਰ ਤੱਕ ਬੋਲਣ ਵਾਲੇ ਜ਼ਿੰਦਾ ਨੇ ਤੇ ਪੰਜਾਬੀ ਕਦੀ ਖਤਮ ਹੀ ਨਹੀਂ ਹੋ ਸਕੀ ਤੁਸੀਂ ਨਨਕਾਨੇ ਤੋਂ ਨਿਕਲੇ ਲਾਹੌਰ ਆਏ ਅੱਗੇ ਵੀ ਪੜਿਓ ਤੇ ਪੜਾਉ ਵੀ ਰਹੇ ਹੋ ਤੁਹਾਡੇ ਨੂੰ ਦੇਖ ਕੇ ਇਸ ਵੇਲੇ ਨਨਕਾਨੇ ਦੀਆਂ ਜਿਹੜੀਆਂ ਦੂਸਰੀਆਂ ਕੁੜੀਆਂ ਨੇ ਉਹਨਾਂ ਦੇ ਕੀ ਵਿਚਾਰ ਨੇ हां जी ਨਨਕਾਣਾ ਸਾਹਿਬ ਦੇ ਜਦੋਂ ਮੈਂ ਆਈ ਆ ਉਸ ਵੇਲੇ ਤੇ ਵਿਚਾਰ ਕੁਝ ਹੋਰ ਸੀ ਜਦੋਂ ਪਰਮਾਤਮਾ ਨੇ ਮਿਹਰ ਕੀਤੀ ਮੈਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਜਨਰਲ ਸਕੱਤਰ ਬਣੀ ਤੇ ਇੱਥੇ ਹੁਣ ਪੜਾਅ ਵੀ ਰਹੀ ਆ ਬੜੇ ਅੱਛੇ ਕਾਲਜ ਦੇ ਵਿੱਚ ਤੇ ਫਿਰ ਉਹਨਾਂ ਕੁੜੀਆਂ ਨੇ ਮੈਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਪੜ੍ਹਨਾ ਚਾਹੁੰਦੀਆਂ ਵਾਂ ਪਰ ਨਨਕਾਣਾ ਸਾਹਿਬ ਦੇ ਵਿੱਚ ਯੂਨੀਵਰਸਿਟੀ ਨਹੀਂ ਹੈ ਮੈਂ ਕਿਹਾ ਯੂਨੀਵਰਸਿਟੀ ਅਗਰ ਨਹੀਂ ਹੈ ਤੇ ਆਪਾਂ ਲਾਹੌਰੇ ਕੰਮ ਕਰ ਸਕਦੇ ਆ ਕਿਉਂਕਿ ਮੈਂ ਲਾਹੌਰ ਸ਼ਿਫਟ ਹੋ ਗਈ ਸੀ ਮੇਰੇ ਬੱਚੇ ਵੀ ਸੀ ਮੇਰਾ ਘਰ ਸਾਰਾ ਕੁਝ ਪਰਮਾਤਮਾ ਦੀ ਮੇਰੇ ਨਾਲ ਹੈ ਸੀ ਪਰ ਉਹਨਾਂ ਕੁੜੀਆਂ ਦਾ ਮਸਲਾ ਇਹ ਸੀ ਕਿ ਉਹ ਚਾਹੁੰਦੀਆਂ ਸੀ ਕਿ ਸਿਲਾਹੌਰ ਕਿੱਥੇ ਰਹੀਏ ਰਿਹائش ਦਾ ਉਹਨਾਂ ਦਾ ਮਸਲਾ ਸੀ ਪੜਨਾ ਉਹ ਚਾਹ। ਫਿਰ ਮੈਂ ਉਹਨਾਂ ਨੂੰ ਇੱਥੇ ਕਿਉਂਕਿ ਗੁਰਦੁਆਰਾ ਸਿੰਘ ਸਿੰਘਣੀਆਂ ਦੇ ਵਿੱਚ ਰਿਹائش ਵੀ ਹੈ ਵਾ ਵਧੀਆ ਤੇ ਉਸ ਤੋਂ ਇਲਾਵਾ ਸਾਡੇ ਕੋਲ ਇੱਥੇ ਜਿਹੜੇ ਮੇਰਾ ਘਰ ਵਾਲਾ ਹੈ ਮੇਰੇ ਹਸਬੰਡ ਉਹ ਇੱਥੇ ਗ੍ਰੰਥੀ ਵੀ ਹੈ ਇਸ ਵੇਲੇ ਤੇ ਫਿਰ ਮੈਨੂੰ ਆਇਆ ਸੀਗਾ ਕਿ ਚਲੋ ਮੈਂ ਇੱਥੇ ਕੁੜੀਆਂ ਨੂੰ ਰੱਖ ਸਕਦੀਆਂ ਖਾਸ ਤੌਰ ਤੇ ਤੇ ਪਰਮਾਤਮਾ ਦੀ ਮੇਰੇ ਨਾਲ ਇਸ ਵੇਲੇ ਮੇਰੇ ਕੋਲ ਤਿੰਨ ਕੁੜੀਆਂ ਨਨਕਾਣਾ ਸਾਹਿਬ ਤੋਂ ਆ ਕੇ ਇੱਥੇ ਪੜ ਰਹੀਆਂ ਹਨ ਤੇ ਉਹ مختلف ਯੂਨੀਵਰਸਿਟੀ ਜ پنجاب ਯੂਨੀਵਰਸਿਟੀ ਚ ਇੱਕ ਬੱਚੀ ਪੜ ਰਹੀ ਹੈ ਗਵਰਨਮੈਂਟ ਕਾਲਜ ਚ ਪੜ ਰਹੀ ਹੈ ਐਮ ਕੈਟ ਦੀ ਤਿਆਰੀ ਇਸ ਵੇਲੇ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਚ ਹੋਰ ਕੁੜੀਆਂ ਨੇ ਵੀ ਮੈਨੂੰ ਕਿਹਾ ਵਾ ਕਿ ਉਹ ਪੜ ਜਿਹੜੀਆਂ ਉਹਨਾਂ ਕਾਨਾ ਸਾਹਿਬ ਤੋਂ 10ਵੀਂ ਪਾਸ ਕਰਨਗੀਆਂ ਜਾਂ ਪਲੱਸ 2 ਕਰ ਲੈਣਗੀਆਂ ਉਹ ਫਿਰ ਇੱਥੇ ਆਣ ਗਈਆਂ ਤਾਂ ਕਿ ਅੱਗੇ ਆਪਣੀ ਪੜਾਈ ਨੂੰ ਜਾਰੀ ਰੱਖਣ ਤੇ ਉਹ ਬਹੁਤ ਖੁਸ਼ ਹੁੰਦੀਆਂ ਜਦੋਂ ਮੇਰੇ ਵੱਲ ਵੇਖਦੀ ਮੈਂ ਅਕਸਰ ਪ੍ਰੋਗਰਾਮਾਂ ਤੇ ਕੋਸ਼ਿਸ਼ ਮੇਰੀ ਇਹ ਹੁੰਦੀ ਹੈ ਕਿ ਇਹਨਾਂ ਬੱਚੀਆਂ ਨੂੰ ਮੈਂ ਲਾਲ ਲੈ ਜਾਨੀ ਤੇ ਜਦੋਂ ਬੱਚਿਆ ਮੇਰੇ ਨਾਲ ਜਾਂਦੀਆਂ ਉੱਥੇ ਵੇਖਦੀਆਂ ਨੇ ਬਹੁਤ ਖੁਸ਼ ਹੁੰਦੀ ਆ ਮੈਂ ਕਹਿੰਦੇ ਅਸੀਂ ਵੀ ਚਾਹਨੀ ਕਿ ਅਸੀਂ ਵੀ ਅੱਗੇ ਪੜੀਏ ਤੇ ਤੁਹਾਡੇ ਤਰ੍ਹਾਂ ਇਹਨੀ ਇੱਜ਼ਤ ਪ੍ਰਾਪਤ ਕਰੀਏ ਤੇ ਇਹ ਇਸ ਚੀਜ਼ ਨੂੰ ਮੈਂ ਵੀ ਬੱਚਿਆਂ ਨੂੰ ਮੈਂ ਸਹਿਯੋਗ ਦਿੰਨੀ ਆ ਕਿ ਜਿਹੜੀਆਂ ਵੀ ਕੁੜੀਆਂ ਨਾਲ ਗਾਣਾ ਸੈ ਤੋਂ ਆਣ ਤੱਕ ਕਿ ਮੇਰੇ ਕੋਲ ਇੱਥੇ ਰਹਿਣ ਵੀ ਰਿਹائش ਤਾਂ ਮੈਂ ਕੋਈ ਮਸਲਾ ਨਹੀਂ ਹੈ ਤੇ ਪੜਨ ਦਾ ਉਹਨਾਂ ਨੂੰ ਮੈਂ ਕਹਿੰਨੀ ਆ ਬਸ ਤੁਸੀਂ ਅਗਰ ਕਰੋ ਆਏ ਤੇ ਪੜਨ ਨਹੀਂ ਆਪਾਂ ਇੱਥੇ ਆ ਕੇ ਤੇ ਉਹ ਪੜਦੀਆਂ ਵਾਂ ਬੱਚਿਆਂ ਬਹੁਤ ਅੱਛੀਆਂ ਤੇ ਉਹ ਉਹਨਾਂ ਦੀ ਇਹੀ ਸੋਚ ਆ ਕਿ ਤੁਸੀਂ ਸਾਡੇ ਵਾਸਤੇ ਰੋਲ ਮਾਡਲ ਅਗਰ ਤੁਸੀਂ ਨਾ ਹੁੰਦੇ ਤੇ ਹੋ ਸਕਦਾ ਅਸੀਂ ਵੀ ਨਾ ਪੜ ਪਾਂਦੀਆਂ ਤੇ ਉਹ ਅੱਗੇ ਪੜਨ ਗਏ ਬੱਚਿਆਂ ਹੋਰ ਵੀ ਅੱਗੇ ਆਣ ਆਖਰ ਤੇ ਤੁਸੀਂ ਪੰਜਾਬੀ ਵਾਸਤੇ ਜਿਹੜੇ ਲੋਕ ਨੇ ਜਿਹੜੇ ਕਿ ਪੰਜਾਬੀ ਮੈਂ ਸਮਝਦਾ ਵਾਂ ਕਿ ਉਸ ਪੱਧਰ ਤੇ ਅਸਲੀ ਨਹੀਂ ਅੱਗੇ ਜਾ ਰਹੀ ਜਿਸ ਤਰ੍ਹਾਂ ਉਹ ਜਾਣਾ ਚਾਹੀਦਾ ਸੀ ਕਿ ਆ ਤੁਸੀਂ ਹੁਣ ਪੰਜਾਬੀ ਪੜਨ ਵਾਲੇ ਆਣ ਵਾਲੀ ਨਵੀਂ ਪੀੜੀ ਨੂੰ ਕੋ ਮੈਸੇਜ ਦੇਣਾ ਚਾਹੋ ਨਵੀਂ ਪੀੜੀ ਨੂੰ ਇਹੀ ਮੈਸੇਜ ਦੇਣਾ ਹੈ ਕਿ ਜੜੀਆਂ ਜਿਹੜੇ ਕੌਮ ਆਪਣੀ ਸਕਾਫਤ ਆਪਣੀ ਬੋਲੀ ਨੂੰ ਭੁੱਲ ਜਾਂਦੀਆਂ ਨੇ ਉਹ ਕਦੀ ਵੀ ਤਰੱਕੀ ਨਹੀਂ ਕਰਦੀਆਂ ਪਰ ਪੰਜਾਬੀ ਨੂੰ ਪੁੱਲਣ ਵਾਲੇ ਹਲੇ ਇੰਝ ਦੇ ਨਹੀਂ ਹੈ ਇੱਥੇ ਦੇਖੋ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਕਾਨਫਰੰਸ ਹੋ ਰਹੀਆਂ ਸਭ ਤੋਂ ਜ਼ਿਆਦਾ ਪੰਜਾਬੀ ਦੀਆਂ ਹੋ ਰਹੀਆਂ ਵਾ ਜਿਵੇਂ ਲਾਹੌਰ ਕਾਲਜ ਫॉर ਔਮਨ ਯੂਨੀਵਰਸਿਟੀ ਦੇ ਵਿੱਚ ਵੇਖ ਲਈਏ ਉੱਥੇ ਵੀ ਕਾਨਫਰੰਸ ਪੰਜਾਬੀ ਦੀਆਂ ਮਾਂ ਬੋਲੀ ਆ ਅਦਬ ਤੇ ਸਭ ਕੁਝ ਹੋ ਰਿਹਾ ਵਾ ਗਵਰਨਮੈਂਟ ਕਾਲਜ ਦੇ ਵਿੱਚ ਹੋ ਰਹੇ ਨੇ ਉਸ ਤੋਂ ਇਲਾਵਾ ਪੰਜਾਬ ਉਹਦੇ ਵਿੱਚ ਲਾਇਬ੍ਰੇਰੀ ਵਿਦਿਆਲ ਸਿੰਘ ਲਾਇਬ੍ਰੇਰੀ ਦੇ ਵਿੱਚ ਕਾਨਫਰੰਸਾਂ ਹੁੰਦੀਆਂ ਨੇ ਪੰਜਾਬੀ ਦੇ ਬਾਰੇ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀਆਂ ਨੇ ਤੇ ਪੰਜਾਬ ਦੀ ਧਰਤੀ ਤੇ ਪੰਜਾਬੀ ਕਦੀ ਨਾ ਖਤਮ ਖਤਮ ਤੇ ਨਹੀਂ ਹੋ ਸਕਦੀ ਤੇ ਆਉਣ ਵਾਲੇ ਲੋਕਾਂ ਨੂੰ ਇਹੀ ਹੈ ਕਿ ਜਿੱਥੇ ਵੀ ਜਿਹੜਾ ਵੀ ਰਹਿ ਰਿਹਾ ਵਾ ਆਪਣੀ ਬੋਲੀ ਨੂੰ ਪਿਆਰ ਕਰੋ ਇਹੀ ਸਾਡੇ ਵਾਸਤੇ ਮਾਣ ਦੀ ਗੱਲ ਹੈ ਕਿਉਂਕਿ ਇਹੀ ਸਾਡੀ ਸਕਾਫਤ ਹੈ ਇਹੀ ਸਾਡਾ ਸਾਰਾ ਕੁਝ ਹੈ ਤੇ ਇਹਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ ਤੇ ਇਹਦਾ ਹਮੇਸ਼ਾ ਆਦਰ ਮਾਣ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਪਾਜੀ ਤੁਹਾਡਾ ਅੱਤ ਨਿਵਾਜੀ ਇਹ ਸੰਤ ਸਤਵੰਦ ਕੋਰ ਜੀ ਜਿਹੜਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੰਨ ਸੈਕਟੀ ਵੀ ਨੇ ਅਸਲੇ ਔਰ ਨਾਲ ਨਾਲ ਦੇ ਨਾਲ ਨਾਲ ਜਿਹੜਾ ਬਕਾਇਦਾ ਤੌਰ ਤੇ ਨੇੜ ਕਾਲਜ ਲੈਕਚਰ ਆਰਵੀ ਨੇ ਪੰਜਾਬੀ ਦਾ ਸ਼ੌਭਾ ਜਿਹੜਾ ਇਹਨਾਂ ਦੇ ਕੋਲ ਇਹ ਪੰਜਾਬੀ ਪੜ੍ਹਾ ਵੀ ਦੇ ਨੇ ਇਹਦੇ ਨਾਲ ਨਾਲ ਬਜ਼ਾਤੇ ਖੁਦ ਇਹ ਪੰਜਾਬੀ ਦੇ ਵਿੱਚ ਪੀ ਐਚ ਡੀ ਵੀ ਕਰ ਰਹੇ ਨੇ ਔਰ ਇਹਨਾਂ ਦਾ ਥੀਸਿਸ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਬੜਾ ਅੱਛਾ ਇਹਨਾਂ ਦਾ ਸਬਜੈਕਟ ਹੈ ਉਹ ਵੀ ਇਹਨਾਂ ਨੇ ਦੱਸਿਆ ਤੇ ਜਿਸ ਤਰ੍ਹਾਂ ਇਹਨਾਂ ਦੀ ਸੋਚ ਇਹਨਾਂ ਦੀ ਗੱਲਬਾਤ ਜਿਸ ਤਰ੍ਹਾਂ ਇਹਨਾਂ ਨੇ ਆਨ ਵਾਲੀ ਪੀੜ੍ਹੀ ਨੂੰ ਮੈਸੇਜ ਦਿੱਤਾ ਹੈ ਅਗਰ ਇਹੀ ਸੋਚ ਸਾਡੀ ਸਾਰਿਆਂ ਦੀ ਹੋ ਜਾਏ ਤੇ ਉਹ ਦਿਨ ਦੂਰ ਨਹੀਂ ਕਿ ਜਿਹੜਾ ਪੰਜਾਬੀ ਤੋਂ ਅਸੀਂ ਦੂਰ ਹੋ ਰਹੇ ਹਾਂ ਉਹ ਬਿਲਕੁਲ ਅਸੀਂ ਨੇੜੇ ਹੋਵਾਂਗੇ ਪੰਜਾਬੀ ਸਾਡੀ ਮਾਂ ਬੋਲੀ ਹੈ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕੋਮਾ ਹਮੇਸ਼ਾ ਉਹੀ ਤਰੱਕੀ ਕਰਦੀਆਂ ਨੇ ਜਿਹੜੀ ਆਪਣੀ ਜ਼ੁਬਾਨ ਨੂੰ ਆਪਣੀ ਸੱਭਿਆਚਾਰਤ ਨੂੰ ਆਪਣੀ ਮਾਂ ਧਰਤੀ ਦੇ ਨਾਲ ਜਿਹੜਾ ਪਿਆਰ ਕਰਦੇ ਨੇ ਉਹ ਹੀ ਕੋਮਾ ਕੇ ਜਾ ਸਕਦੇ ਨੇ ਤੁਹਾਡਾ ਬਹੁਤ ਧੰਨਵਾਦ ਭੈਣ ਜੀ ਤੁਸੀਂ ਸਾਡੇ ਨੂੰ ਕੀਮਤੀ ਵੇਲੇ ਤੋਂ ਟਾਈਮ ਦਿੱਤਾ ਸਾਡੇ ਨਾਲ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਬਹੁਤ ਧੰਨਵਾਦ ਜੀ ਇਹਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਖਾਬਰ ਬੇ ਇਜਾਜ਼ਤ ਦਿਓ ਅੱਲਾ ਹਾਫਿਜ਼ ਜਾਗਤ ਜੋਤੇ ਜਪੈ ਨਿਸਬਾ ਸੁਰ ਜਾਗਤ ਜੋਤੇ ਜਪਨਿਸ ਬਸੁਰ